ਕਈ ਵਾਰੀ ਕਿਸੇ ਨਾਲ ਹੱਥ ਮਿਲਾ ਕੇ ਉਹਨੂੰ ਆਪਣੇ ਕੋਲੋਂ ਵਿਦਾ ਵੀ ਕਰਦੇ ਆ ਤੇ ਕੀ ਕਹਿੰਦੇ ਆ ਆਪਾਂ ਕੱਲ ਫੇਰ ਮਿਲਾਂਗੇ ਫੇਰ ਮਿਲਾਂਗੇ ਲੇਕਿਨ ਕਈ ਵਾਰੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਸਵਾਗਤ ਆ ਤੁਹਾਡੇ ਆਪਣੇ ਇੱਕ ਟਾਕ ਸ਼ੋਅ ਦੇ ਵਿੱਚ ਤੇ ਹਰ ਵਾਰ ਦੀ ਤਰ੍ਹਾਂ ਇੱਕ ਵਾਰੀ ਫੇਰ ਨਵੇਂ ਗੈਸਟ ਨੂੰ ਲੈ ਕੇ ਤੁਹਾਡੇ ਮੋਹਰੇ ਰੁਬਰੂ ਹੋਇਆ ਮੈਂ ਤਾਂ ਕੁਝ ਸਿੱਖੂਗਾ ਸਿੱਖੂਗਾ ਤੁਸੀਂ ਵੀ ਜਰੂਰ ਮੇਰੇ ਨਾਲ ਮਿਲ ਕੇ ਆਪਾਂ ਆਪਣੀ ਜ਼ਿੰਦਗੀ ਦੇ ਤਜਰਬਿਆਂ 'ਚ ਕੁਝ ਸਿੱਖ ਸਕੀਏ ਤੇ ਇੱਕ ਵਧੀਆ ਜ਼ਿੰਦਗੀ ਬਿਤਾਉਣ ਦੇ ਲਈ ਆਪਣੇ ਤੋਂ ਵੱਧ ਤਜਰਬੇ ਵਾਲੇ ਲੋਕਾਂ ਨੂੰ ਖਾਸ ਕਰ ਉਹਨਾਂ ਨੇ ਜਿਨ੍ਹਾਂ ਨੇ ਸਪਿਰਚੁਅਲਿਟੀ ਦੇ ਉੱਤੇ ਜਾਂ ਅਧਿਆਮਕਤਾ ਦੇ ਉੱਪਰ ਕੰਮ ਕੀਤਾ ਔਰ ਆਪਣੀ ਜ਼ਿੰਦਗੀ ਚ ਇੰਪਲੀਮੈਂਟ ਕੀਤਾ ਅੱਜ ਮੇਰੇ ਨਾਲ ਨੇ ਸਰਦਾਰ ਭਪਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਦਾ ਤਜਰਬੇ ਬਾਰੇ ਤਾਂ ਸਵਾਗਤ ਹੈ ਭਾਈ ਜੀ ਥੈਂਕ ਯੂ ਕਿਵੇਂ ਹੋ ਜੀ ਬਹੁਤ ਹੀ ਵਧੀਆ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਸਪਿਰਚੁਅਲਿਟੀ ਹੁੰਦਾ ਕੀ ਹੈ ਜੀ ਸਪਿਰਚੁਅਲਿਟੀ ਜਿਸ ਨੂੰ ਪੰਜਾਬੀ ਚ ਰੋਹਾਨੀਅਤ ਵੀ ਕਹੇ ਲੀਏ ਰੋਹਾਨੀਅਤ ਦਾ ਮਤਲਬ ਹੈ ਵੀ ਜਿਹੜੀ ਚੀਜ਼ ਸਾਡੀ ਰੂਹ ਦੇ ਨਾਲ ਤੱल्लुक ਰੱਖਦੀ ਹੈ ਕਿਉਂਕਿ ਹੁਣ ਰੂਹ ਨੂੰ ਜਾਣਨ ਵਾਸਤੇ ਜਦੋਂ ਆਪਾਂ ਮਹਾਪੁਰਸ਼ਾਂ ਦੀ تعلیم ਦੇ ਮੁਤਾਬਕ ਉਸ ਨੂੰ ਕੋਸ਼ਿਸ਼ ਕਰਦੇ ਆ ਜਾਣਨ ਦੀ ਤਾਂ ਮਹਾਪੁਰਸ਼ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਸਮਝਾਉਂਦੇ ਆ ਵੀ ਇਹ ਜਿਹੜਾ ਤੇਰਾ ਬਾਡੀ ਸਟਰਕਚਰ ਹੈ ਇਹ ਜਿਹੜਾ ਤੇਰਾ ਜਿਸਮ ਹੈ ਵੀ ਇਹਦੀ ਕੰਪੋਜੀਸ਼ਨ ਕੀ ਹੈ ਇਹਦੀ ਬਣਤਰ ਕੀ ਹੈ ਹੁਣ ਮਹਾਪੁਰਸ਼ਾਂ ਨੇ ਤਾਂ ਸਾਨੂੰ ਇਹ ਵੀ ਫਰਮਾਨ ਕੀਤਾ ਨੇ ਇੱਥੇ ਆ ਕੇ ਵੀ ਇਹ ਪੰਜ ਤਤ ਇਥੋਂ ਇਕੱਠੇ ਕਰਕੇ ਇਹ ਖੋਖਾ ਤਿਆਰ ਕੀਤਾ ਗਿਆ ਜੀ ਇਹ ਸਰੀਰ ਤਿਆਰ ਕੀਤਾ ਗਿਆ ਫਿਰ ਇਹਦੇ ਵਿੱਚ ਪਰਮਾਤਮਾ ਰੂਪੀ ਅੰਸ਼ ਜਿਹੜਾ ਆ ਕੇ ਬੈਠਾ ਜਿਹਨੂੰ ਅਸੀਂ ਆਤਮਾ ਕਹਿੰਨੇ ਆ ਤਾਂ ਉਹਨੂੰ ਰੂਹ ਕਹ ਲਈਏ ਆਤਮਾ ਕਹ ਲਈਏ ਸੋਲ ਕਹ ਲਈਏ ਇੱਕ ਚੇਤਨਤਾ ਕਹ ਲਈਏ ਕਿਉਂਕਿ ਆਪਾਂ ਇਸ ਚੀਜ਼ ਨੂੰ ਹੋਰ ਚੰਗੀ ਤਰ੍ਹਾਂ ਇਸ ਕਰਕੇ ਜਾਣ ਸਕਦੇ ਆ ਵੀ ਜਿਵੇਂ ਇੱਕ ਜੀਵ ਦਾ 5-7 ਫੁੱਟ ਦਾ ਸਰੀਰ ਹੁੰਦਾ ਔਰ ਇਹ ਆਪਣੀ ਜ਼ਿੰਦਗੀ ਬਤੀਤ ਕਰਦਾ ਪਾਸ ਕਰਦਾ ਹੈਗਾ ਲੇਕਿਨ ਇੱਕ ਵਕਤ ਜ਼ਿੰਦਗੀ 'ਚ ਇਦਾਂ ਵੀ ਆਂਦਾ ਹੈ ਜਦੋਂ ਇਹ 5-7 ਫੁੱਟ ਦਾ ਸਰੀਰ ਤਾਂ ਪਿਆ ਹੁੰਦਾ ਹੈ ਬਟਨ ਹਾਈ ਬੋਲ ਸਕਦਾ ਹੈ ਜੀ ਨਾ ਇਹ ਆਪਣੇ ਕਿਸੇ ਰਿਸ਼ਤੇ ਨੂੰ ਪਛਾਣਨ ਕਰ ਸਕਦਾ ਹੈ ਨਾ ਉੱਠ ਸਕਦਾ ਹੈ ਨਾ ਚੱਲ ਸਕਦਾ ਕੁਝ ਵੀ ਨਹੀਂ ਦਾ ਦੇਖ ਸਕਦਾ ਹੈ ਖਤਮ ਹੋ ਜਾਂਦਾ ਤਾਂ ਉਹ ਕੰਟੈਂਟ ਹੈ ਜਿਹੜਾ ਉਹ ਜਿਹੜੀ ਸਾਡੀ ਰੂਹ ਹੈਗੀ ਹੈ ਜਿਹੜੀ ਸਾਡੀ ਆਤਮਾ ਹੈਗੀ ਹੈ ਆਪਾਂ ਜਦੋਂ ਉਸ ਦੇ ਨਾਲ ਲਿੰਕ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਨੂੰ ਕਹਿੰਦੇ ਇੱਕ ਰੂਹਾਨੀਅਤ ਦਾ ਰਸਤਾ ਰੂਹ ਨੂੰ ਜਾਣਨਾ ਰੂਹ ਦੇ ਨਾਲ ਇੱਕ ਰਿਸ਼ਤਾ ਕਾਇਮ ਕਰਨਾ ਰੂਹ ਤਾਂ ਸਾਰਿਆਂ ਦੇ ਅੰਦਰ ਹੈ ਜੀ ਲੈਕਿਨ ਉਹਦੀ ਪਛਾਣ ਕਿੰਨਿਆਂ ਨੂੰ ਹੈ ਗੱਲ ਤਾਂ ਇੱਥੇ ੜਕੀ ਹੈ ਬਿਲਕੁਲ ਤਾਂ ਮਹਾਪੁਰਸ਼ ਜਦੋਂ-ਜਦੋਂ ਵੀ ਸੰਸਾਰ 'ਚ ਆਏ ਨੇ ਉਹਨਾਂ ਨੇ ਹੋਕਾ ਇਸ ਚੀਜ਼ ਦੇ ਦਿੱਤਾ ਕਿ ਆਪਣੀ ਅਸਲੀਅਤ ਨੂੰ ਜਾਣਨ ਦੀ ਕੋਸ਼ਿਸ਼ ਕਰੋ ਕਿ ਮੈਂ ਨੋ ਦਾਇ ਸੈਲਫ ਕਿ ਇਨਸਾਨ ਆਪਣੇ ਆਪ ਨੂੰ ਜਾਣ ਅੱਜ ਜੋ ਸਮਝਦੇ ਆਪਾਂ ਅੱਜ ਇੰਨਾ ਕੀ ਸਮਝਦੇ ਆ ਕਿ ਮੈਂ ਇੱਕ ਸਰੀਰ ਹੈਗਾ ਮੈਂ ਜਨਮ ਲਿਆ ਸੰਸਾਰ 'ਚ ਪੜਾਈ ਲਿਖਾਈ ਕੀਤੀ ਹੈ ਉਸ ਤੋਂ ਬਾਅਦ ਅਸੀਂ ਸੋਚਦੇ ਹਾਂ ਕਿ ਉਹ ਰੋਜ਼ਗਾਰ ਵਾਸਤੇ ਕਿਤਨੇ ਕਿਤੇ ਕੋਸ਼ਿਸ਼ਾਂ ਪੈਰ ਮਾਰਨੇ ਪੈਣੇ ਨੇ ਜੀ ਜੀ ਅਸੀਂ ਕਾਰੋਬਾਰ ਵਿੱਚ ਜਾਂਦੇ ਆ ਨੌਕਰੀ ਕਰੀਏ ਕਾਰੋਬਾਰ ਕਰੀਏ ਕਿਸੇ ਤਰੀਕੇ ਦਾ ਵਪਾਰ ਰੋਜ਼ੀ ਰੋਟੀ ਦਾ ਸਾਧਨ ਪੈਦਾ ਕਰਦੇ ਆ ਸਾਡੀ ਸੋਚ ਉੱਥੋਂ ਤੱਕ ਹੀ ਰਹਿ ਜਾਂਦੀ ਹੈ ਜੀ ਔਰ ਇਸੇ ਅਧੇੜ ਬਣ ਦੇ ਵਿੱਚ ਹੀ ਸਾਰੀ ਦੀ ਸਾਰੀ ਜ਼ਿੰਦਗੀ ਬੰਦੇ ਦੀ ਪਾਰ ਹੋ ਜਾਂਦੀ ਹੈ ਲੇਕਿਨ ਜਿਹਨੂੰ ਆਪਾਂ ਰੂਹਾਨੀਅਤ ਕਹਿੰਦੇ ਆ ਉਹਦੇ ਵੱਲ ਸਾਡੀ ਨਜ਼ਰ ਹੀ ਨਹੀਂ ਗਈ ਧਿਆਨ ਹੀ ਨਹੀਂ ਗਿਆ ਆਪਣੇ ਆਪ ਨੂੰ ਜਾਣਨ ਦਾ ਮੌਕਾ ਸਾਨੂੰ ਮਿਲਿਆ ਹੀ ਨਹੀਂ ਤਾਂ بڑے ਭਾਗਾ ਵਾਲੇ ਉਹ ਜੀਵ ਹੁੰਦੇ ਨੇ ਜਿਨ੍ਹਾਂ ਉਤੇ ਪ੍ਰਭੂ ਦੀ ਬੜੀ ਦਇਆ ਕਿਰਪਾ ਹੁੰਦੀ ਹੈ ਔਰ ਉਸ ਨੂੰ ਉਹ ਆਪਣੇ ਆਪ ਨੂੰ ਜਾਣਨ ਦਾ ਇੱਕ ਮੌਕਾ ਮਿਲਦਾ ਫਿਰ ਜਦੋਂ ਜਾਣ ਜਾਂਦੇ ਨੇ ਨਾ ਫਿਰ ਇਹ ਅੱਗੇ ਦੀ ਕਹਾਣੀਆਂ ਸ਼ੁਰੂ ਹੁੰਦੀਆਂ ਨੇ ਭਾਈ ਅਸੀਂ ਅਕਸਰ ਤੂੰ ਸੁਣਦੇ ਆਇਆ ਕਿ ਇੱਕ ਉਮਰ ਤੱਕ ਨਾ 50 60 ਸਾਲ ਤੋਂ ਬਾਅਦ ਬੰਦੇ ਨੂੰ ਜ਼ਿੰਦਗੀ ਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਉਹਦਾ ਵਕਤ ਨੇੜੇ ਆਂਦਾ ਹੈ ਹਾਂਜੀ ਹਾਂਜੀ ਪਰ ਮੈਂ ਤੁਹਾਡੇ ਨਾਲ ਪੋਡਕਾਸਟ ਕਰਨ ਤੋਂ ਬਾਅਦ ਇਹ ਕਰਦੇ ਕਰਦੇ ਨਾ ਇਹ ਸਮਝਣਾ ਚਾਹਨਾ ਕਿ ਤੁਹਾਡੀ ਏਜ ਤੱਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਅਗਰ ਗੁਰੂ ਮਹਾਰਾਜ ਨੇ ਮੈਨੂੰ ਇੰਨੀ ਉਮਰ ਬਖਸ਼ੀ ਤਾਂ ਮੈਂ ਪਹਿਲਾਂ ਹੀ ਤੁਹਾਡੇ ਕੋਲ ਉਹ ਸਾਰੀਆਂ ਚੀਜ਼ਾਂ ਸਿੱਖ ਲਾਂ ਕਿ ਮੈਂ ਹੁਣੇ ਤੋਂ ਹੀ ਜ਼ਿੰਦਗੀ 'ਚ ਉਹ ਚੀਜ਼ਾਂ ਦਾ ਆਨੰਦ ਮਾਣਨਾ ਸ਼ੁਰੂ ਕਰਦਾ ਜੋ ਮੈਂ 60 70 'ਚ ਜਾ ਕੇ ਸਿੱਖਾਂ ਕਿ ਕਾਸ਼ ਮੈਨੂੰ ਇਹ 25 ਸਾਲ ਦੀ ਉਮਰ 'ਚ ਸਮਝ ਆ ਜਾਂਦੀ ਕਿ ਜਿਵੇਂ ਬੜੀ ਸੋਣੀ ਨਾ ਅੱਜ ਕੱਲ ਇੰਸਟਾਗ੍ਰਾਮ ਦਾ ਜਮਾਨਾ ਹੈ ਜੀ ਤੇ ਰੀਲ ਸੁਣ ਰያ ਸੀ ਬੜੀ ਸੋਣੀ ਹਾਂਜੀ ਉਹ ਕਹਿੰਦੇ ਕਿ ਅਗਰ ਤੁਸੀਂ 60 70 ਸਾਲ ਵਾਲੀ ਏਜ ਦਾ ਜੋ ਲੈਵਲ ਹੁੰਦਾ ਜਿਵੇਂ ਤੁਸੀਂ ਉਸ ਉਮਰ ਚ ਆ ਕੇ ਬਹੁਤਾ ਗੁੱਸਾ ਕਰਨਾ ਬੰਦ ਕਰ ਦਿੰਦੇ ਹੋ ਗੁੱਸਾ ਕਿਸੇ ਦੀ ਗੱਲ ਦਾ ਮੰਨਣਾ ਬੰਦ ਕਰ ਦਿੰਦੇ ਹੋ ਜੇ ਕਿਤੇ ਤੁਸੀਂ ਇਹ ਜਲਦੀ ਸਮਝ ਲਓ ਨਾ ਤਾਂ ਤੁਹਾਨੂੰ ਉਹਨਾ ਟਾਈਮ ਜ਼ਿਆਦਾ ਮਿਲ ਜਾਂਦਾ ਜ਼ਿੰਦਗੀ ਜੀਣ ਲਈ ਕੀ ਸੱਚ ਅ ਜਿੱਥੋਂ ਤੱਕ ਤੁਸੀਂ ਇਹ ਸਵਾਲ ਕੀਤਾ ਹੈ ਜਾਂ ਜਾਣਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਨੰਬਰ ਇੱਕ ਗੱਲ ਤਾਂ ਇਹ ਹੈਗੀ ਹੈ ਕਿ ਕਿਸੇ ਵੀ ਇਨਸਾਨ ਨੂੰ ਨਹੀਂ ਪਤਾ ਕਿ ਮੇਰਾ ਲਾਈਫ ਸਪੈਨ ਕਿੰਨਾ ਹੈਗਾ ਬਿਲਕੁਲ ਮੇਰੀ ਜ਼ਿੰਦਗੀ ਕਿੰਨੀ ਹੈਗੀ ਇਹ ਸਾਲ ਦੀ ਹੈ 2 ਸਾਲ ਦੀ ਹੈ ਕਈ ਬੱਚੇ ਬਰਥ ਲੈਣ ਤੋਂ ਨਾਲ ਹੀ ਚਲੇ ਚਲਾਣਾ ਕਰ ਜਾਂਦੇ ਨੇ ਕਈ 100 100 ਸਾਲ ਦੀ ਜ਼ਿੰਦਗੀ ਭੋਕੇ ਜਾਂਦੇ ਨੇ ਅਗਰ ਅਸੀਂ ਆਪਣੇ ਆਪ ਨੂੰ ਕਿਤੇ ਟਾਈਮ ਬਾਉਂਡ ਕਰ ਲਈਏ ਕਿ ਮੈਂ 50 60 ਸਾਲ ਦੀ ਉਮਰ ਵਿੱਚ ਜਾ ਕੇ ਗਿਆਨ ਨੂੰ ਹੀ ਹਾਸਲ ਕਰਨਾ ਹੈ ਹੋ ਸਕਦਾ ਸਾਡੇ ਕੋਲ 50 60 ਸਾਲ ਦੀ ਉਮਰ ਹੋਵੇ ਹੀ ਨਾ ਇਹ ਵੀ ਡੋਗੀ ਗੱਲ ਹੈ ਠੀਕ ਹੈ ਨਾ ਆਪਾਂ ਕਈ ਵਾਰੀ ਕਿਸੇ ਨਾਲ ਹੱਥ ਮਿਲਾ ਕੇ ਉਹਨੂੰ ਆਪਣੇ ਕੋਲੋਂ ਵਿਦਾ ਵੀ ਕਰਦੇ ਆ ਤੇ ਕੀ ਕਹਿੰਦੇ ਆ ਆਪਾਂ ਕੱਲ ਫੇਰ ਮਿਲਾਂਗੇ ਫੇਰ ਮਿਲਾਂਗੇ ਲੇਕਿਨ ਕਈ ਵਾਰੀ ਹੁੰਦਾ ਕਿ ਉਹ ਕੱਲ ਨਹੀਂ ਆਉਂਦੀ ਹੈਗੀ ਇਨਸਾਨ ਨੂੰ ਸਭ ਤੋਂ ਵੱਡੀ ਚੀਜ਼ ਸੋਚਣ ਵਾਲੀ ਇਹੀ ਹੈ ਤਉ ਉਹਦੇ ਵਾਸਤੇ ਇੱਕ ਰੈਫਰੈਂਸ ਮੈਂ ਜ਼ਰੂਰ ਦਊਂਗਾ ਕਿ ਕਿਸੇ ਨੇ ਪੁੱਛਿਆ ਵੀ ਤੇਰਾ ਜਨਮ ਦਿਨ ਕਦੋਂ ਹੈ ਕਿਹੜੇ ਦਿਨ ਹੁੰਦਾ ਉਹ ਬੜਾ ਗਿਆਨਵਾਨ ਸੀਗਾ ਕਹਿੰਦਾ ਰੋਜ਼ ਸਵੇਰ ਮੇਰਾ ਜਨਮ ਦਿਨ ਹੁੰਦਾ ਹੈ ਕਹਿੰਦਾ ਜਦੋਂ ਮੈਂ ਰਾਤ ਨੂੰ ਸੌਂਕ ਕੇ ਸਵੇਰੇ ਉੱਠਦਾ ਆ ਨਾ ਰਾਤ ਮੈਂ 7 8 6 7 ਘੰਟੇ 8 ਘੰਟੇ ਜੋ ਵੀ ਮੈਨੂੰ ਮਿਲੇ ਸੌਣ ਨੂੰ ਮੈਂ ਸੌਂ ਗਿਆ ਮੈਂ ਦੁਨੀਆ ਤੋਂ ਵੇਖ ਖਬਰ ਹੋ ਗਿਆ ਮੈਂ ਚਲਾ ਗਿਆ ਲੇਕਿਨ ਅਗਰ ਮੈਨੂੰ ਸਵੇਰੇ ਉੱਠ ਕੇ ਇਸ ਦੁਨੀਆ ਨੂੰ ਦੇਖਣ ਦਾ ਇੱਕ ਨਵਾਂ ਮੌਕਾ ਮਿਲਿਆ ਤਾਂ ਮੇਰਾ ਉਹ ਜਨਮ ਹੀ ਹੈ ਦੁਬਾਰਾ ਵਾਹ ਬਿਲਕੁਲ ਸਾਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਨਜ਼ਰੀਆ ਹੈ ਉਹੀ ਬਣਾ ਕੇ ਰੱਖਣਾ ਚਾਹੀਦਾ ਹੈਗਾ ਕਿ ਅੱਜ ਦਾ ਦਿਨ ਜੋ ਮੇਰੇ ਕੋਲ ਹੈ ਅੱਜ ਦਾ ਪਲ ਜੋ ਮੇਰੇ ਕੋਲੇ ਹੈ ਇਹ ਅਗਲਾ ਪਲ ਜਾਂ ਅਗਲਾ ਦਿਨ ਮੇਰੇ ਕੋਲੇ ਹੈ ਕਿ ਨਹੀਂ ਹੈ ਇਹਦੇ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਹੈ ਫਿਰ ਜਿਹੜੀ ਚੀਜ਼ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਜੇ ਅਸੀਂ ਆਪਣੀ ਹਕੀਕਤ ਨੂੰ ਜਾਨਣਾ ਚਾਹੁੰਦੇ ਆ ਹੁਣ ਬੜੇ ਮਹਾਪੁਰਸ਼ ਹੋਏ ਨੇ ਜਿਨ੍ਹਾਂ ਨੂੰ ਜਨਮ ਤੋਂ ਹੀ ਇਹ ਲਗਨ ਸੀਗੀ ਔਰ ਜਨਮ ਤੋਂ ਹੀ ਉਹ ਉਹਦੇ ਨਾਲ ਜੁੜੇ ਹੋਏ ਸੀਗੇ ਕਈਆਂ ਨੂੰ 10 ਸਾਲ ਦੀ ਉਮਰ 'ਚ ਮਿਲੀ ਕਿਸੇ ਨੂੰ 20 ਸਾਲ ਦੀ ਉਮਰ 'ਚ ਮਿਲੀ ਤੀਸਰੇ ਪਾਤਸ਼ਾਹ ਸ਼ਿਗਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੂੰ 70s ਦੇ ਏਜ ਵਿੱਚ ਜਾ ਕੇ ਮਿਲੀ 70 ਸਾਲ ਦੇ ਆਸ-ਪਾਸ ਜਾ ਕੇ ਉਹਨਾਂ ਨੂੰ ਇਹ ਰੋਹਾਨੀਅਤ ਦੀ ਅਸਲ تعلیم ਜਿਹੜੀ ਪੂਰਨਤਾ ਪੂਰਨਤਾ ਦਾ ਗਿਆਨ ਹੁੰਦਾ ਹੈ ਉਦੋਂ ਉਹਨਾਂ ਨੂੰ ਆਫਟਰ 70 ਜਾ ਕੇ ਪ੍ਰਾਪਤ ਹੋਇਆ ਜਦੋਂ ਮਿਲਿਆ ਅੱਖ ਖੁੱਲੀ ਫਿਰ ਪਤਾ ਲੱਗਿਆ ਕਿ ਮੈਂ ਕੌਣ ਹਾਂ ਤਾਂ ਜਿਵੇਂ ਤੁਸੀਂ ਪੁੱਛਿਆ ਹੈਗਾ ਵੀ ਇਹ ਵੀ ਰੋਹਾਨੀਅਤ ਵੀ ਮੈਂ ਵੀ ਚਾਹਨਾ ਕਿ ਮੈਂ ਇਸ ਚ ਨੂੰ ਕਿਵੇਂ ਕਰਾਂ ਕਦੋਂ ਅਡਾਪਟ ਕਰਾਂ ਕਦੋਂ ਇਸ ਤੇ ਮੈਂ ਲਾਗੂ ਕਰਾਂ ਤਾਂ ਮੇਰੇ ਖਿਆਲ ਦੇ ਮੁਤਾਬਕ ਤਾਂ ਇੱਕ ਪਲ ਵੀ ਨਹੀਂ ਗੁਆਣਾ ਚਾਹੀਦਾ ਜੇ ਸਾਨੂੰ ਪਤਾ ਹੀ ਲੱਗ ਜਾਵੇ ਔਰ ਇੱਕ ਚੀਜ਼ ਦਾ ਹਰ ਇੱਕ ਨੂੰ ਪਤਾ ਹੈ ਕਿ ਸਾਡਾ ਟਾਈਮ ਬౌੰਡ ਤਾਂ ਹੈਗੇ ਆ ਆਪਾਂ ਸਾਡੀ ਜਿਹੜੀ ਇਹ ਵੰਡਰਫੁਲ ਮਸ਼ੀਨ ਪਰਮਾਤਮਾ ਨੇ ਬਣਾਈ ਹੈ ਨਾ ਇਹ ਟਾਈਮ ਬౌੰਡ ਹੈ ਇਹਨੇ ਇੱਕ ਦਿਨ ਛੱਡ ਜਾਣਾ ਹੈ ਅਸੀਂ ਇਹ ਚੋਂ ਨਿਕਲ ਜਾਣਾ ਇੱਕ ਦਿਨ ਹੁਣ ਜਦੋਂ ਹਰ ਇੱਕ ਇਨਸਾਨ ਨੂੰ ਪਤਾ ਹੈ ਤਾਂ ਉਸ ਦੇ باوجود ਵੀ ਹਰ ਇੱਕ ਇਨਸਾਨ ਇਸ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਮੈਂ ਆਇਆ ਕਿੱਥੋਂ ਸੀ ਤੇ ਮੈਂ ਜਾਣਾ ਕਿੱਥੇ ਹੈ ਇਹ ਬਾਡੀ ਮੈਨੂੰ ਜਿਹੜਾ ਵਾਹਨ ਮਿਲਿਆ ਇੱਕ ਕੈਰੀਅਰ ਮਿਲਿਆ ਆਪਣੀ ਜ਼ਿੰਦਗੀ ਨੂੰ ਚਲਾਉਣ ਦਾ ਇੱਕ ਦਿਨ ਮੇਰੇ ਤੋਂ ਰਹਿ ਜਾਣਾ ਕਿਉਂਕਿ ਸਾਰੇ ਹੀ ਮਹਾਪੁਰਸ਼ਾਂ ਨੇ ਕੋਈ ਗੱਲ ਆਪਣੀ ਰੋਹਾਨੀਅਤ ਦੀ ਚੱਲ ਰਹੀ ਹੈ ਨਾ ਤਾਂ ਸਾਰੇ ਮਹਾਪੁਰਸ਼ਾਂ ਨੇ ਹੋਕਾ ਇੱਕ ਹੀ ਸੇ ਗੱਲ ਦਾ ਦਿੱਤਾ ਕਿ ਤੇਰਾ ਇੱਕ ਕਿਰਾਏ ਦਾ ਮਕਾਨ ਹੈ ਤੂੰ ਸਰਾਂ ਦੇ ਵਿੱਚ ਰਹਿ ਰਿਹਾ ਹੈ ਇੱਕ ਦਿਨ ਤੂੰ ਛੱਡਣੀ ਪੈਣੀ ਹੈਗੀ ਐ ਫਿਰ ਕੀ ਸਾਡੇ ਅੰਦਰ ਉਹ ਚੀਜ਼ ਨਹੀਂ ਆਈ ਕਿ ਅਸੀਂ ਉਸ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਤਾਂ ਕਰੀਏ ਕਿ ਇੰਨੀਆਂ-ਇੰਨੀਆਂ ਕਿਤਾਬਾਂ ਲਿਖੀਆਂ ਗਈਆਂ ਲਾਈਫ ਆਫਟਰ ਡੈਥ ਦੀਆਂ ਬਿਲਕੁਲ ਤਾਂ ਸਾਡਾ ਕੀ ਧਿਆਨ ਉਧਰ ਜਾਂਦਾ ਨਹੀਂ ਕਿਉਂ ਨਹੀਂ ਜਾ ਰਿਹਾ ਕਿ ਅੱਜ ਦੇ ਯੁੱਗ ਵਿੱਚ ਅਸੀਂ ਇੰਨਾ ਜ਼ਿਆਦਾ ਉਲਝ ਗਏ ਆ ਕਿ ਬਾਕੀ ਦੇ ਰੁਝੇਵਿਆਂ ਦੇ ਵਿੱਚੋਂ ਸਾਨੂੰ ਇਹ ਨਿਕਲਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਆਪਣੇ ਆਪ ਨੂੰ ਜਾਣਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਹਰ ਇੱਕ ਕਾਰੋਬਾਰੀ ਵੀ ਸੋਚਦਾ ਹਰ ਇੱਕ ਪ੍ਰੋਫੈਸ਼ਨਲ ਜੋ ਵੀ ਹੈ ਸੋਚਦਾ ਹੈ ਕਿ ਇਧਰੋਂ ਪੈਸਾ ਆਵੇ ਉਧਰੋਂ ਪੈਸਾ ਆਵੇ ਲੇਕਿਨ ਜਦੋਂ ਮਸਾਲਾ ਸੁਣਦੇ ਆਂ ਪਰ ਰੋਹਾਨੀਅਤ ਦੇ ਫੀਲਡ ਵਿੱਚ ਆ ਕੇ ਤਾਂ ਬਹੁਤ ਵੱਡੀਆਂ ਵੱਡੀਆਂ ਮਸਾਲਾਂ ਦਿੱਤੀਆਂ ਜਾਂਦੀਆਂ ਨੇ ਕਿ ਬਾਦਸ਼ਾਹ ਸਿਕੰਦਰ ਵੀ ਆਖਰਕਾਰ ਕੀ ਕਹਿ ਕੇ ਗਿਆ ਸੀ ਖਾਲੀ ਆਤੀ ਗਿਆ ਮੈਂ ਖਾਲੀ ਆਤੀ ਕਹਿ ਕੇ ਗਿਆ ਕਹਿੰਦਾ ਜਨਾਜ਼ੇ ਵਿੱਚ ਮੇਰੇ ਹੱਥ ਬਾਹਰ ਕੱਢ ਦੇਣਾ ਔਰ ਖਾਲੀ ਕਰ ਦੇਣਾ ਔਰ ਲਿਖ ਦੇਣਾ ਕਿ ਬਾਦਸ਼ਾਹ ਸਕੰਦਰ ਜਿਹੜਾ ਸਾਰੀ ਦੁਨੀਆ ਦਾ ਮਾਲਕ ਬਣਨਾ ਚਾਹੁੰਦਾ ਸੀ ਅੱਜ ਉਹ ਵੀ ਖਾਲੀ ਹੱਥ ਜੀ ਜਾ ਰਿਹਾ ਹੈਗਾ ਤਾਂ ਇਹ ਰੋਹਾਨੀਅਤ ਹੈ ਜੇ ਅਸੀਂ ਉਸ ਪਾਸੇ ਨੂੰ ਥੋੜਾ ਜਿਹਾ ਸਮਝ ਕੇ ਚੱਲਣ ਦੀ ਕੋਸ਼ਿਸ਼ ਕਰੀਏ ਆਪਣੇ ਵਜੂਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਮੈਂ ਕਿਦੀ ਬਦੌਲਤ ਆਪਣੇ ਰਿਸ਼ਤੇਦਾਰੀਆਂ ਨੂੰ ਪਹਿਚਾਨ ਰਿਹਾ ਕਿਸ ਦੀ ਬਦੌਲਤ ਮੈਂ ਆਪਣੇ ਕਾਰੋਬਾਰ ਨੂੰ ਸੰਭਾਲ ਲਿਆ ਕਿਸ ਬਦੌਲਤ ਇਹ ਮੈਂ ਪੂਰੇ ਦਾ ਪੂਰਾ ਜੋ ਆਪਣੇ ਸੰਸਾਰ ਵਿੱਚ ਆ ਕੇ ਕਾਰੋਬਾਰ ਕਰ ਰਿਹਾ ਕਿ ਦੀ ਵਜ੍ਹਾ ਕਰਕੇ ਕਰ ਰਿਹਾ ਵਜ੍ਹਾ ਤਾਂ ਇੱਕ ਰੂਹੀ ਹੈ ਨਾ ਸਾਡੀ ਆਤਮਾ ਆਤਮਾ ਪਰਮਾਤਮਾ ਦਾ ਅੰਸ਼ ਕਿਉਂਕਿ ਗੁਰਬਾਣੀ 'ਚ ਲਿਖਿਆ ਕੋ ਕਬੀਰ ਇਹ RAM ਕੀ ਅੰਸ਼ ਉਹ ਅੰਸ਼ ਹੈ ਤਾਂ ਆਪਾਂ ਹਾਂ ਅਗਰ ਉਹ ਨਹੀਂ ਹੈ ਤਾਂ ਆਪਾਂ ਵੀ ਨਹੀਂ ਹੈ ਸੌਰੀ ਭਾਜੀ ਇੰਟਰਪਟ ਕਰ ਰਹਾ ਹਾਂ ਅਸੀਂ ਨਾ ਛੋਟਿਆਂ ਦੇ ਉੱਤੇ ਗੱਲਾਂ ਸੁਣ ਕੇ ਬਾਣੀ ਸੁਣ ਕੇ ਜਾਂ ਵਿਚਾਰ ਸੁਣ ਕੇ ਵੱਡੇ ਹੋਏ ਹਾਂ ਪਰ ਮੈਂ ਹੁਣ ਤੱਕ ਇਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਆਪਣੇ ਆਪ 'ਚ ਕੀ ਬਦਲਾਵ ਲਿਆਵਾਂ ਮੈਂ ਐਜ਼ ਅ ਇੱਕ ਯੂਥ ਵੀ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਅਸੀਂ ਕੀ ਕੀ ਤਬਦੀਲੀਆਂ ਆਪਣੇ 'ਚ ਲਿਆਈਏ ਜਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਐਸਾ ਕਰੀਏ ਕਿ ਅਸੀਂ ਪਰਮਾਤਮਾ ਦੀ ਫੇਵਰਿਟ ਅੰਸ਼ ਬਣ ਸਕੀਏ ਹੁਣ ਦੇਖੋ ਗਰਮੀਆਂ ਦਾ ਮੌਸਮ ਹੋਵੇ ਆਪਾਂ ਇੱਥੇ ਗਰਮੀ 'ਚ ਬੈਠੇ ਹੋਈਏ ਔਰ ਇੱਥੇ ਬੈਠ ਕੇ ਆਪਾਂ ਕਈ ਵੀ ਆਪਾਂ ਸ਼ਿਮਲੇ ਦੀ ਫੀਲਿੰਗ ਲੈ ਲਈਏ ਆ ਕਿ ਪੋਸੀਬਲ ਹੈ ਤਾਂ ਨੇਚਰਲੀ ਤੁਹਾਨੂੰ ਸ਼ਿਮਲੇ ਜਾਣਾ ਪਏਗਾ ਜੇ ਉੱਥੋਂ ਦੀ ਫੀਲਿੰਗ ਉਹ ਲੈਣੀ ਚਾਹੁੰਦੇ ਹੋ ਤਾਂ ਕਹਿਣ ਦਾ ਮਤਲਬ ਹੈ ਵੀ ਇਹ ਕਰਨੀ ਦਾ ਭੇਦ ਹੈ ਨਾਹੀਂ ਬੁੱਧੀ ਵਿਚਾਰ ਕਥਨੀ ਛੋੜ ਕਰਨੀ ਕਰੋ ਤਾਂ ਕੁਝ ਪਾਓ ਸਾਰ ਇਹ ਮਹਾਂਪੁਰਸ਼ਾਂ ਦੇ ਫਰਮਾਨ ਨੇ ਕਿ ਸੋਚਣ ਨਾਲ ਕੁਝ ਨਹੀਂ ਹੋਣਾ ਉਸ ਚੀਜ਼ ਨੂੰ ਕਰਨ ਦੇ ਨਾਲ ਪ੍ਰਾਪਤੀ ਹੋਣੀ ਹੈ ਤੁਹਾਡਾ ਵਿਚਾਰ ਹੈ ਕਿ ਮੈਂ ਜਾਣਨਾ ਚਾਹਣਾ ਤਾਂ ਜਦੋਂ ਸਾਨੂੰ ਇੱਕ ਵਿਚਾਰ ਮਹਾਂਪੁਰਸ਼ਾਂ ਦੇ ਗ੍ਰੰਥਾਂ ਵਿੱਚੋਂ ਮਿਲ ਗਿਆ ਜਾਂ ਮਹਾਂਪੁਰਸ਼ਾਂ ਦੇ ਨਾਲ ਤੱਲਕ ਦੇ ਨਾਲ ਸਾਨੂੰ ਸਾਹਮਣੇ ਰੂਬਰੂ ਬੈਠ ਕੇ ਮਿਲ ਗਿਆ ਤਾਂ ਉਹਨਾਂ ਨੇ ਸਾਨੂੰ ਇਹੀ ਗੱਲ ਸਮਝਾਉਣੀ ਹੈ ਕਿ ਆਪਣਾ ਕਾਰੋਬਾਰ ਵੀ ਕਰ ਹੂੰ ਮੇਨ ਗੱਲ ਹੈ ਕਦੀ ਨਹੀਂ ਕਹਿੰਦੇ ਕਿ ਕਾਰੋਬਾਰ ਨੂੰ ਛੱਡ ਕੇ ਜੰਗਲਾਂ ਦੀ ਰਾਹ ਪਕੜ ਲੈ ਪੂਰਨ ਸੰਤ ਕਦੀ ਵੀ ਨਹੀਂ ਕਹਿੰਦੇ ਕਦੀ ਨਹੀਂ ਕਹਣਗੇ ਕਦੀ ਨਹੀਂ ਕਹਿਣਗੇ ਕਿ ਆਪਣੇ ਬੱਚਿਆਂ ਤੋਂ ਬਾਗੀ ਹੋ ਜਾ ਬੱਚਿਆਂ ਦੀ ਪਰਵਰਿਸ਼ ਕਰਨਾ ਕਹਿੰਦੇ ਤੇਰਾ ਸਭ ਤੋਂ ਪਹਿਲਾ ਕੰਮ ਹੈ ਉਹਨਾਂ ਦੀ ਖਾਤਰ ਰੋਜ਼ੀ ਰੋਟੀ ਦੀ ਪਾਲ ਕਰਨਾ ਵੀ ਤੇਰਾ ਕੰਮ ਹੈਗਾ ਤੂੰ ਉਹਨਾਂ ਦੀ ਪਰਵਰਿਸ਼ ਕਰਨਾ ਤੇਰਾ ਕੰਮ ਹੈਗਾ ਕਾਰੋਬਾਰ ਨੂੰ ਚਲਾਉਣਾ ਤੇਰਾ ਕੰਮ ਹੈਗਾ ਏਕ ਸਾਰਾ ਕੁਝ ਕਰਦੇ ਕਰਦੇ ਦਿਨ ਦੇ 24 ਘੰਟੇ ਆ ਜੀ ਫਰਕ ਇਹਨੇ ਕਿ ਅਸੀਂ 24 ਘੰਟਿਆਂ ਨੂੰ ਐਡਜਸਟ ਨਹੀਂ ਕਰ ਪਾਉਂਦੇ ਬਸ ਟਾਈਮ ਸ਼ਡਿਊਲ ਜਿਹੜਾ ਹੈਗਾ ਉਹ ਅਸੀਂ ਕਰ ਹੀ ਨਹੀਂ ਕਰਦੇ ਟਾਈਮ ਮੈਨੇਜਮੈਂਟ ਨਹੀਂ ਕਰ ਪਾਉਂਦੇ ਮਹਾਪੁਰਸ਼ ਹੀ ਕਹਿੰਦੇ ਤੂੰ ਟਾਈਮ ਮੈਨੇਜਮੈਂਟ ਕਰ ਕਹਿੰਦੇ ਤੂੰ 8 ਘੰਟੇ ਕੰਮ ਕਰ ਐਨ ਵਧੀਆ ਕੰਮ ਕਰ 6 ਘੰਟੇ ਦੀ ਸਲੀਪ ਵੀ ਲੈ ਲੈ ਕਿੰਨੇ ਬਣ ਗਏ 14 ਘੰਟੇ ਜੀ 3 ਘੰਟੇ ਹੋਰ ਵੀ ਜੋੜ ਲੈ ਆਪਣੇ ਹੋਰ ਕੰਮ ਕਾਰੋਬਾਰ ਕਰਨ ਵਾਲੇ ਵੀ 17 ਘੰਟੇ ਬਣ ਗਏ ਅਜੇ ਵੀ 7 ਘੰਟੇ ਬਾਕੀ ਹੈ ਠੀਕ ਹੈ ਲੇਕਿਨ ਮਹਾਪੁਰਸ਼ਾਂ ਨੇ ਤੇ ਕਿਹਾ ਕਿ 10 ਵੰਦ ਸੌਂਦਾ ਚੋਈਆਂ ਘੰਟਿਆਂ ਵਿੱਚ ਜੇ ਤੂੰ 2.5 ਘੰਟੇ ਉਸ ਪ੍ਰਮਾਤਮਾ ਦੀ ਇਬਾਦਤ ਵਿੱਚ ਬੈਠ ਉਸ ਪ੍ਰਮਾਤਮਾ ਨੂੰ ਯਾਦ ਕਰ ਅੱਖ ਬੰਦ ਕਰਕੇ ਧਿਆਨ ਆਪਣਾ ਉਧਰ ਲਗਾ ਤੈਨੂੰ ਸਕੂਨ ਮਿਲੇਗਾ ਸਕੂਨ ਕਿਸ ਤਰੀਕੇ ਨਾਲ ਮਿਲੇਗਾ ਜਾਲੀ ਸਕੂਨ ਨਹੀਂ ਮਿਲਦਾ ਜਦੋਂ ਬੰਦਾ ਕਨਸੈਂਟਰੇਸ਼ਨ ਵਿੱਚ ਜਾਂਦਾ ਹੈ meditation ਕਰਦਾ ਹੈਗਾ ਤਾਂ ਨੇਚਰਲੀ ਜਦੋਂ ਅਸੀਂ meditation ਵਾਲੇ ਪਾਸੇ ਨੂੰ ਤੁਰਦੇ ਹਾਂ ਤਾਂ ਉਸ ਵੇਲੇ ਅਸੀਂ ਰੂਹ ਦਾ ਕੰਮ ਕਰ ਰਹੇ ਹਾਂ ਸੋਲ ਦਾ ਕੰਮ ਕਰ ਰਹੇ ਹਾਂ ਆਤਮਾ ਦਾ ਕੰਮ ਕਰ ਰਹੇ ਹਾਂ ਫੀਡ ਉਹਨੂੰ ਮਿਲਣੀ ਹੈ ਨਾ ਜੀ ਤੇ ਜਿਹਨੂੰ ਫੀਡ ਮਿਲਣੀ ਹੈ ਉਹਦੇ ਚ ਜਾਨ ਵੀ ਆਏਗੀ ਅੱਜ ਸਾਡੀ ਆਤਮਾ ਐਕਟਿਵ ਨਹੀਂ ਹੈਗੀ ਕਿਉਂਕਿ ਅਸੀਂ ਉਹਦੇ ਵੱਲ ਧਿਆਨ ਹੀ ਨਹੀਂ ਕੀਤਾ ਜਨਣ ਦੀ ਕੋਸ਼ਿਸ਼ ਨਹੀਂ ਕੀਤੀ ਕਦੀ ਸਰੀਰ ਤੋਂ ਕੰਮ ਲੈ ਰਹੇ ਹਾਂ ਸਰੀਰ ਵੱਲ ਧਿਆਨ ਹੈ ਇਹਨਾਂ ਦੀ ਉਹ ਮਹਾਂਪੁਰਸ਼ਾਂ ਨੇ ਕਿਹਾ ਨਾ ਵੀ ਇਹ ਅਨੌਂ ਇੰਦਰੀਆਂ ਤੇਰੀਆਂ ਕਹਿੰਦੇ ਜੀ ਕਹਿੰਦੇ ਦੋ ਅੱਖਾਂ ਨੇ ਦੋ ਕੰਨ ਨੇ ਦੋ ਨਾਸਕਾ ਮੂੰਹ ਇੰਦਰੀ ਔਰ ਗੁਦਾ ਇਹ ਤੇਰੀਆਂ ਇਹੀ ਐਕਟਿਵ ਨੇ ਇਹਨਾਂ ਵਿੱਚ ਹੀ ਤੂੰ ਫਸਿਆ ਹੋਇਆ ਕਹਿੰਦੇ ਜਿਹੜੀ ਤੇਰੀ ਦਸਵੀਂ ਇੰਦਰੀ ਹੈ ਉਹ ਕਹਿੰਦੇ ਪਿੱਛੇ ਨੂੰ ਖੁੱਲਦੀ ਹੈ ਤੇਰੀ ਉਹ ਅੱਖ ਹੈ ਜਿਹੜੀ ਪਰਮਾਤਮਾ ਨੂੰ ਦੇਖਣ ਵਾਲੀ ਜਿਹਨੂੰ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀਗਾ ਅਰਜਨ ਨੂੰ ਕੀ ਕਿਹਾ ਸੀ ਅਰਜਨ ਤੂੰ ਇਨ ਚਮੜੇ ਕੀ ਅੱਖੋਂ ਸੇ ਮੇਰੇ ਅਲੌਕਿਕ ਰੂਪ ਕੋ ਨਹੀਂ ਨਿਹਾ ਸਕਤਾ ਨਹੀਂ ਦੇਖ ਸਕਤਾ ਬਿਲਕੁਲ ਕਿਆ ਨਾ ਕਿਉਂ ਕਿਹਾ ਕਿਉਂਕਿ ਇਹ ਚਮੜੀ ਦੀ ਅੱਖ ਹੈ ਇਹ ਚਮੜਾ ਦੇਖ ਸਕਦੀ ਹੈ ਇਹ ਦੁਨੀਆ ਦੇਖ ਸਕਦੀ ਹੈ ਅਗਰ ਅਸੀਂ ਆਪਣੀ ਰੂਹ ਨੂੰ ਜਾਨਣਾ ਚਾਹੁੰਦੇ ਆ ਆਪਣੇ ਆਪ ਨੂੰ ਜਾਨਣਾ ਚਾਹੁੰਦੇ ਕਿ ਮੈਂ ਕੌਣ ਆ ਮੇਰੀ ਅਸਲ ਅਸਲੀ ਆਇਡੈਂਟੀਟੀ ਕੀ ਹੈ ਤਾਂ ਉਹਨੂੰ ਜਾਣਨ ਵਾਸਤੇ ਇਹ ਜ਼ਰੂਰੀ ਹੈ ਕਿ ਅਸੀਂ ਉੱਥੇ ਤੱਕ ਪਹਿਲਾਂ ਪਹੁੰਚੀਏ ਤਾਂ ਸਹੀ ਨਾ ਰੀਅਲ ਆਇਡੈਂਟੀ ਫਿਰ ਮਿਲਣੀ ਹੈ ਤਾਂ ਭਗਵਾਨ ਕ੍ਰਿਸ਼ਨ ਜੀ ਨੇ ਇਹੀ ਗੱਲ ਕਹੀ ਸੀਗੀ ਕਿ ਭਾਈ ਦੇਖ ਅ ਇਹ ਚਮੜੀ ਦੀਆਂ ਅੱਖਾਂوں سے ਤੂੰ ਨਹੀਂ ਦੇ ਮੈਂ ਤੈਮੇ ਇਹ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀ ਕਿ ਮੈਂ ਤੁਮੇ ਉਹ ਦਿਵਯ ਚਕਸ਼ੂ ਪ੍ਰਦਾਨ ਕਰਤਾ ਹੂੰ ਜਿਸ ਸੇ ਤੂੰ ਮੇਰੇ ਅਲੌਕਿਕ ਰੂਪ ਕੋ ਦੇਖ ਸਕਤਾ ਹੈ ਆਗਲ ਕੇ ਉਹਨਾਂ ਨੇ ਜੀ ਤਾਂ ਦੇਖੇਗਾ ਤੂੰ ਤਾਂ ਜਦੋਂ ਉਹਨਾਂ ਨੇ ਹੁਣ ਗੱਲ ਆਉਂਦੀ ਏ ਅਸੀਂ ਰੂਹ ਨੂੰ ਕਿਵੇਂ ਜਾਣ ਸਕਦੇ ਆ ਆਪਾਂ ਭਗਵਾਨ ਕ੍ਰਿਸ਼ਨ ਜੀ ਦਾ ਇਹ ਉਹ ਪੁਰਾਣਾ ਵਾਕਿਆ ਲੈਨੇ ਆ ਨਾਲ ਹੁਣ ਅਰਜਨ ਜੀ ਦੇ ਵਿੱਚ ਤਾਂ ਉਹ ਪਾਵਰ ਹੈ ਨਹੀਂ ਸੀ ਫਿਰ ਪਾਵਰ ਦਿੱਤੀ ਕਿਨੇ ਭਗਵਾਨ ਕ੍ਰਿਸ਼ਨ ਜੀ ਨੇ ਆਪਣੀ ਪਾਵਰ ਉਹਦੇ ਅੰਦਰ ਦਿੱਤੀ ਉਹਦੀ ਅੱਖ ਨੂੰ ਖੋਲ ਲਿਆ ਤੇ ਜਦੋਂ ਉਹਨੇ ਵਿਰਾਟ ਸਰੂਪ ਦੇਖਿਆ ਤੇ ਸੌਰੀ ਚੱਲਿਆ ਨਹੀਂ ਗਿਆ ਜੀ ਚੱਲਿਆ ਨਹੀਂ ਗਿਆ ਤੇ ਕੀ ਕਿਹਾ ਵਾਪਸ ਉਸ ਸਰੂਪ ਵਿੱਚ ਆ ਜਾ ਇਹ ਮੇਰੇ ਤੋਂ ਨਹੀਂ ਦੇਖਿਆ ਜਾ ਰਿਹਾ ਜੀ ਕਿਉਂਕਿ ਉਹ ਜਿਹੜੀ ਅੰਦਰੋਂ ਦਿਵੇ ਦ੍ਰਿਸ਼ਟੀ ਜੀਵ ਦੀ ਖੁੱਲਦੀ ਹੈ ਤੇ ਜਦੋਂ ਪ੍ਰਮਾਤਮਾ ਦੇ ਰੂਪ ਦੇ ਦਰਸ਼ਨ ਕਰਦਾ ਹੈ ਤੇ ਗੁਰਬਾਣੀ ਵਿੱਚ ਵੀ ਲਿਖਿਆ ਹੈ ਇਸ ਗੱਲ ਨੂੰ ਕਿ ਜਦੋਂ ਬੰਦਾ ਨਾਮ ਦਾ ਸਿਮਰਨ ਕਰਦਾ ਹੈ ਅੰਦਰ ਜਾਂਦਾ ਹੈ ਜਦੋਂ ਨਾਮ ਬੰਦੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ ਨਾਮ ਜਪਤ ਕੋਟ ਸੂਰ ਉਜਿਆਰਾ ਕਹਿੰਦੇ ਬਾਹਰ ਤਾਂ ਇੱਕ ਸੂਰ ਚੜਿਆ ਹੋਇਆ ਨਾ ਕਹਿੰਦੇ ਜਦੋਂ ਤੂੰ ਅੰਦਰ ਵੜ ਕੇ ਦੇਖੇਂਗਾ ਤੇਰੇ ਅੰਦਰ ਇਦਾਂ ਦੇ ਕਰੋੜਾਂ ਸੂਰਜਾਂ ਦੇ ਲਿਸ਼ਕਾਰੇ ਪੈ ਰਹੇ ਨੇ ਉਹੀ ਤਾਂ ਬਰਦਾਸ਼ਤ ਨਹੀਂ ਹੁੰਦੇ ਦੇਖ ਕੇ ਜੀ ਉਹ ਹੈ ਰੋਹਾਨੀਅਤ ਸਮਝ ਗਏ ਉਹ ਹੈ ਆਪਣੀ ਰੂਹ ਨੂੰ ਜਾਨਣਾ ਫੇਰ ਜਦੋਂ ਅੰਦਰ ਵੜ ਕੇ ਉਸ ਚੀਜ਼ ਦਾ ਨਜ਼ਾਰਾ ਦੇਖਦੀ ਹੈ ਆਪਣੀ ਅਸਲੀ ਦੁਨੀਆ ਨੂੰ ਦੇਖਦੀ ਹੈ ਕਿ ਮੈਂ ਇਸ ਦੁਨੀਆ ਦੀ ਰਹਿਣ ਵਾਲੀ ਨਹੀਂ ਮੈਂ ਇਸ ਸਰੀਰ ਦੇ ਵਿੱਚ ਕੈਦ ਇਹ ਫਿਰ ਆਪਣੇ ਉਸ ਹਕੀਕਤ ਨੂੰ ਜਾਣਨ ਵਾਸਤੇ ਫਿਰ ਹੋਰ ਅੱਗੇ-ਅੱਗੇ ਵਧੀ ਹੈ ਹੁਣ ਸਾਡੇ ਅੰਦਰ ਬੈਠਾ ਮਨ ਜਿਹੜਾ ਲज्जਤ ਦਾ ਆਸ਼ਿਕ ਸੀ ਇਹਨੇ ਸਾਨੂੰ ਦੁਨੀਆ 'ਚ ਬੜਾ ਭਜਾਇਆ ਲੇਕਿਨ ਜਦੋਂ ਰੂਹਾ ਵੀ ਹੋਈ ਇਹਦੇ ਉੱਤੇ ਠੀਕ ਹੈ ਤਾਂ ਫਿਰ ਇਹਨੇ ਹੀ ਹੋਕਾ ਦਿੱਤਾ ਮਨ ਨੇ ਕਿਉਂਕਿ ਮਨ ਲज्जਤ ਦਾ ਆਸ਼ਿਕ ਹੈ ਇਹਨੂੰ ਜਦੋਂ ਹੋਰ ਵਧੀਆ ਲज्जਤ ਮਿਲੀ ਇਹ ਉਧਰ ਨੂੰ ਤੁਰ ਪਿਆ ਹੂੰ ਕੰਦਰ ਨਹੀਂ ਹੁਣ ਤੂੰ ਅੱਖ ਬੰਦ ਕਰਕੇ ਬੈਠ ਆਪਾਂ ਅੰਦਰ ਨੂੰ ਹੀ ਚੱਲਦੇ ਆਂ ਆਪਾਂ ਉਸ ਉਹਨਾਂ ਨਜ਼ਾਰਿਆਂ ਨੂੰ ਦੇਖਦੇ ਆਂ ਮਨ ਮੁੜਦਾ ਹੈ ਮਨ ਮਰਦਾ ਨਹੀਂ ਹੈ ਮਨ ਮੁੜਦਾ ਹੈ ਮਨ ਸਾਡਾ ਦੁਸ਼ਮਣ ਵੀ ਨਹੀਂ ਤੇ ਦੋਸਤ ਵੀ ਨਹੀਂ ਇਹ ਦੁਸ਼ਮਣੀ ਕਰਦਾ ਤਾਂ ਰੱਜ ਕੇ ਕਰਦਾ ਜਦੋਂ ਦੋਸਤੀ ਕਰਦਾ ਤਾਂ ਉਦੋਂ ਵੀ ਰੱਜ ਕੇ ਕਰਦਾ ਫਰਕ ਇਹ ਨਹੀਂ ਹੈ ਕਿ 네ਗੇਟਿਵ ਤੇ ਪੋਜ਼ਿਟਿਵ ਦਾ ਜਦੋਂ ਇਹ ਪੋਜ਼ਿਟਿਵ ਹੋ ਗਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵੀ ਤੂੰ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਤਾਂ ਕਰ ਤੂੰ ਕੀ ਹੈ ਤਾਂ ਮਹਾਪੁਰਸ਼ ਜਦੋਂ-ਜਦੋਂ ਸੰਸਾਰ 'ਚ ਆਏ ਨੇ ਉਹਨਾਂ ਨੇ ਸਾਨੂੰ ਅਸਲੀਅਤ ਨਾਲ ਜੁੜਨ ਦਾ ਹੌਕਾ ਦਿੱਤਾ ਤੇ ਸਾਰੀ ਇਨਸਾਨੀਅਤ ਨੂੰ ਇੱਕ ਸਨੇਹਾ ਵੀ ਦਿੱਤਾ ਵੀ ਦੇਖੋ ਭਾਵੇਂ ਅਸੀਂ ਅਲੱਗ-ਅਲੱਗ ਸਮਾਜ ਜਾਤ ਆਪ ਬਣਾ ਲਏ ਆਪਣੀ ਸਟੈਂਪ ਆਪ ਲਗਾ ਲਈ ਲੇਕਿਨ ਪ੍ਰਮਾਤਮਾ ਨੇ ਸਾਨੂੰ ਅਲੱਗ-ਅਲੱਗ ਨਹੀਂ ਭੇਜਿਆ ਔਰ ਜਨਮ ਦੇ ਵੇਲੇ ਜਦੋਂ ਸਾਡਾ ਜਨਮ ਹੁੰਦਾ ਹੈ ਅਸੀਂ ਕਦੀ ਆਪਣੀ ਮਰਜ਼ੀ ਨਾਲ ਆਏ ਆ ਇੱਥੇ ਕਿ ਮੈਂ ਰਾਜੇ ਦੇ ਘਰ ਪੈਦਾ ਹੋਣਾ ਜਾਂ ਮੈਂ ਕੁੱਲੀ ਵਾਲੇ ਦੇ ਘਰ ਪੈਦਾ ਹੋਣਾ ਇਹ ਮੈਂ ਇੱਕ ਬਹੁਤ ਹੀ ਵੱਡੇ ਵਪਾਰੀ ਦੇ ਘਰ ਪੈਦਾ ਹੋਣਾ ਜਾਂ ਇੱਕ ਮ ਜੁੱਤੀਆਂ ਗੰਡਣ ਵਾਲੇ ਦੇ ਘਰ ਪੈਦਾ ਹੋਣਾ ਰਵਿਦਾਸ ਜੀ ਮਹਾਰਾਜ ਆਏ ਸੰਸਾਰ ਚ ਕਿੱਥੇ ਆ ਕੇ ਪੈਦਾ ਹੋਏ ਜਿਹਨੂੰ ਉਸ ਸਮੇਂ ਦੇ ਲਿਹਾਜ਼ ਨਾਲ ਮੈਂ ਨਹੀਂ ਸਮਝਦਾ ਕਿ ਕੋਈ ਜਾਤ ਉੱਚੀ ਹੈ ਜਾਂ ਨੀਵੀਂ ਹੈ ਆਪਾਂ ਉਸ ਸਮੇਂ ਦੇ ਲਿਹਾਜ਼ ਨਾਲ ਗੱਲ ਕਰਦੇ ਆ ਜਦੋਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇਸ ਸੰਸਾਰ ਵਿੱਚ ਆਏ ਆ ਹੁਣ 24 ਫਰਵਰੀ ਨੂੰ ਉਹਨਾਂ ਦਾ ਰਵਿਦਾਸ ਜਨਮ ਦਿਵਸ ਆ ਆਪਾਂ ਉਹਨਾਂ ਨੂੰ ਯਾਦ ਕਰ ਲੈਣੇ ਆ ਜੀ 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 ਠੀਕ ਹੈ ਨਾ ਤਾਂ ਉਹ ਇੱਕ ਬੜੀ ਉਸ ਸਮੇਂ ਦੇ ਮੁਤਾਬਕ ਜਿਵੇਂ ਕਹੀ ਜਾਂਦੀ ਸੀ ਕਿ ਬੜੀ ਨੀਵੀਂ ਜਾਤ ਦੇ ਵਿੱਚ ਪੈਦਾ ਹੋਇਆ ਕਿ ਕਿਉਂਕਿ ਲੋਕਾਂ ਦਾ ਇੱਕ ਰੁਝਾਨ ਸੀ ਐਸਾ ਔਰ ਬੜਾ ਹੀ ਇੱਕ ਧਰਮ ਨੂੰ ਪਖੰਡ ਦੀ ਆੜ ਵਿੱਚ ਲਾਇਆ ਜਾ ਰਿਹਾ ਸੀਗਾ ਉਹਨਾਂ ਨੇ ਉਸ ਨੂੰ ਆਕੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਹੈਗੀ ਕਿ ਜਿਹੜਾ ਪ੍ਰਮਾਤਮਾ ਹੈ ਉਹ ਨਾ ਅਮੀਰ ਦੇਖਦਾ ਨਾ ਗਰੀਬ ਦੇਖਦਾ ਨਾ ਕਾਲਾ ਦੇਖਦਾ ਨਾ ਗੋਰਾ ਦੇਖਦਾ ਨਾ ਪੜਿਆ ਲਿਖਿਆ ਦੇਖਦਾ ਨਾ ਅਨਪੜ੍ਹ ਦੇਖਦਾ ਉਹ ਕੀ ਦੇਖਦਾ ਕਹਿੰਦਾ ਜਿਹਦੀ ਰੂਹ ਪਵਿੱਤਰ ਹੈਗੀ ਜਿਹਦਾ ਪਰਦਾ ਸਾਫ਼ ਹੈਗਾ ਉਹ ਉਹਦੇ ਕੋਲ ਆ ਕੇ ਡੇਰਾ ਲਾ ਲੈਂਦਾ ਉਹ ਰਾਜੇ ਦੇ ਘਰ ਨਹੀਂ ਜਾਂਦਾ ਉਹ ਗਰੀਬ ਦੇ ਘਰ ਚਲਾ ਜਾਂਦਾ ਪ੍ਰਮਾਤਮਾ ਤਾਂ ਇਹ ਚੀਜ਼ ਹੈ ਰਵਿਦਾਸ ਜੀ ਮਹਾਰਾਜ ਨੇ ਆ ਕੇ ਸਾਨੂੰ ਸਭ ਨੂੰ ਇਹੀ ਸੰਦੇਸ਼ ਆ ਦਿੱਤਾ ਹੁਣ ਉਹਨਾਂ ਨਾਲ ਕੀ ਕੀ ਨਹੀਂ ਹੋਇਆ ਮੈਂ ਇਹ ਹੀ ਕਹਿਣਾ ਚਾਹੁੰਦਾ ਸੀਗਾ ਕਿ ਆਪਾਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਬਾਰੇ ਸੁਣਦੇ ਆਇਆ ਛੋਟੇ ਹੁੰਦੇ ਤੋਂ ਕਿ ਉਹਨਾਂ ਦੀ ਬਾਣੀ ਵੀ ਬਾਣੀ 'ਚ ਵੀ ਉਹਨਾਂ ਦਾ ਵਰਣਨ ਦਰਜ ਹੈ ਹਾਂਜੀ ਹਾਂਜੀ ਤੇ 40 ਸ਼ਬਦ ਇੱਕ ਸ਼ਲੋਕ ਵੀ ਉਹਨਾਂ ਦਾ ਗੁਰਬਾਣੀ ਦੇ ਵਿੱਚ ਦਰਜ ਹੈ ਉਹਨਾਂ ਬਾਰੇ ਆਪਾਂ ਗੱਲਬਾਤ ਤੁਹਾਡੇ ਕੋਲ ਸੁਣਨਾ ਚਾਹੁੰਦੇ ਆ ਕਿ ਹਾਂ ਉਹਨਾਂ ਵਿੱਚ ਆਪਾਂ ਕੁਝ ਦੇਖਾਂਗੇ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਕਿਉਂਕਿ ਜਦੋਂ ਉਹ ਇਸ ਸੰਸਾਰ ਦੇ ਵਿੱਚ ਆਏ ਜਿਹੜਾ ਉਹਨਾਂ ਦਾ ਪਿਛੋਕੜ ਜੁੜਿਆ ਹੋਇਆ ਹੈ ਅ ਜਿਵੇਂ ਕਿ ਅਕਸਰ ਕਈ ਫੈਮਿਲੀਜ਼ ਦੇ ਵਿੱਚ ਹੁੰਦਾ ਆਇਆ ਗੁਰੂ ਨਾਨਕ ਸਾਹਿਬ ਆਏ ਮਾਪੇ ਨਹੀਂ ਸਮਝ ਪਾਏ ਉਹਨਾਂ ਨੂੰ ਪਿਤਾ ਨੇ ਜਦੋਂ 20 ਰੁਪਏ ਦਾ ਸੌਦਾ ਉਹਨਾਂ ਦੇ ਮੁਤਾਬਕ ਨਹੀਂ ਉਹਨਾਂ ਨੂੰ ਪਾਇਆ ਤਾਂ ਨੇਚਰਲੀ ਖਫਾ ਹੋਇਆ ਨਾ ਖਫਾ ਹੋਇਆ ਉਹਨਾਂ ਤੋਂ ਹਰਨਾਖਸ਼ਪੂ ਉਹਨਾਂ ਦਾ ਬੇਟਾ ਪ੍ਰਲਾਦ ਉਹ ਕਹਿੰਦਾ ਸੀ ਮੈਨੂੰ ਰੱਬ ਕਹੇ ਉਹ ਕਹਿੰਦਾ ਨਹੀਂ ਰੱਬ ਹੋਰ ਹੈ ਜੀ ਠੀਕ ਹੈ ਨਾ ਤਾਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਦੋਂ ਸੰਸਾਰ 'ਚ ਆਏ ਹਨ ਇਵੀ ਜਿਸ ਫੈਮਿਲੀ ਵਿੱਚ ਸੀਗੇ ਆਪਾਂ ਨੂੰ ਪੁਰਾਣਾ ਇਤਿਹਾਸ ਪਤਾ ਹੀ ਹੈ ਕਿ ਜੁੱਤੀਆਂ ਗੰਡਣ ਦਾ ਚਮੜੇ ਦਾ ਕਾਰੋਬਾਰ ਇਹਨਾਂ ਨੇ ਕੀਤਾ ਔਰ ਇੱਥੋਂ ਤੱਕ ਵੀ ਕਹਿਆ ਜਾਂਦਾ ਵੀ ਸ਼ਾਇਦ ਪਸ਼ੂ ਢੋਣ ਦਾ ਕੰਮ ਵੀ ਕੀਤਾ ਜਾਂਦਾ ਸੀਗਾ ਉਹ ਇਤਿਹਾਸਕ ਤੱਥ ਹੈ ਉਹਦੇ ਬਾਅਦ ਇਹ ਆਪਾਂ ਕੁਝ ਨਹੀਂ ਜ਼ਿਆਦਾ ਗੱਲ ਕਰਾਂਗੇ ਉਹ ਜਿਵੇਂ ਜਿਵੇਂ ਇਤਿਹਾਸ ਹੈ ਸਭ ਨੂੰ ਪਤਾ ਵੀ ਹੁੰਦਾ ਥੋੜਾ ਬਹੁਤ ਚਲੋ ਮੇਨ ਹੈਵੀ ਉਹਨਾਂ ਨੇ ਜੁੱਤੀਆਂ ਗੰਡਣ ਦਾ ਜਿਹੜਾ ਪੇਸ਼ਾ ਸੀ ਇਹ ਲਿਆ ਇਹਨਾਂ ਦੀ ਸ਼ੁਰੂ ਤੋਂ ਜਿਹੜੀ ਰੁਚੀ ਸੀ ਉਹ ਪਰਮਾਤਮਾ ਵੱਲ ਸੀ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਸੀ ਪਹਿਲਾਂ ਕਿ ਮੈਂ ਸੋਚਦਾ ਕਿ ਮੈਂ ਵੀ ਹੁਣ ਇਸ ਕੰਮ ਤੇ ਆ ਜਾਵਾਂ ਲੇਕਿਨ ਸ਼ੀਰ ਗੁਰੂ ਰਵੀਦਾਸ ਜੀ ਮਹਾਰਾਜ ਜੋ ਕਿ ਦੁਨੀਆ ਨੂੰ ਤਾਰਨ ਵਾਸਤੇ ਆਏ ਗਿਆਨ ਦੇਣ ਵਾਸਤੇ ਆਏ ਵੀ ਤੁਸੀਂ ਹੈ ਕੌਣ ਚਲੋ ਜੁੜੀਏ ਆਪਾਂ ਉਹਦੇ ਨਾਲ ਇਹ ਸਨੇਹਾ ਲੈ ਕੇ ਆਏ ਸੀ ਪਰਿਵਾਰ ਨੂੰ ਇਹ ਨਹੀਂ ਪਾਇਆ ਮਾਂ-ਬਾਪ ਨੂੰ ਇਹ ਨਹੀਂ ਚੰਗਾ ਲੱਗਿਆ ਬਹੁਤ ਛੋਟੀ ਉਮਰ ਦੇ ਵਿੱਚ ਇਹਨਾਂ ਦੀ ਸ਼ਾਦੀ ਵੀ ਕਰ ਦਿੱਤੀ ਗਈ ਔਰ ਸੋਚਿਆ ਵੀ ਸ਼ਾਇਦ ਹੁਣ ਕਾਰੋਬਾਰ ਢੰਗ ਨਾਲ ਕਰਨ ਲੱਗ ਜਾਏਗਾ ਹੁੰਦਾ ਨਾ ਅੱਜ ਕੱਲ ਵੀ ਸਾਡੀਆਂ ਫੈਮਿਲੀ ਸੋਚਦੀਆਂ ਨੇ ਮੁੰਡਾ ਵਿਆਹ ਦਿਓ ਜੀ ਕਿਤੇ ਤਾਂ ਕੰਮ ਤੇ ਲੱਗ ਹੀ ਜਾਏਗਾ ਚਲੋ ਪਰਿਵਾਰ ਚ ਬਣਿਆ ਰਹੇਗਾ ਪਰ ਨਹੀਂ ਉਹਨਾਂ ਦੀ ਰੁਚੀ ਪਰਮਾਤਮਾ ਨਾਲ ਜੁੜੀ ਹੋਈ ਸੀਗੀ ਸ਼ਾਦੀ ਵੀ ਕਰ ਦਿੱਤੀ ਫਿਰ ਵੀ ਗੱਲ ਨਹੀਂ ਬਣੀ ਕਿਉਂਕਿ ਉਹ ਅੱਖ ਬੰਦ ਕਰਕੇ ਪਰਮਾਤਮਾ ਦੇ ਨਾਲ ਹੀ ਜੁੜਨ ਵਾਲੇ ਸੀਗੇ ਕਿਉਂਕਿ ਇਹ ਰੱਬੀ ਰੂਹਾਂ ਬਣੀਆਂ ਬਣਾਈਆਂ ਆਉਂਦੀਆਂ ਨੇ ਬਣੀਆਂ ਬਣਾਈਆਂ ਆਉਂਦੀਆਂ ਨੇ ਇੱਥੇ ਨਹੀਂ ਆ ਕੇ ਬਣਦੀਆਂ ਬਣੀਆਂ ਬਣਾਈਆਂ ਤਾਂ ਅਲੱਗ ਕਰ ਦਿੱਤਾ ਗਿਆ ਉਹਨਾਂ ਦਾ ਉਹਨੇ ਅਲੱਗ ਵੀ ਆਪਣਾ ਕਾਰੋਬਾਰ ਕੀਤਾ ਹੈ ਉਹੀ ਜੁੱਤੀਆਂ ਗਨਣਨ ਦਾ ਕਰਦੇ ਰਹੇ ਲੇਕਿਨ ਜਦੋਂ ਇਹਨਾਂ ਦੀ ਰੋਹਾਨੀਅਤ ਦੇ ਬਾਬਤ ਗੱਲਾਂ ਇਧਰ ਆਉਣੀਆਂ ਸ਼ੁਰੂ ਹੋਈਆਂ ਬਾਹਰ ਸਮਾਜ ਵੱਲ ਨੂੰ ਫੈਲਣੀਆਂ ਸ਼ੁਰੂ ਹੋਈਆਂ ਔਰ ਇਹਨਾਂ ਦੀ ਜੋ ਤਪੱਸਿਆ ਸੀ ਜਾਂ ਇਹਨਾਂ ਦਾ ਚਿਹਰਾ ਦੇਖ ਕੇ ਵੀ ਪਤਾ ਲੱਗਦਾ ਹੀ ਆ ਵੀ ਇੱਕ ਚੀਜ਼ ਇਹ ਕੌਣ ਨੇ ਜਾਂ ਉਹਨਾਂ ਦੀ ਸ਼ੋਹਰਤ ਜਦੋਂ ਸੁਣਨੀ ਸ਼ੁਰੂ ਹੋਈ ਆਸੇ ਪਾਸੇ ਫੈਲੀ ਤਾਂ ਉਸ ਵਕਤ ਦੇ ਸਮਾਜ ਨੂੰ ਉਹ ਗੁਵਾਰਾ ਨਹੀਂ ਬੈਠਿਆ ਗੁਵਾਰਾ ਨਹੀਂ ਬੈਠਿਆ ਉਹ ਗੱਲ ਕਰਦੇ ਸੀ ਮੇਰੇ ਖਿਆਲ ਨਾਲ ਸਾਰੇ ਧਰਮ ਸਾਰੇ ਜਾਤੀ ਦੇ ਲੋਕਾਂ ਨੂੰ ਇਕੱਠੇ ਕਰਨ ਦੀ ਸ਼ਾਇਦ ਉਹ ਤਾਂ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਉਹ ਤਾਂ ਮਾਨਵਤਾ ਦੱਸਣੇ ਸੰਦੇਸ਼ ਲੈ ਕੇ ਆਏ ਸੀ ਜੀ ਸਾਰੇ ਮਹਾਨ ਪੁਰਸ਼ਾਂ ਨੇ ਕਿਹਾ ਨੇ ਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਦਸਮ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਸਾਰਿਆਂ ਨੇ ਕਿਹਾ ਸਾਰਿਆਂ ਨੇ ਕਿਹਾ ਆਪਣੇ 사વન કૃਪਾ ਰੋਹਾਨੀ ਮਿਸ਼ਨ ਦੇ ਵਿੱਚ ਹੀ ਧਿਆਲਪੁਰ ਸੰਦਰਸ਼ਨ ਸਿੰਘ ਮਹਾਰਾਜ ਜੀ ਹੈ ਉਹਨਾਂ ਨੇ ਇੱਕ ਸ਼ੇਰ ਬੜਾ ਵਧੀਆ ਕਿਹਾ ਸੀ ਇਸ ਮਾਮਲੇ 'ਚ ਕਿ ਗਲੇ ਲਗਾ ਲਓ ਹਰ ਇਨਸਾਨ ਕੋ ਕਿ ਆਪਣਾ ਹੈ ਜੀ ਚਲੋ ਤਰੇਹਕ ਬਜ਼ਾਰੋ ਮੇ ਵੰਡਤੇ ਹੋਏ ਪਿਆਰ ਵਾਹ ਜੀ ਵਾਹ ਜੀ ਤਾਂ ਇਹ ਹੈ ਤਾਂ ਉਹ ਪਿਆਰ ਵੰਡਣ ਦੀ ਗੱਲ ਕਰਦੇ ਆ ਕਿਉਂਕਿ ਪਰਮਾਤਮਾ ਪਿਆਰ ਹੈ ਜਿਹੜਾ ਪਿਆਰ ਕਰਦਾ ਉਹਨੂੰ ਮਿਲਦਾ ਹੈ ਜਿਹੜਾ ਕਣਕਣ ਨਾਲ ਪਿਆਰ ਕਰਦਾ ਹੈ ਹਰ ਕਣ ਨਾਲ ਪਿਆਰ ਕਰਦਾ ਹੈ ਕੋਈ ਦੁਰਵਿਹਾਰ ਨਹੀਂ ਕਰਦਾ ਕੋਈ ਅਲਗ ਨਹੀਂ ਸਮਝਦਾ ਤੇ ਪਰਮਾਤਮਾ ਤਾਂ ਉਹਦੇ ਅੰਦਰ ਬੈਠਾ ਆ ਕੇ ਬਿਲਕੁਲ ਠੀਕ ਹੈ ਨਾ ਗੁਣ ਚਾਹੀਦੇ ਨੇ ਕਿਉਂਕਿ ਇੱਕ ਇਨਸਾਨ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਅਗਰ ਫਰਕ ਹੈ ਤਾਂ ਗੁਣ ਅਵਗੁਣ ਦਾ ਹੈ ਪਰਮਾਤਮਾ ਗੁਣਾਂ ਦਾ ਭਰਪੂਰ ਹੈ ਤਾਂ ਪਰਮਾਤਮਾ ਹੈ ਉਹ ਗੁਣਾਂ ਦਾ ਭਰਪੂਰ ਹੈ ਸਾਡੇ ਅੰਦਰ ਵੀ ਆਤਮਾ ਬੈਠੀ ਗੁਣਾਂ ਦੀ ਭਰਪੂਰ ਹੈ ਪਰ ਹੀਰਾ ਮਿੱਟੀ ਥਲੇ ਦਬ ਜਾਵੇ ਉਹਦੀ ਕੀਮਤ ਨਹੀਂ ਪੈਂਦੀ ਬਿਲਕੁਲ ਹੀਰਾ ਮਿੱਟੀ ਥਲੇ ਦਬ ਜਾਵੇ ਕੀਮਤ ਨਹੀਂ ਪੈਂਦੀ ਪਰ ਹੀਰੇ ਦੀ ਕੀਮਤ ਉਹ ਨਹੀਂ ਹੋਈ ਹੈ ਜਦੋਂ ਮਿੱਟੀ ਲਾਦੇ ਹੋਗੇ ਹੀਰਾ ਫਿਰ ਚਮਕਾ ਮਾਰੇਗਾ ਪਰਮਾਤਮਾ ਦਾ ਅੰਸ਼ ਸਾਡੇ ਅੰਦਰ ਆਤਮਾ ਹੈ ਉਹਦੇ ਚ ਚਮਕ ਅੱਜ ਵੀ ਹੈ ਕਈ ਸੂਰਜਾਂ ਦਾ ਪ੍ਰਕਾਸ਼ ਸਾਡੀ ਆਤਮਾ ਆਪਣੇ ਅੰਦਰ ਲੈ ਕੇ ਬੈਠੀ ਹੈ ਪਰ ਪਹਿਚਾਣ ਨਹੀਂ ਆ ਸਾਨੂੰ ਆਪਣੀ ਠੀਕ ਹੈ ਲੇਕਿਨ ਜਦੋਂ ਕਿਸੇ ਮਹਾਂਪੁਰਸ਼ ਦੀ ਨਜ਼ਰ ਮਿਲਦੀ ਹੈ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਪਹਿਚਾਣ ਦਾ ਬੰਦਾ ਫਿਰ ਪਤਾ ਹੈ ਕਿਉਂਕਿ ਇਹ ਪਹਿਚਾਣੀਆਂ ਰੂਹਾਂ ਨੇ ਆਪਣੇ ਆਪ ਚ ਇਹ ਜਿਹੜੀਆਂ ਰੂਹਾਂ ਆਈਆਂ ਸ਼੍ਰੀ ਰਵਿਦਾਸ ਜੀ ਮਹਾਰਾਜ ਜਦੋਂ ਇਹਨਾਂ ਦੀ ਸ਼ੋਹਰਤ ਫੈਲਣੀ ਸ਼ੁਰੂ ਹੋਈ ਵਿਰੋਧ ਸ਼ੁਰੂ ਹੋ ਗਿਆ ਜੀ ਨੈਚੁਰਲੀ ਹੋਣਾ ਸੀਗਾ ਕਿਉਂਕਿ ਇਹਨਾਂ ਨੇ ਉਸ ਵਕਤ ਦੇ ਰੀਤੀ ਰਿਵਾਜਾਂ ਉੱਤੇ ਚੋਟ ਕੀਤੀ ਵੀ ਇਹ ਕਿਹੜੇ ਪਾਸੇ ਨੂੰ ਲਈ ਜਾ ਰਹੇ ਹੋ ਤੁਸੀਂ ਇਹਨਾਂ ਨੂੰ حقیقت والے پاسے آؤ پرماطما ਨੂੰ ਅਸਲੀ ਰੂਪ ਵਿੱਚ ਜਾਣਨ ਦੀ ਤੁਸੀਂ ਕੋਸ਼ਿਸ਼ ਕਰੋ ਅਸੀਂ ਇਹ ਵੀ ਸੁਣਿਆ ਕਿ ਮੀਰਾ ਬਾਈ ਜੀ دیوانے ضرور ਕ੍ਰਿਸ਼ਨ ਮਹਾਰਾਜ ਦੇ ਸੀਗੇ ਪਰ ਉਹ ਬਾਣੀ ਦਾ ਵਰਨਰ ਲੈਣ ਗੁਰੂ ਰਵਿਦਾਸ ਜੀ ਕੋਲ ਆਏ ਸੀ ਹਾਂਜੀ ਜਦੋਂ ਤੱਕ ਮੀਰਾ ਬਾਈ ਜੀ ਦਾ ਇਤਿਹਾਸ ਹੈ ਨਾ ਬੜਾ ਪਿਆਰਾ ਇਤਿਹਾਸ ਹੈ ਮੀਰਾ ਬਾਈ ਜੀ ਬਚਪਨ ਤੋਂ ਭਗਵਾਨ ਕ੍ਰਿਸ਼ਨ ਦੇ ਉਪਾਸਕ ਸੀਗੇ ਜੀ ਜਿਨੂੰ ਅਸੀਂ ਸਰਗੁਣ ਭਗਤੀ ਕਹਿੰਦੇ ਹਾਂ ਸਰਗੁਣ ਭਗਤੀ ਉਹ ਬਚਪਨ ਤੋਂ ਲੱਗੀ ਸੀ ਉਹਨਾਂ ਦੇ ਮਨ ਨੂੰ ਔਰ ਬੜੇ ਉੱਚ ਕੋਟੀ ਦੇ ਉਹਨਾਂ ਦੇ ਪ੍ਰਸ਼ੰਸਕ ਕਹਿ ਲਈਏ ਗੁਣगान ਕਰਨ ਵਾਲੇ ਰਹੇ ਨੇ ਲੇਕਿਨ ਪ੍ਰਭੂ ਦੀ ਉਹਨਾਂ ਦੇ ਉੱਤੇ ਹੋਰ ਵੀ ਇੱਕ ਕਿਰਪਾ ਹੋ ਗਈ ਕਿਰਪਾ ਹੀ ਪ੍ਰਭੂ ਦੀ ਤਾਂ ਹੀ ਜੀਵ ਉਸ ਪਾਸੇ ਨੂੰ ਚੱਲਦਾ ਹੈ ਤਾਂ ਉਹਨਾਂ ਦੇ ਅੰਦਰ ਇੱਕ ਇਹ ਵੀ ਝਲਕ ਹੋਈ ਇੱਕ ਗਿਆਨ ਦੀ ਇੱਕ ਤਾਲੀਮ ਦੀ ਇੱਕ ਇਹ ਵੀ ਝਲਕ ਅੰਦਰ ਆ ਗਈ ਕਿ ਅਗਰ ਮੈਂ ਆਪਣੇ ਆਪ ਨੂੰ ਹਕੀਕਤ ਰੂਪ ਵਿੱਚ ਜਾਨਣਾ ਚਾਹਨੀ ਹੈ ਪਰਮਾਤਮਾ ਨੂੰ ਮਿਲਣਾ ਚਾਹਨੀ ਹੈ ਤਾਂ ਸ਼ਾਇਦ ਮੈਨੂੰ ਕਿਸੇ ਪੂਰਨ ਗੁਰੂ ਕੋਲ ਜਾਣਾ ਪਏਗਾ ਜੀ ਤਾਂ ਪਤਾ ਲੱਗਿਆ ਬਿਸ਼ੇਰ ਗੁਰੂ ਰਵਿਦਾਸ ਜੀ ਮਹਾਰਾਜ ਉਚਕੋਟੀ ਦੇ ਉਹ ਪਰਮਾਤਮਾ ਦਾ ਰੂਪ ਹੀ ਧਰਤੀ ਦੇ ਉੱਤੇ ਆਏ ਹੋਏ ਨੇ ਤਾਂ ਉਹਨਾਂ ਨੇ ਉਹਨਾਂ ਦੀ ਸ਼ਰਣ ਵਿੱਚ ਆ ਗਏ ਹੋ ਆਏ ਉਹਨਾਂ ਨੂੰ ਗਿਆਨ ਮਿਲਿਆ ਜਦੋਂ ਗਿਆਨ ਮਿਲਿਆ ਉਹਨਾਂ ਨੂੰ ਉਸ ਵਕਤ ਮੀਰਾ ਨੇ ਇੱਕ ਬਾਣੀ ਉਚਾਰੀ ਸੀ ਕਿਉਂਕਿ ਪਹਿਲਾਂ ਉਹ ਗਿਆਨ ਉਹਦੇ ਕੋਲ ਨਹੀਂ ਸੀ ਅੰਤਰਮੁਖ ਗਿਆਨ ਨਹੀਂ ਸੀ ਆਇਆ ਉਪਾਸਨਾ ਦੇ ਨਾਲ ਅੰਤਰਮੁਗਿਆ ਨਹੀਂ ਸੀ ਲੇਕਿਨ ਜਦੋਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਚਰਨਾਂ 'ਚ ਪਹੁੰਚੀ ਮੀਰਾ ਬਾਈ ਤਾਂ ਉਹਨੂੰ ਅੰਤਰ ਦਾ ਜਦੋਂ ਗਿਆਨ ਦਿੱਤਾ ਗਿਆ ਤਾਂ ਫਿਰ ਮੀਰਾ ਬਾਈ ਨੇ ਇਸ ਗੱਲ ਨੂੰ ਕਿਹਾ ਸੀ ਮੀਰਾ ਮਨ ਮਾਨੀ ਸੁਰਤ ਸੈਲ ਅਸਮਾਨੀ ਮੀਰਾ ਦਾ ਮਨ ਹੁਣ ਮੰਨ ਗਿਆ ਕਿਉਂ ਮੇਰੀ ਸੁਰਤ ਨੇ ਗगन ਮੰਡਲ ਦੀ ਉਡਾਰੀ ਮਾਰ ਕੇ ਦੇਖ ਲਈ ਹੈ ਕਹਿਣ ਤੋਂ ਪਾਵੇ ਹੈ ਗगन ਮੰਡਲ ਕੋਈ ਨਹੀਂ ਵੀ ਇਹ ਚੋਂ ਵੈਸੇ ਆਪਾਂ ਕਿਸੇ ਉੱਚੜੇ ਦੇ ਉੱਪਰ ਨੂੰ ਮਤਲਬ ਕੀ ਸੀ ਕਿ ਮੈਂ ਆਪਣੇ ਸਰੀਰ ਦੀ ਹੱਦ ਜਿਹੜੀ ਹੈ ਆ ਅੱਖਾਂ ਦੀ ਹੱਦ ਐ ਮੈਂ ਇਹਦੇ ਆਪਣੇ ਨੌ ਦਰਵਾਜਿਆਂ ਦੇ ਵਿੱਚੋਂ ਦੀ ਨਿਕਲ ਕੇ ਆਹ ਦਸਵੀਂ ਗਲੀ ਪਾਰ ਕਰਕੇ ਅੱਜ ਮੈਂ ਉੱਪਰਲੀ ਉਡਾਨ ਵਿੱਚ ਆ ਗਈ ਆ ਮੈਂ ਆਪਣੀ ਹਕੀਕਤ ਨੂੰ ਜਾਣਨ ਵਾਲੀ ਬਣ ਗਈ ਆ ਤਾਂ ਇਹ ਕਿਰਪਾ ਉਹਨਾਂ ਦੇ ਉੱਤੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਕੀਤੀ ਫਿਰ ਅੱਗੇ ਵੀ ਚਾਰਿਆ ਸੀ ਮੀਰਾ ਮਨ ਮਾਨੀ ਸੁਤ ਸੈਲ ਅਸਮਾਨੀ ਜਿਉਂ ਹੀ ਏਤੀ ਪੀਰ ਸੰਸਾਲ ਕਸਕ ਕਸਕ ਕਸਕਾਨੀ ਰਾਤ ਦਿਵਸ ਮੋਹਿ ਨੀਂਦ ਨਾ ਆਵੇ ਭਾਵੇ ਅਨਨਾ ਪਾਣੀ ਕਹਿੰਦੀ ਹੁਣ ਮੇਰੀ ਇਹ ਹਾਲਤ ਬਣ ਗਈ ਹੈ ਕਿਉਂਕਿ ਇਹ ਹੀ ਰੋਹਾਨੀਅਤ ਹੈ ਆਪਾਂ ਰੋਹਾਨੀਅਤ ਦੀ ਗੱਲ ਕਰ ਰਹੇ ਸੀ ਨਾ ਹੁਣ ਤੜਫ ਲੱਗ ਗਈ ਹੁਣ ਮੀਰਾ ਤਾਂ ਬਹੁਤ ਉੱਚੇ ਘਰਾਣੇ ਤੋਂ ਸੀ ਕੀ ਧਨ ਦੌਲਤ ਦੀ ਕਮੀ ਸੀ ਕੋਈ ਕਮੀ ਨਹੀਂ ਸੀਗੀ ਸ਼ਹਿਜ਼ਾਦੀ ਸੀ ਮੇਰਾ ਭਾਈ ਜੀ ਨੇ ਮੇਰੇ ਖਿਆਲ ਨਾਲ ਡਿਨਰ ਤੇ ਵੀ ਇਨਵਾਈਟ ਕੀਤਾ ਸੀਗਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਜਦੋਂ ਘਰ 'ਚ ਸਾਰੇ ਹੋਰ ਵੀ ਉਸ ਟਾਈਮ ਦੇ ਉਹ ਉਹ ਰਾਣੀ ਚਾਲੀ ਸੀ ਜੀ ਉਹ ਰਾਣੀ ਚਾਲੀ ਨੇ ਬੁਲਾਇਆ ਸੀ ਠੀਕ ਹੈ ਜੀ ਹਾਂ ਮੀਰਾ ਜੀ ਦਾ ਇਤਿਹਾਸ ਜਿਹੜਾ ਇਹਨਾਂ ਨਾਲ ਜੁੜਿਆ ਹੋਇਆ ਤਾਂ ਕਈਆਂ ਨੇ ਮੀਰਾ ਜੀ ਨੂੰ ਤਾਣਾ ਮਾਰਿਆ ਸੀਗਾ ਆਪਾਂ ਪਹਿਲਾਂ ਮੀਰਾ ਬਾਜੀ ਦਾ ਟੋਪਿਕ ਉਹ ਦੇਖਦੇ ਹਾਂ ਜੀ 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 ਮੀਰਾ ਭਾਈ ਜਿਨੇ ਉਹਨਾਂ ਨੂੰ ਕਿਸੇ ਨੇ ਤਾਣਾ ਮਾਰਿਆ ਕਿ ਤੂੰ ਤਾਂ ਸ਼ਹਿਜ਼ਾਦੀ ਹੈ ਮਹਿਲਾਂ 'ਚ ਰਹਿਣ ਵਾਲੀ ਆ ਤੇ ਆ ਇੱਕ ਨੀਜਾ ਦਾ ਗੁਰੂਤਾਰਨ ਕੀਤਾ ਹੋਇਆ ਕਿਉਂਕਿ ਅਨ ਅਵੇਅਰਨੈਸ ਹੈ ਅਗਿਆਨਤਾ ਜਿਹਨੂੰ ਆਪਾਂ ਕਹਿੰਦੇ ਆ ਨਾ ਇਹ ਹਰ ਇੱਕ ਦੇ ਅੰਦਰ ਹੁੰਦੀ ਹੈ ਬਿਲਕੁਲ ਠੀਕ ਹੈ ਉਸੇ ਲਈ ਹਾਈ ਨਾਲੀ ਜੀ ਗੱਲ ਕਰਦਾ ਹੈਗਾ ਤਾਂ ਜਦੋਂ ਤਾਣੇ ਵੇਣੇ ਵੱਜਣੇ ਸ਼ੁਰੂ ਹੋਏ ਤਾਂ ਮੀਰਾ ਬਾਜੀ ਦੇ ਮਨ 'ਚ ਆਇਆ ਵੀਕਿ ਉਹ ਨਾ ਹੋਵੇ ਮੈਂ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੀ ਵੀ ਕੁਲੀ ਸੁਧਾਰ ਦਵਾਂ ਵਾਹ ਜੀ ਵਾਹ ਹੈ ਹੀਰਾ ਲੈ ਕੇ ਗਈ ਹੈ ਹੀਰਾ ਲੈ ਕੇ ਗਈ ਜਾ ਕੇ ਉਹਨਾਂ ਨੂੰ ਪੇਸ਼ ਕੀਤਾ ਕਿ ਸਤਿਗੁਰੂ ਵੀ ਮੈਨੂੰ ਬੜੇ ਤਾਨੇ ਮੇਣੇ ਵਜਦੇ ਨੇ ਵੀ ਤੇਰਾ ਗੁਰੂ ਇਦਾਂ ਤੇ ਤੂੰ ਮਹਿਲਾਂ 'ਚ ਰਹਿਣ ਵਾਲੀ ਵੀ ਤੁਸੀਂ ਇਹਨੂੰ ਵੇਚ ਕੇ ਤੇ ਤੁਸੀਂ ਇੱਕ ਆਪਣਾ ਮਹਿਲ ਤਿਆਰ ਕਰ ਲਓ ਆਪਣਾ ਨਿਵਾਸ ਵਧੀਆ ਬਣਾ ਲਓ ਠੀਕ ਹੈ ਉਹਨਾਂ ਨੇ ਉਸ ਨੂੰ ਅਸੈਪਟ ਨਹੀਂ ਕੀਤਾ ਜਾਂਦੀ ਹੋਈ ਮੀਰਾ ਲੈ ਕੇ ਨਹੀਂ ਗਈ ਉਹਨਾਂ ਦੀ ਉਸੇ ਕੁੱਲੀ ਦੇ ਵਿੱਚ ਹੀ ਰੱਖ ਗਈ ਉੱਥੇ ਰੱਖ ਗਈ ਵੀ ਜਦੋਂ ਦਿਲ ਕਰੇਗਾ ਉਦੋਂ ਇਸ ਨੂੰ ਕਰ ਲੈਣਾ ਕਈ ਮਹੀਨਿਆਂ ਤੋਂ ਬਾਅਦ ਮੀਰਾ ਫੇਰ ਆਈ ਤਾਂ ਰਵਿਦਾਸ ਜੀ ਮਹਾਰਾਜ ਉਸੇ ਵਕਤਰਾ ਕੁੱਲੀ ਵਿੱਚ ਸੀ ਕਿਉਂਕਿ ਸੰਤ ਮਹਾਤਮਾ ਇਹ ਦੁਨੀਆਵੀ ਦੌਲਤ ਨਾਲ ਨਹੀਂ ਜੁੜਦੇ ਹੈਗੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਤਾਂ ਬੇਸ਼ੁਮਾਰ ਦੌਲਤ ਹੈ ਕੁਲ ਦੁਨੀਆ ਦੇ ਮਾਲਕ ਨੇ ਉਹ ਉਹ ਇਸ ਦੌਲਤ ਨਾਲ ਨਹੀਂ ਜੁੜਦੇ ਉਹ ਕਹਿੰਦੇ ਰੋਹਾਨੀ ਦੌਲਤ ਨਾਲ ਜੁੜੋ ਉਹ ਉਲ ਪ੍ਰਾਪਤ ਕਰੋ ਜਿਸ ਨੇ ਤੁਹਾਡੇ ਕੰਮ ਆਣਾ ਹੈ ਅਸਲ ਵਿੱਚ ਜਿਹੜੀ ਰੂਹ ਦੀ ਖੁਰਾਕ ਹੈ ਉਹਨੂੰ ਦਿਓ ਤੁਸੀਂ ਤਾਂ ਮੀਰਾ ਬਾਈ ਜੀ ਦੇ ਇਹਨਾਂ ਨਾਲ ਇਹ ਤਲ ਕਰਿਆ ਤਾਂ ਮੀਰਾ ਬਾਈ ਜੀ ਇਹਨਾਂ ਦੇ ਨਾਲ ਉਪਾਸਨਾ ਕਰਕੇ ਉਹਨਾਂ ਨੇ ਵੀ ਆਪਣੀ ਗਤੀ ਨੂੰ ਅੰਦਰੋਂ ਪ੍ਰਾਪਤ ਕੀਤਾ ਪੂਰਾ ਤਾਂ ਜਿਹੜੀ ਤੁਸੀਂ ਉਹ ਗੱਲ ਕਰ ਰਹੇ ਸੀ ਵੀ ਉਹ ਉਹ ਰਾਣੀ ਝਾਲੀ ਸੀ ਜੀ ਮੈਨੂੰ ਗਲਤੀ ਲੱਗੀ ਉਹਨੇ ਇਨਵਾਈਟ ਕੀਤਾ ਸੀ ਜੀ ਤਾਂ ਜਦੋਂ ਇਨਵਾਈਟ ਕੀਤਾ ਸੀ ਤੇ ਉੱਥੇ ਜਿਹੜੇ ਉਸ ਵਕਤ ਦਾ ਬ੍ਰਾਹਮਣ ਸਮਾਜ ਹੈ ਅਪੋਸਲੇ ਹਾਜ ਨਾਲ ਗੱਲ ਕਰਨੀ ਜੋ ਸਾਡਾ ਇਤਿਹਾਸ ਕਹਿੰਦਾ ਹੈਗਾ ਆਪਣੇ ਕੋਲੋਂ ਕੁਝ ਨਹੀਂ ਇਤਿਹਾਸ ਜੋ ਕੇ ਤੀਸਰੀ ਤਰੀਕੇ ਨਾਲ ਵਰਣਨ ਕਰਦਾ ਹੈਗਾ ਵੀ ਉਸ ਵਕਤ ਜਿਹੜੇ ਬ੍ਰਾਹਮਣ ਸਮਾਜ ਸੀਗਾ ਤਾਂ ਉਹਨਾਂ ਨੂੰ ਇਹ ਗਵਾਰਾ ਨਹੀਂ ਵੀ ਇੱਕ ਕਿਉਂਕਿ ਨੀਚ ਛੂਦਰ ਨੀਚੀਆਂ ਜਾਤੀਆਂ ਨੂੰ ਆਪਣੇ ਬਰਾਬਰ ਨਹੀਂ ਸੀ ਬੈਠਣ ਦਿੰਦੇ ਨਾਲ ਖਾਣਾ ਪੀਣਾ ਤਾਂ ਅਲੱਗ ਗੱਲ ਦੂਰ ਦੀ ਗੱਲ ਰਹੇਗੀ ਉਹਨਾਂ ਦੇ ਕੋਲ ਵੀ ਨਹੀਂ ਸੀ ਬੈਠਦੇ ਉਹ ਤਾਂ ਜਦੋਂ ਉੱਥੇ ਇਨਵਾਈਟ ਕੀਤਾ ਗਿਆ ਤਾਂ ਉਹਨਾਂ ਨੇ ਕਹਿਤਾ ਜੀ ਇਹ ਅਲੱਗ ਅਸੀਂ ਆਪਣਾ ਖਾਣਾ ਤਿਆਰ ਕਰਾਂਗੇ ਉਹਨਾਂ ਨੂੰ ਆਪਣਾ ਜੋ ਵੀ ਰਾਸ਼ਨ ਹੈ ਅਲੱਗ ਲੈ ਕੇ ਪਕਾਇਆ ਤੇ ਉਹ ਬ੍ਰਾਹਮਣ ਸਮਾਜ ਨੇ ਆਪਣਾ ਅਲੱਗ ਭੋਜ ਕੀਤਾ ਤੇ ਰਵਿਦਾਸ ਜੀ ਨੂੰ ਜਦੋਂ ਉਹਨਾਂ ਨੇ ਅਲੱਗ ਲੇਕਿਨ ਜਦੋਂ ਉਹ ਬ੍ਰਾਹਮਣ ਸਮਾਜ ਸਾਰਾ ਲੰਗਰ ਪਕਣ ਤੋਂ ਬਾਅਦ ਉਹ ਪੰਗਤਾਂ 'ਚ ਬੈਠ ਕੇ ਖਾਣ ਲੱਗੇ ਤਾਂ ਕੀ ਦੇਖਦੇ ਨੇ ਕਿ ਹਰ ਦੋ ਬ੍ਰਾਹਮਣ ਤੋਂ ਬਾਅਦ ਰਵਿਦਾਸ ਜੀ ਵਿੱਚ ਬੈਠੇ ਨੇ ਵਾਹ ਜੀ ਵਾਹ ਉਸ ਤੋਂ ਬਾਅਦ ਵਿੱਚ ਬੈਠੇ ਨੇ ਤਾਂ ਕਹਿਣ ਤੋਂ ਪਾਵੈ ਕਿ ਜਿਹੜੀਆਂ ਇਹ ਰੱਬੀ ਤਾਕਤਾਂ ਹੁੰਦੀਆਂ ਨੇ ਉਹ ਕਰਿਸ਼ਮੇ ਕਰਦੀਆਂ ਨਹੀਂ ਕਰਦੀਆਂ ਨਹੀਂ ਪਰ ਕਈ ਵਾਰੀ ਸਾਡੀ ਅੱਖ ਖੋਲਣ ਵਾਸਤੇ ਉਹਨਾਂ ਨੂੰ ਇੱਕ ਕਰਨੇ ਵੀ ਪੈ ਜਾਂਦੇ ਨੇ ਗੁਰੂ ਨਾਨਕ ਸਾਹਿਬ ਨੇ ਜੀ ਪੱਥਰ ਰੋਕਿਆ ਪੰਜਾ ਸਾਹਿਬ ਦੇਖਦੇ ਆਪਾਂ ਕਹਿੰਦੇ ਉਹ ਸੋਮੇ ਸਕਾਤ ਦੇ ਉੱਪਰ ਜੀ ਥੱਲੇ ਆਓ ਵੀ ਹੰਕਾਰੀ ਨਾ ਬਣੋ ਜੀ ਤਾਂ ਮਤਲਬ ਇਹ ਵੀ ਅਲੱਗ-ਅਲੱਗ ਸਮਿਆਂ ਦੇ ਉੱਤੇ ਮਹਾਪੁਰਸ਼ਾਂ ਨੇ ਅੱਖ ਖੋਲਣ ਦੀ ਕੋਸ਼ਿਸ਼ ਕੀਤੀ ਮਤਲਬ ਇਹ ਨਹੀਂ ਕਿ ਕਿਸੇ ਸਮਾਜ ਨੂੰ ਗਰਾਉਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਪੰਡਣ ਦੀ ਕੋਸ਼ਿਸ਼ ਪੰਡਣਾ ਕਿਸੇ ਵੀ ਮਹਾਪੁਰਸ਼ਾਂ ਨੇ ਨਹੀਂ ਕਬੂਲ ਕੀਤਾ ਹੈਗਾ ਪੰਡਿਆ ਨਹੀਂ ਅੱਖ ਖੋਲੀ ਉਹਨਾਂ ਨੇ ਵੀ ਅੱਖ ਖੋਲੋ ਸਹੀ ਰੂਪ ਵਿੱਚ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਹੋ ਕਿ ਅਸੀਂ ਇੱਕੋ ਹੀ ਪਰਮਾਤਮਾ ਦੇ ਬੱਚੇ ਆ ਤੇ ਅਲੱਗ-ਅਲੱਗ ਕਿਉਂ ਆਪਾਂ ਬਿਲਕੁਲ ਸਭ ਤੋਂ ਵੱਡਾ ਮੁੱਦਾ ਅੱਜ ਦੇ ਯੁੱਗ ਵਿੱਚ ਵੀ ਜਿਹੜਾ ਖੜਾ ਉਹ ਇਹੀ ਹੈ ਕਿ ਹਰ ਇੱਕ ਧਰਮ ਦਾ ਪ੍ਰਚਾਰ ਤਾਂ ਇਹੀ ਹੈ ਕਿ ਪਰਮਾਤਮਾ ਇੱਕ ਹੈ ਸਾਰੇ ਆਪਾਂ ਇੱਕੋ ਪਰਮਾਤਮਾ ਦੇ ਬੱਚੇ ਆ ਤਾਂ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰੂੰਗਾ ਸਾਰੇ ਕੁਲ ਮਾਨਵਤਾ ਦੇ ਅੱਗੇ ਕਿ ਜਦੋਂ ਆਪਾਂ ਇਹ ਸਮਝਦੇ ਹਾਂ ਕਿ ਸਾਰਾ ਪਰਿਵਾਰ ਹੀ ਆਪਾਂ ਇੱਕ ਪਰਮਾਤਮਾ ਦਾ ਆ ਤਾਂ ਅਸੀਂ ਕਿਉਂ ਨਾ ਹਰ ਇੱਕ ਨੂੰ ਗਲੇ ਲਗਾ ਕੇ ਚਲੀਏ ਕਮੀ ਕਿੱਥੇ ਰਹਿ ਰਹੀ ਹੈ ਭਾਜੀ ਫਿਰ ਅਵੇਅਰਨੈਸ ਦੀ ਜਾਣਕਾਰੀ ਨਹੀਂ ਆਪਾਂ ਨੂੰ ਘੱਟ ਜਾਣਕਾਰੀ ਖਤਰਨਾਕ ਹੁੰਦੀ ਹੈ ਉਸ ਨਾਲ ਜੁੜਾਂਗੇ ਤੇ ਪਤਾ ਲੱਗੇਗਾ ਨਾਮਦੇਵ ਜੀ ਮਹਾਰਾਜ ਉਹਨਾਂ ਨੇ ਆਪਣਾ ਭੋਜਨ ਤਿਆਰ ਕੀਤਾ ਬਾਟੀ ਬਣਦੀ ਹੈ ਨਾ ਗੁਜਰਾਤ ਰਾਜਸਥਾਨ ਚ ਜੀ ਜੀ ਉਹ ਕਿਹ ਨਾਲ ਖਾਧੀ ਜਾਂਦੀ ਹੈ ਹੋਇਆ ਕਿ ਉਹ ਜਦੋਂ ਬਾਟੀ ਤਿਆਰ ਹੋ ਗਈ ਤਾਂ ਉਹ ਥੋੜਾ ਜਿਹਾ ਪਰੇ ਨੂੰ ਹੋਏ ਕੁੱਤਾ ਆਇਆ ਉਹ ਬਾਟੀ ਚੱਕ ਕੇ ਭੱਜ ਲਿਆ ਰੋਟੀ ਜਿਹੜੀ ਬਣੀ ਹੁੰਦੀ ਮੋਟੀ ਰੋਟੀ ਬਣਦੀ ਆ ਉਹ ਜੀ ਭੱਜ ਲਿਆ ਤੇ ਜਦੋਂ ਦੇਖਿਆ ਵੀ ਬਾਟੀ ਦਾ ਉਹ ਲੈ ਗਿਆ ਤੇ ਪਿੱਛੇ ਪਿੱਛੇ ਘਿਓ ਦਾ ਬਾਟਾ ਲੈ ਕੇ ਵੀ ਉਹ ਭੱਜੇ ਕਹਿੰਦੇ ਪ੍ਰਭੂ ਇਹ ਸੁੱਕੀ ਨਹੀਂ ਖਾਦੀ ਜਾਂਦੀ ਜੀ ਘਿਓ ਨਾਲ ਘਿਓ ਨਾਲ ਖਾਦੀ ਜਾਂਦੀ ਹੈ ਜੀ ਕਹਿਣ ਦਾ ਮਤਲਬ ਉਹਨਾਂ ਦੀ ਅੱਖ ਖੁੱਲੀ ਹੈ ਉਹਨਾਂ ਨੂੰ ਕੁੱਤੇ ਵਿੱਚ ਵੀ ਪਰਮਾਤਮਾ ਨਜ਼ਰ ਆਉਂਦਾ ਸੀ ਕੀ ਅਸੀਂ ਇਨਸਾਨ ਇੰਨੀ ਗਰਾਫਟ ਵਿੱਚ ਚਲੇ ਗਏ ਸਾਨੂੰ ਇਨਸਾਨ ਨੂੰ ਇਨਸਾਨ ਦੇ ਵਿੱਚ ਰੱਬ ਨਜ਼ਰ ਨਹੀਂ ਆਉਂਦਾ ਉਸ ਪਰਮਾਤਮਾ ਦੇ ਅੱਗੇ ਬੇਨਤੀ ਮੈਂ ਕਰੂੰਗਾ ਕਿ ਪਰਮਾਤਮਾ ਦਇਆ ਕਿਰਪਾ ਕਰੇ ਕਿ ਸਭ ਦੀ ਅੱਖ ਖੋਲੇ ਅਸੀਂ ਇੱਕ ਦੂਜੇ ਨੂੰ ਪਹਿਚਾਣਨ ਵਾਲੇ ਬਣੀਏ ਇੱਕ ਦੂਜੇ ਨੂੰ ਗਲ ਨਾ ਲਾਉਣ ਵਾਲੇ ਬਣੀਏ ਤਾਂ ਕਿ ਪਰਮਾਤਮਾ ਵੀ ਖੁਸ਼ ਹੋਵੇ ਕਿ ਮੇਰੇ ਜਿਹੜੇ ਬੱਚੇ ਨੇ ਜਿਹੜੇ ਮੈਂ ਭੇਜੇ ਨੇ ਇਹ ਇੱਕ ਹੋ ਕੇ ਚੱਲਦੇ ਆ ਭਾਜੀ ਇਹ ਗੱਲ ਸੱਚ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਜਾਂ ਅੱਗੇ ਹੋਏਗਾ ਪਹਿਲਾਂ ਲਿਖਿਆ ਹੋਇਆ। ਕਹਿੰਦੇ ਮੌਤ ਦੀ ਡੇਟ ਜਨਮ ਤੋਂ ਪਹਿਲਾਂ ਲਿਖੀ ਜਾਂਦੀ ਹੈ। ਹਾਂ ਮਰਨ ਲਖਾਇ ਤੋ ਮੰਡਲ ਮੇ ਹੈ। ਕੁਰਬਾਨੀ ਚ ਲਿਖਿਆ ਹੋਇਆ ਮਰਨ ਲਖਾਇ ਤੋ ਮੰਡਲ ਮੇ ਹੈ। ਕਿ ਪਹਿਲਾਂ ਸਾਡਾ ਸਮਾਂ ਤੈ ਹੋ ਚੁੱਕਿਆ ਹੋਇਆ। ਕਿਸ ਤਰੀਕੇ ਨਾਲ ਜਾਣਾ ਉਹ ਵੀ ਤੈ ਹੋ ਚੁੱਕਿਆ ਹੋਇਆ। ਜਿੰਨੇ ਕਰਮ ਪ੍ਰਰਬਤ ਦੇ ਮੁਤਾਬਕ ਸਾਨੂੰ ਇਸ ਸੰਸਾਰ ਦੇ ਅੰਦਰ ਮਿਲੇ ਹੋਏ ਨੇ। ਉਹ ਪੂਰੇ ਦੇ ਪੂਰੇ ਸਾਨੂੰ ਭੋਗਣੇ ਪੈਂਦੇ ਨੇ। ਕਉਕੀ ਕਰਮਾਂ ਦਾ ਜਿਹੜਾ ਵਿਧਾਨ ਹੈ ਸੰਚਿਤ ਕਰਮ ਇਨਸਾਨੀ ਚੋਲੇ ਵਿੱਚ ਤਾਂ ਅਸੀਂ ਥੋੜੀ ਇੱਕ ਮੁਠੀ ਕਰਮਾਂ ਦੀ ਲੈ ਕੇ ਆਏ ਆ ਬਾਕੀ ਸਾਡਾ ਜਿਹੜਾ ਗਲੋਬਲ ਅਕਾਊਂਟ ਹੈਗਾ ਕਰਮਾਂ ਦਾ ਉਹ ਤਾਂ ਖੜਾ ਜਿਹਨੂੰ ਅਸੀਂ ਕਹਿੰਦੇ ਕਿ ਬਾਰ-ਬਾਰ ਆ ਜਾ ਰਹੇ ਆ 84 ਦੇ ਘੇੜੇ ਚ ਤੁਰੇ ਫਿਰਦੇ ਆ ਤਾਂ ਉਹ ਸਾਡਾ ਚੱਲ ਹੀ ਰਿਹਾ ਹੈਗਾ ਜਿਹੜੇ ਕਰਮ ਅਸੀਂ ਲੈ ਕੇ ਆਏ ਆ ਉਹ ਸਾਡੇ ਭੁਗਤਣੇ ਨੇ ਲੇਕਿਨ ਮਹਾਪੁਰਸ਼ ਆ ਕੇ ਉਹਦੇ ਵਿੱਚ ਕੀ ਕਰਦੇ ਨੇ ਉਹ ਕਹਿੰਦੇ ਹੁਣ ਤੂੰ ਆਪਣਾ ਟਰੈਕ ਤਾਂ ਬਦਲ ਲੈ ਉਹ ਆਪਣਾ ਗਿਆਨ ਨਾਲ ਜੋੜ ਕੇ ਸਾਡਾ ਟਰੈਕ ਬਦਲ ਕੇ ਸਾਡਾ ਕਰਮ ਬਦਲ ਕੇ ਸਾਨੂੰ ਇੱਕ ਨੇਕ ਰਸਤੇ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕਰਦੇ ਆ ਉਹ ਤਾਂ ਕਿ ਅਸੀਂ ਆਪਣਾ ਆ ਤਾਂ ਜਿਹੜੀ ਪਰਨਲਬਦ ਲੈ ਕੇ ਆਇਆ ਪੁਗਤਨੀ ਪਹੇਗੀ ਲੇਕਿਨ ਇਸ ਤੋਂ ਬਾਅਦ ਜਿਹੜਾ ਰਸਤਾ ਲੈਣਾ ਸੀ ਉਹ ਸਾਡਾ ਇੱਕ ਨੇਕ ਰਸਤਾ ਨਿਕਲ ਜਾਵੇ ਅਸੀਂ ਵਾਪਸੀ ਆਪਣੇ ਘਰ ਨੂੰ ਚਲੇ ਜਾਈਏ ਅਸੀਂ ਜਨਮ ਮਰਨ ਦੇ ਚੱਕਰ ਚੋਂ ਬਾਹਰ ਨਿਕਲ ਜਾਈਏ ਤਾਂ ਮਹਾਪੁਰਸ਼ਾਂ ਨੇ ਇਹੀ ਸੰਦੇਸ਼ ਦਾ ਰਾਜਾ ਪੀਪਾ ਜੀ ਹੁਣ ਗੌਰ ਕਰਨਾ ਏਵੀ ਸ਼੍ਰੀ ਰਵਿਦਾਸ ਜੀ ਮਹਾਰਾਜ ਦੇ ਚਰਨਾਚਾਇਆ ਸੀਗਾ ਹੁਣ ਹੈਗਾ ਰਾਜਾ ਸੀ ਗੱਲ ਆ ਗਈ ਨਾ ਵੀ ਮੈਂ ਹੁਣ ਮਨ ਦੇ ਵਿੱਚ ਇਹ ਵੀ ਬਾਰ ਬਾਰ ਆ ਰਹੀ ਸੀ ਮੈਂ ਰਾਜਾ ਤੇ ਉਹ ਨੀਜਾਤ ਅਗਰ ਮੈਂ ਗਲਤ ਨਾ ਹੋਵਾਂ ਮੇਰੇ ਖਿਆਲ ਨਾਲ 51 ਰਾਜੇ ਆਏ ਸੀ ਗੁਰੂ ਰਵਿਦਾਸ ਮਹਾਰਾਜ ਆ ਗਿਣਤੀ ਤਾਂ ਮੈਂ ਸ਼ੋਰ ਨਹੀਂ ਇਤਿਹਾਸ ਇਤਿਹਾਸ ਵਿੱਚ ਕਈ ਤਰੀਕੇ ਨਾਲ ਅਦਲਾ ਬਦਲੀ ਹੁੰਦੀ ਰਹਿੰਦੀਆਂ ਨੇ ਉਹ ਨਹੀਂ ਆਪਾਂ ਡਿਸਕਸ ਕਰ ਪਰਵਾਂਗੇ ਬਟ ਠੀਕ ਹੈ ਇਤਿਹਾਸਕਾਰ ਜੋ ਵੀ ਕਹਿੰਦੇ ਨੇ ਓਕੇ ਹੈ ਬਟ ਆਪਾਂ ਸਪੈਸੀਫਿਕ ਤੌਰ ਦੇ ਉੱਤੇ ਵੀ ਜਿਨ੍ਹਾਂ ਮਹਾਂਪੁਰਸ਼ਾਂ ਦੇ ਨਾਲ ਉਹਨਾਂ ਦੀ ਮੇਨ ਘਟਨਾਵਾਂ ਵਾਪਰੀਆਂ ਨੇ ਜੀ ਰਾਜਾ ਪੀਪਾ ਉਹਨਾਂ ਨੂੰ ਗਿਆਨ ਚਾਹੀਦਾ ਸੀਗਾ ਜਦੋਂ ਗਿਆਨ ਦੀ ਕੋਸ਼ਿਸ਼ ਕੀਤੀ ਗਈ ਤੋ ਸੋਚਦਾ ਵੀ ਮੈਂ ਉਹਨਾਂ ਕੋਲ ਜਾਵਾਂ ਕਿਵੇਂ ਜਾਵਾਂ ਕਿਵੇਂ ਸ਼੍ਰੀ ਰਵਿਦਾਸ ਜੀ ਮਹਾਰਾਜ ਦੇ ਕੋਲ ਤਾਂ ਉਹ ਮੌਕਾ ਸੋਚਦੇ ਸੋਚਦੇ ਉਹਨਾਂ ਨੂੰ ਇੱਕ ਦਿਨ ਮੌਕਾ ਮਿਲ ਗਿਆ ਵੀ ਅੱਜ ਮੇਲਾ ਲੱਗਿਆ ਸਾਰਾ ਮਹੱਲਾ ਉਧਰ ਗਿਆ ਹੋਇਆ ਤੇ ਮੈਂ ਕਿਉਂ ਨਾ ਚੁੱਪਚੀਪੀ ਤੇ ਚਲੇ ਜਾਵਾਂ ਤੇ ਉਸ ਵਕਤ ਕੀ ਸੀ ਜਦੋਂ ਚਮੜੇ ਦਾ ਪਾਣੀ ਹੁੰਦਾ ਨਾ ਜਿਹੜਾ ਉਹਨੂੰ ਕੁੰਨ ਦਾ ਪਾਣੀ ਕਹਿੰਦੇ ਆ ਤਾਂ ਕੁੰਨ ਦਾ ਪਾਣੀ ਹੈ ਜਿਹੜਾ ਉਸੇ ਵਕਤ ਉਹਦੀ ਇੱਕ ਟਿੰਡ ਜੜੀ ਹੈਗੀ ਆ ਨਾ ਉਹਨਾਂ ਦੇ ਹੱਥ ਵਿੱਚ ਸੀਗੀ ਰਵਿਦਾਸ ਜੀ ਮਹਾਰਾਜ ਦੇ ਮਵਾਰਕਾ ਤਾਂ ਵਿੱਚ ਸੀ ਤੇ ਰਾਜਾ ਪੀਪਾ ਆ ਗਿਆ ਆ ਕੇ ਕਹਿੰਦਾ ਜੀ ਮੈਨੂੰ ਗਿਆਨ ਦਿਓ ਹੁਣ ਰਵਿਦਾਸ ਜੀ ਮਹਾਰਾਜ ਨੇ ਸੋਚਿਆ ਕਿ ਯਾਰ ਰਾਜਾ ਆਇਆ ਜੀ ਅੱਜ ਇੱਕ ਬੜੀ ਨੇਵੀ ਥਾਂ ਤੇ ਚੱਲ ਕੇ ਆਇਆ ਹੈ ਵੀ ਰਾਜਾ ਆਇਆ ਹੈ ਅੱਜ ਇਹਨੂੰ ਮਾਲੋ ਮਾਲ ਕਰਦੀ ਹੈ ਉਹਨਾਂ ਨੇ ਉਹੀ ਕੁੰਡ ਦੇ ਪਾਣੀ ਵਿੱਚੋਂ ਚੂਲੀ ਭਰ ਕੇ ਕਹਿੰਦੇ ਰਾਜਾ ਲੈ ਫਿਰ ਬੁੱਕ ਕੀਤੀ ਰਾਜੇ ਨੇ ਉਹ ਪਾਤਾ ਲੇਕਿਨ ਰਾਜੇ ਦੇ ਮਨ ਦੇ ਅੰਦਰ ਇਹ ਕਿਰਣਾ ਆ ਗਈ ਅਪਹਾਵ ਆ ਗਿਆ ਕਿ ਆ ਮੇਰੇ ਨਾਲ ਕੀ ਕੀਤਾ ਆ ਚਮੜੇ ਦਾ ਪਾਣੀ ਉਹਨੇ ਕੀ ਕੀਤਾ ਆ ਦੋਨੇ ਹੱਥਾਂ ਦਾ ਪਾਣੀ ਪੀਤਾ ਨਹੀਂ ਆ ਬਹਾਨਾ ਕਰਕੇ ਉਸ ਨੂੰ ਆਪਣੇ ਕਫਾਂ ਦੇ ਵਿੱਚ ਹੀ ਬਹਾ ਲਿਆ ਵਾਪਸ ਮਹਿਲਾ ਚਲਾ ਗਿਆ ਬੜਾ ਕੋਸਦਾ ਆਪਣੇ ਆਪ ਨੂੰ ਅੱਜ ਤਾਂ ਮੇਰਾ ਧਰਮ ਹੀ ਭ੍ਰਿਸ਼ਟ ਹੋ ਜਾਣਾ ਸੀਗਾ ਅਜਾ ਮੇਰੇ ਨਾਲ ਕੀ ਹੋਇਆ ਕੋਸਦਾ ਜੀ 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 ਜਾ ਕੇ ਆਪਣਾ ਉਹੀ ਕੁੜਤਾ ਤੋਬੀ ਦੇ ਭਜਵਾਤਾ ਫਟਾ ਫਟ ਕਿਉਂਕਿ ਦਾਗ ਨਾ ਪੈ ਜਾਣ ਕੀਮਤੀ ਪਸ਼ਾਕਾਂ ਹੁੰਦੀਆਂ ਨੇ ਜੀ ਤੋਬੀ ਕੋਲ ਚਲਾ ਗਿਆ ਤੋਬੀ ਆਪਣੀ ਲੜਕੀ ਨੂੰ ਦੇ ਦਿੱਤਾ ਕਹਿੰਦਾ ਬੇਟਾ ਤੂੰ ਇਦਾਂ ਕਰ ਵੀ ਇਹ ਜਿਹੜਾ ਸਾਡਾ ਥੁੱਕ ਹੁੰਦਾ ਨੇ ਚ ਕੈਮੀਕਲ ਖਾਸ ਹੀ ਹੁੰਦਾ ਹੈ ਜਿਹੜਾ ਇਦਾਂ ਦੇ ਧੱਬੇ ਵੀ ਉਤਾਰ ਦਿੰਦਾ ਕਹਿੰਦਾ ਉਹਨੇ ਕਿਹਾ ਵੀ ਤੂੰ ਬੇਟਾ ਤੂੰ ਆ ਜਿਹੜੇ ਹੈ ਨਾ ਇਹਨੂੰ ਨਾ ਏਦਾਂ ਆਪਣੇ ਮੂੰਹ ਦੇ ਰਸ ਨਾਲ ਇਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਉਹ ਛੋਟੀ ਬੱਚੀ ਸੀਗੀ ਉਹ ਕੀ ਕਰਦੀ ਗਈ ਉਹ ਜਿਹੜਾ ਮੈਂ ਥੁੱਕ ਸੀ ਜਾਂ ਚੂਸ ਰਹੀ ਸੀ ਉਹ ਅੰਦਰ ਲਗਾਉਂਦੀ ਗਈ ਹੂੰ ਜੀ ਉਹਨੇ ਬਾਹਰ ਨਹੀਂ ਉਸ ਨੂੰ ਤੇ ਲੇਕਿਨ ਅੰਦਰ ਨਗਾਉਂਦੀ ਗਈ ਅੰਦਰ ਨਗਾਉਂਦੀ ਗਈ ਉਹਦਾ ਅੰਦਰਲਾ ਪਰਦਾ ਖੁੱਲਦਾ ਗਿਆ ਵਾਹਿਗੁਰੂ ਉਹਦੇ ਅੰਦਰਲਾ ਪਰਦਾ ਖੁੱਲ ਗਿਆ ਉਹ ਅੰਦਰ ਦੀਆਂ ਗੱਲਾਂ ਕਰਨ ਲੱਪੀ ਜੀ ਉਹ ਅੰਦਰ ਦੀਆਂ ਗੱਲਾਂ ਕਰਦੀ ਤਾਂ ਨੈਚੁਰਲੀ ਜਦੋਂ ਇਦਾਂ ਦੀ ਗੱਲ ਹੁੰਦੀ ਹੈਗੀ ਹੈ ਤਾਂ ਆਸ-ਪਾਸੇ ਬੜੀ ਛੇਤੀ ਇਹ ਗੱਲ ਫੈਲਦੀ ਹੈਗੀ ਹੈ ਹੁਣ ਬਾਦਸ਼ਾਹ ਨੂੰ ਰਾਜੇ ਨੂੰ ਪੀਪੇ ਨੂੰ ਫੇਰ ਪਤਾ ਲੱਗਿਆ ਕਿ ਭਈ ਉਹ ਸਾਡੇ ਤੜੀ ਧੋਬੀ ਦੀ ਲੜਕੀ ਆ ਬੜੀ ਗਿਆਨਵਾਨ ਆ ਤੇ ਬੜੀਆਂ ਉੱਪਰ ਲੀਆਂ ਗੱਲਾਂ ਕਰਦੀ ਆ ਤੇ ਕਿਉਂ ਨਾ ਆਪਾਂ ਇਹਦੇ ਕੋਲੇ ਚਲੀਏ ਬਾਦਸ਼ਾਹ ਨੇ ਕਰ ਚਲਾ ਗਿਆ ਜੀ ਜਾ ਕੇ ਕਹਿੰਦਾ ਬੇਟੀ ਤੇਰੀ ਬੜੀ ਹੁਕਮ ਸੁਣੀ ਆ ਹੱਥ ਬੰਨ ਕੇ ਖੜਿਆ ਮੈਨੂੰ ਗਿਆਨ ਚਾਹੀਦਾ ਹੁਣ ਅੱਗੋਂ ਉਹ ਹੱਥ ਜੋੜ ਕੇ ਖੜ ਗਈ ਕਹਿੰਦੀ ਬਾਦਸ਼ਾਹ ਰਾਜਾ ਇਹ ਗਿਆਨ ਤਾਂ ਮੈਨੂੰ ਤੇਰੇ ਕੋਲੋਂ ਮਿਲਿਆ ਬਾਦਸ਼ਾਹ ਰਾਣੇ ਇਹ ਕੀ ਗੱਲ ਕਹਿ ਰਹੀ ਐ ਕਹਿੰਦੀ ਇਹ ਮੈਨੂੰ ਤਾਂ ਜੋ ਕੁਝ ਮਿਲਿਆ ਤੁਹਾਡੀ ਉਸ ਕਮੀਜ਼ ਚੋਂ ਮਿਲਿਆ ਓਹੋ ਬਾਦਸ਼ਾਹ ਨੇ ਉਸੇ ਵਕਤ ਮੱਥੇ ਤੇ ਹੱਥ ਮਾਰਿਆ ਵੀ ਇਹ ਕੀ ਹੋਇਆ ਵੀ ਮੈਨੂੰ ਉਹ ਚੀਜ਼ ਮਿਲੀ ਸੀ ਕਿਉਂਕਿ ਮਹਾਪੁਰਸ਼ਾਂ ਦਾ ਆਪਣਾ ਕੌਤਕ ਹੈ ਬਈ ਬਿਲਕੁਲ ਠੀਕ ਹੈ ਨਾ ਹੁਣ ਰਾਜਾ ਪੀਪਾ ਸੋਚਦਾ ਹੁਣ ਫਿਰ ਜਾਣਾ ਪਏਗਾ ਉੱਥੇ ਫਿਰ ਰਾਜਾ ਗਿਆ ਪਹਿਲਾਂ ਲੁਕ ਲੁਕ ਕੇ ਗਿਆ ਸੀ ਅੱਜ ਹੁਣ ਸਮਝ ਆ ਗਈ ਜਦੋਂ ਫਿਰ ਸ਼੍ਰੀ ਆਮ ਗਿਆ ਜੀ ਜਾ ਕੇ ਹੱਥ ਜੋੜੇ ਕਿ ਮੈਨੂੰ ਗਿਆਨ ਚਾਹੀਦਾ ਹੈ ਉਸ ਵਕਤ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਫਰਮਾਨ ਕੀਤਾ ਸੀ ਕਹਿੰਦੇ ਬਾਦਸ਼ਾਹ ਉਸ ਦਿਨ ਅੰਮ੍ਰਿਤ ਸੱਚਖੰਡ ਤੋਂ ਸਿੱਧਾ ਚੱਲ ਕੇ ਆਇਆ ਸੀ ਉਸ ਦਿਨ ਅੰਮ੍ਰਿਤ ਸੱਚਖੰਡ ਤੋਂ ਸਿੱਧਾ ਚੱਲ ਕੇ ਆਇਆ ਸੀ ਸੋਚਿਆ ਸੀ ਬਾਦਸ਼ਾਹ ਆਇਆ ਇੱਥੇ ਪ੍ਰਮਾਤਮਾ ਕਿਰਪਾ ਕਰਦੇ ਉਹ ਦਿਨ ਅੰਮ੍ਰਿਤ ਸੱਚਖੰਡ ਤੋਂ ਆਇਆ ਸੀਗਾ ਬਾਦਸ਼ਾਹ ਤੂੰ ਉਸ ਦਿਨ ਉਸ ਨੂੰ ਗਵਾ ਲਿਆ ਹੁਣ ਤੂੰ ਮਿਹਨਤ ਕਰ ਤੇ ਪਾ ਲੈ ਉਹਦਣ ਡਾਇਰੈਕਟ ਆਇਆ ਸੀ ਹੁਣ ਮਿਹਨਤ ਕਰੇਗਾ ਤੇ ਪਾਏਗਾ ਫਿਰ ਰਾਜਾ ਪੀਪਾ ਨੂੰ ਗਿਆਨ ਦਿੱਤਾ ਸੀ ਫਿਰ ਉਸਨੇ ਮਿਹਨਤ ਕੀਤੀ ਮਿਹਨਤ ਕੀਤੀ ਫਿਰ ਆਪਣੇ ਅੰਦਰ ਪਾਇਆ ਤੇ ਪੀਪਾ ਜੀ ਦੀ ਬਾਣੀ ਵੀ ਫਿਰ ਲਿਖੀ ਗਈ ਹੈਗੀ ਹੈ ਉਹਨਾਂ ਦਾ murid ਹੋਏ ਇਹ ਬਈ ਜੋ ਕੁਝ ਵੀ ਦੁਨੀਆ ਚ ਹੋ ਰਿਹਾ ਇਸ ਟਾਈਮ ਇਹ ਵੀ ਲਿਖਿਆ ਹੋਇਆ ਹਾਂ ਆਪਾਂ ਸੋਚਦੇ ਆਂ ਕਈ ਵਾਰੀ ਆਪਾਂ ਯੁਗਾਂ ਨੂੰ ਵੰਡ ਲੈਨੇ ਆ ਸਤਯੁਗ ਸੀ ਤ੍ਰੇਤਾ ਸੀ ਦੁਆਪਰ ਸੀ ਹੁਣ ਆਪਾਂ ਕਹਿ ਲੈਣੇ ਜੀ ਕਾਲਿ ਯੁਗ ਚੱਲਦਾ ਪਿਆ ਇੱਕ ਚੀਜ਼ ਦਾ ਮੈਂ ਤੁਹਾਨੂੰ ਹੀ ਪੁੱਛ ਲੈਣਾ ਉਲਟਾ ਕੇ ਜੀ ਵੀ ਜਿਹੜਾ ਸ਼ੇਰ ਸੀ ਸਤਿਖੰਡ ਸਤਿਯੁਗ ਵਿੱਚ ਕੀ ਖਾਂਦਾ ਸੀਗਾ ਮਾਸ ਹੀ ਖਾਂਦਾ ਹੁੰਦਾ ਬਿਲਕੁਲ ਉਹ ਅੱਜ ਵੀ ਮਾਸ ਖਾਂਦਾ ਸਤਿਯੁਗ ਦੇ ਵਿੱਚ ਜਿਹੜਾ ਸੂਰਜ ਹੈ ਉਦੋਂ ਵੀ ਪੂਰਬ ਵਾਲੇ ਪਾਸੇ ਚੜ੍ਹਦਾ ਸੀ ਬਿਲਕੁਲ ਇਦਾਂ ਹੀ ਚੜ੍ਹਦਾ ਸੀ ਜਿਵੇਂ ਅੱਜ ਚੜ੍ਹ ਰਿਹਾ ਠੀਕ ਹੈ ਕੀ ਸੂਰਜ ਨੂੰ ਕਿਸੇ ਯੁੱਗ ਨਾਲ ਫਰਕ ਪਿਆ ਕੋਈ ਨਹੀਂ ਪਿਆ ਕੀ ਇਹ ਨਾ ਜੀਵ ਜੰਤੂਆਂ ਨੂੰ ਕੋਈ ਫਰਕ ਪਿਆ ਕੋਈ ਨਹੀਂ ਪਿਆ ਸਿਰਫ ਅਗਰ ਫਰਕ ਪਿਆ ਤਾਂ ਇਨਸਾਨ ਨੂੰ ਫਰਕ ਪਿਆ ਹਮ ਇਨਸਾਨ ਨੇ ਯੁੱਗ ਤੈਅ ਕਰ ਲਏ ਔਰ ਆਪਣੇ ਕਰਮ ਦੇ ਮੁਤਾਬਕ ਹੀ ਇਹ ਗ੍ਰਾਵਟ ਵਿੱਚ ਆਉਂਦਾ ਗਿਆ ਠੀਕ ਹੈ ਸਤਿ ਯੁੱਗ ਸਤ ਤੇਤਾ ਜਗੀ ਦਵਪਰ ਪੂਜਾ ਚਾਰ ਤੇ ਕਾਲੀ ਯੁਗ ਦੇ ਵਿੱਚ ਕੀ ਫਰਮਾਨ ਕੀਤਾ ਹੁਣ ਵੀ ਕਾਲੀ ਯੁਗ ਦੇ ਵਿੱਚ ਇੰਨੀ ਗ੍ਰਾਵਟ ਆ ਗਈ ਹੈ ਹੁਣ ਕਲ ਕੇਵਲ ਨਾਮ ਆਧਾਰ ਕਹਿੰਦੇ ਹੁਣ ਅਗਰਾਤਮਾਵਾਂ ਦਾ ਕਲਿਆਣ ਕਰਨਾ ਤਾਂ ਸਿਰਫ ਨਾਮ ਦੇ ਨਾਲ ਜੁੜ ਕੇ ਹੋਣਾ ਉਦੋਂ ਤਾਂ ਹੋਰ ਤਰੀਕੇ ਦੀਆਂ ਪੂਜਾ ਜਿਹੜੀਆਂ ਸੀਗੀਆਂ ਉਹ ਵੀ ਚਲਦੀਆਂ ਸੀ ਪ੍ਰਵਾਨ ਕੀਤੀਆਂ ਜਾਂਦੀਆਂ ਸੀ ਕਿਉਂਕਿ ਯੁਗ ਸੱਚ ਦਾ ਸੀਗਾ ਲੇਕਿਨ ਇਹ ਖਿਆਲ ਦੀ ਗ੍ਰਾਵਟ ਨੂੰ ਹੀ ਅਸੀਂ ਯੁਗਾਂ ਦੇ ਵਿੱਚ ਆਪਣੇ ਆਪ ਨੂੰ ਮੰਨ ਲਿਆ ਖਿਆਲ गिरਦਾ ਗਿਆ ਗਿਰਦਾ ਗਿਆ ਗਿਰਦਾ ਗਿਆ ਇਹ ਲਾਲਚ ਅੱਗੇ ਤੋਂ ਅੱਗੇ ਪੈਂਦਾ ਗਿਆ ਸਰ ਅਸੀਂ ਅੱਗੇ ਤੋਂ ਅੱਗੇ ਵਧਦੇ ਤੁਰੇ ਜਾ ਰਹੇ ਹੁਣ ਆਪਾਂ ਦੇਖਦੇ ਹਾਂ ਕਿ ਅੱਜ ਤੋਂ ਵੀ 25 ਸਾਲ 30 ਸਾਲ ਪਹਿਲਾਂ ਦੇ ਬੱਚਿਆਂ ਨਾਲ ਗੱਲ ਕਰ ਲਈਏ 40 ਸਾਲ ਦੇ ਨਾਲ ਜਿਵੇਂ ਸਾਡੀ ਉਮਰ 70 ਸਾਲ ਦੀ ਹੋ ਚੁੱਕੀਆਂ ਨੇ ਅਸੀਂ ਆਪਣੇ ਵਾਲੇ ਪਾਸੇ ਦੇਖਦੇ ਹਾਂ ਤੇ ਉਸ ਵਕਤ 10 10 ਸਾਲ ਦੇ ਬੱਚੇ ਨੂੰ ਕੋਈ ਪਤਾ ਨਹੀਂ ਸੀ ਹੁੰਦਾ ਕਿਸੇ ਵੀ ਗੱਲ ਦਾ ਨਹੀਂ ਮੋਬਾਈਲਾਂ ਦੇ ਵਿੱਚ ਅੱਜ ਕੁਝ ਨਹੀਂ ਸੀ ਪਤਾ ਉਹਨੂੰ ਆਪਣੇ ਜਨਮ ਦੇ ਬਾਰੇ ਨਹੀਂ ਸੀ ਪਤਾ ਲੱਗਦਾ ਕਿ ਮੈਂ ਆਇਆ ਕਿਵੇਂ ਆ ਅੱਜ ਸਾਲ ਡੇਢ ਸਾਲ ਦੇ ਬੱਚੇ ਨੂੰ ਪੁੱਛ ਲਓ ਵੀ ਤੇਰੀ ਬਰਤ ਕਿਵੇਂ ਹੋਈ ਹੈ ਉਹ ਤੁਹਾਨੂੰ ਸਾਰਾ ਕੁਝ ਦੱਸ ਦੇਗਾ ਉਹ ਕੀ ਚੀਜ਼ ਹੈ ਇਹ ਇਹ ਗਲਤ ਚੀਜ਼ ਹੈ ਵੇਲੇ ਤੁਹਾਡੇ ਸਾਹਮਣੇ ਲੱਗ ਕੇ ਠੀਕ ਹੈ ਅਸੀਂ ਇਹਨੂੰ ਗਲਤ ਜਾਂ ਠੀਕ ਦੋਨੇ ਪਾਸੇ ਇਕਰਾਰ ਦੇ ਸਕਦੇ ਹਾਂ ਨਹੀਂ ਵੀ ਦੇ ਸਕਦੇ ਤੇ ਵੀ ਸਕਦੇ ਹਾਂ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਗੁਣ ਵੀ ਹੁੰਦੇ ਨੇ ਅਬਗੁਣ ਵੀ ਹੁੰਦੇ ਨੇ ਗੱਲ ਇਹ ਹੈ ਕਿ ਅਸੀਂ ਗੁਣਾਂ ਨੂੰ ਧਾਰਨ ਕਰਦੇ ਹਾਂ ਕਿ ਅਬਗੁਣਾਂ ਨੂੰ ਧਾਰਨ ਕਰਦੇ ਹਾਂ ਜਿਆਦਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਆ ਯੁੱਗ ਦੇ ਵਿੱਚ ਅਵੇਅਰਨੈਸ ਦਾ ਨੁਕਸਾਨ ਸਾਨੂੰ ਜਿਆਦਾ ਹੋਇਆ ਹੈ ਸਿੰਪਲੀਸਿਟੀ ਸੀ ਜਿਹੜੀ ਸਾਡੀ ਉਹ ਜਾਂਦੀ ਰਹੀ ਸਧਾਰਨਤਾ ਸੀ ਜਿਹੜੀ ਉਰਸੇ ਆਪ ਹੀ ਕਹਿ ਲੈਨੇ ਆ ਉਹ ਵੀ ਪਹਿਲਾਂ ਤਾਂ ਅਜ ਤੋਂ 20 25 ਸਾਲ ਪਹਿਲਾਂ 30 ਸਾਲ ਪਹਿਲਾਂ ਲੋਕਾਂ ਕੋਲ ਇੰਨਾ ਕੋ ਟਾਈਮ ਸੀ ਕਿਸੇ ਰਿਸ਼ਤੇਦਾਰ ਦੇ ਜਾਂਦੇ ਸੀ ਤਿੰਨ ਤਿੰਨ ਚਾਰ ਚਾਰ ਦਿਨ ਬਹਿ ਕੇ ਆਰਾਮ ਨਾਲ ਗੱਲਾਂ ਬਾਤਾਂ ਕਰਕੇ ਆਉਂਦੇ ਸੀ ਅੱਜ ਕੱਲ ਤੇ ਕਿਸੇ ਕੋਲ 2 ਮਿੰਟ ਦਾ ਟਾਈਮ ਵੀ ਨਹੀਂ ਹੈਗਾ ਕਿ ਕਿਸੇ ਨਾਲ ਖੁੱਲ ਕੇ ਗੱਲ ਵੀ ਕਰ ਲਈਏ ਤੇ ਮੋਬਾਈਲ ਦੇ ਉੱਤੇ ਹੀ ਹਾਈ ਹੈਲੋ ਹੋ ਜਾਂਦੀ ਹੈ ਓਕੇ 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 ਬਾਏ ਬਾਏ ਮੈਂ ਕੱਲ ਇਹ ਚੀਜ਼ ਸੋਚ ਰਿਹਾ ਸੀਗਾ ਹਜੇ ਜਿੱਦਾਂ ਮੈਂ ਚਲੋ ਤੁਹਾਡੇ ਉਮਰ 'ਚ ਵੀ ਛੋਟਾ ਤਜਰਬੇ 'ਚ ਵੀ ਛੋਟਾ ਪਰ ਮੈਂ ਕੱਲੇ ਚੀਜ਼ ਸੋਚ ਰਿਹਾ ਸੀਗਾ ਕਿ ਜਿੱਦਾਂ ਜਿੱਦਾਂ ਇਨਸਾਨ ਨੂੰ ਨ ਆਪਣੀ ਗਲੀ ਦੀ ਆਪਣੇ ਪਿੰਡ ਦੀ ਖਬਰ ਵੱਤ ਤੋਂ ਵੱਧ ਕਿਉਂਕਿ ਮੈਂ ਤਾਂ ਚਲੋ 96 ਬਾਰ ਨਾ ਪਰ ਪੁਰਾਣੀ ਗੱਲ ਕਰਦੇ ਹਾਂ ਜਦੋਂ ਦੁਨੀਆ ਸ਼ੁਰੂ ਹੋਈ ਹੋएगी ਘਟ ਗਿਣਤੀ ਸੀ ਜਦੋਂ ਲੋਕਾਂ ਦਾ ਅੱਜ ਤਾਂ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਹਨਾ ਭਰੇ ਪਏ ਆ ਸੀ ਪਹਿਲਾਂ ਜਦੋਂ ਘਟ ਗਿਣਤੀ ਹੋਊਗੀ ਉਦੋਂ ਸਾਨੂੰ ਪਤਾ ਨਹੀਂ ਹੋਊਗਾ ਨਾਲ ਦੇ ਪਿੰਡ ਚ ਕੀ ਹੋ ਰਿਹਾ ਪਰ ਅੱਜ ਦੁਨੀਆ ਭਰ ਦੀ ਖਬਰ ਫੋਨ ਦੇ ਵਿੱਚ ਆਉਣ ਨਾਲ ਹੋ ਅਮਰੀਕਾ ਚ ਕੁਝ ਰਿਹਾ ਹੁੰਦਾ ਟੈਨਸ਼ਨ ਸਾਨੂੰ ਪੈ ਜਾਂਦੀ ਹੈ ਬਿਲਕੁਲ ਹੈ ਉਹਦਾ ਕਾਰਨ ਇਹ ਕਿ ਕਿਉਂਕਿ ਅਸੀਂ ਸੰਸਾਰ ਨਾਲ ਜੁੜੇ ਹੋਏ ਆ ਅਸੀਂ ਆਪਣੀ ਡੋਰੀ ਪ੍ਰਭੂ ਦੇ ਹੱਥ ਨਹੀਂ ਦੇਣਾ ਚਾਹੁੰਦੇ who is a controller of all the universe ਅਸੀਂ ਉਹਦੇ ਹੱਥ ਨਹੀਂ ਆਪਣੇ ਆਪ ਨੂੰ ਉਹਦੇ سپرد ਨਹੀਂ ਕਰਨਾ ਚਾਹੁੰਦੇ ਅਸੀਂ ਦੁਨੀਆ ਦੇ سپرد ਇੱਕ ਇੱਕ ਕਦਮ ਬਚਾ ਕੇ ਚੱਲਣਾ ਚਾਹੁੰਦੇ ਆ ਕਿ ਅਸੀਂ ਮੌਤ ਤੋਂ ਬਚ ਲੈਨੇ ਆ ਇੱਕ ਇੱਕ ਕਦਮ ਬਚਾ ਕੇ ਚੱਲਦੇ ਆ ਕਿ ਅਸੀਂ ਮੌਤ ਨੂੰ ਬਾਈਪਾਸ ਕਰ ਸਕਦੇ ਆ ਨਹੀਂ ਕਰ ਸਕਦੇ ਉਹ ਟਾਈਮਡ ਹੈ ਆਣੀ ਆਣੀ ਹੈ ਇਸੇ ਤਰੀਕੇ ਨਾਲ ਜਿਹੜੀਆਂ ਸਾਡੀ ਪਰਰਬ ਦੇ ਵਿੱਚ ਰੋਹਾਨੀਅਤ ਦੇ ਮੁਤਾਬਕ ਆਪਾਂ ਗੱਲ ਕਰਦੇ ਆ ਉਹ ਸਾਡੀ ਪਰਰਬ ਦੇ ਵਿੱਚ ਹੈ ਉਹ ਹੋਣਾ ਹੀ ਹੋਣਾ ਹੈ ਉਹਨੂੰ ਕਦੀ ਵੀ ਨਹੀਂ ਰੋਕ ਸਕਾਂਗੇ ਅਸੀਂ ਕਈ ਵਾਰੀ ਬੰਦਾ ਜਾਂਦਾ ਹੈ ਘਰੋਂ ਨਿਕਲਦਾ ਹੈ 50 ਗਾ ਜਾ ਕੇ ਵਾਪਸ ਆਇੰਦਾ ਮੈਂ ਆ ਭੁੱਲ ਗਿਆ ਵਾਪਸ ਆ ਗਿਆ ਕਿਉਂਕਿ ਉਹਦੀ ਟਾਈਮ ਸ਼ਡਿਊਲਿੰਗ ਅਜੇ ਪੂਰੀ ਨਹੀਂ ਹੋਈ ਉਸ ਕੰਮ ਵਾਸਤੇ ਜੀ ਠੀਕ ਹੈ ਨਾ ਉਹਨੂੰ ਰੀਸ਼ਡਿਊਲ ਕਰਨ ਵਾਸਤੇ ਉਹ ਚੀਜ਼ ਭੁੱਲ ਗਿਆ ਭੁਲਾਤੀ ਗਈ ਵਾਪਸ ਚੱਕਣ ਆਉਂਦਾ ਉਹ ਜਣੀ ਇਹ ਸਾਰੀਆਂ ਚੀਜ਼ਾਂ ਉਸ ਯੂਨੀਵਰਸ ਦੇ ਟਾਈਮਡ ਨੇ ਕੰਪਿਊਟਰ ਹੈਗਾ ਟਾਈਮਡ ਹੈ ਨਾ ਉਹਨ ਅਸੀਂ ਪੂਰਾ ਸੌਫਟਵੇਅਰ ਦੇ ਵਿੱਚ ਅਸੀਂ ਐਪਲੀਕੇਸ਼ਨਸ ਭਰ ਦਿੰਨੇ ਆ ਉਹਦੇ ਮੁਤਾਬਕ ਉਹ ਕੰਮ ਕਰਦਾ ਹੈ ਠੀਕ ਹੈ ਇਹ ਸੌਫਟਵੇਅਰ ਸਾਡੇ ਕੋਲ ਜਿਹੜਾ ਕੰਪਿਊਟਰ 'ਚ ਆਸੀਂ ਆਪਰੇਟ ਕਰ ਲੈਨੇ ਹੈਗੇ ਲੇਕਿਨ ਜਿਹੜਾ ਬਹੁਤ ਵੱਡਾ ਕੰਪਿਊਟਰ ਹੈਗਾ ਸੁਪਰ ਕੰਪਿਊਟਰ ਹੈ ਜਿਹੜਾ ਯੂਨੀਵਰਸ ਦਾ ਪੂਰੇ ਦਾ ਉਹਦਾ ਕੰਟਰੋਲਰ ਤਾਂ ਉਹ ਬੈਠੇ ਨਾ ਉਹਨੇ ਕੀ ਚੀਜ਼ ਫੀਡ ਕੀਤੀ ਹੋਈ ਹੈ ਟਾਈਮ ਕੀਤੀ ਹੋਈ ਹੈ ਉਹਦੇ ਮੁਤਾਬਕ ਹੋਣਾ ਹੈ ਇੱਕ ਮੋਬਾਈਲ ਦੇ ਵਿੱਚ ਆਪਾਂ అలਾਰਮ ਲਗਾ ਦਿੰਨੇ ਆ ਮੈਨੂੰ ਸਵੇਰੇ 5 ਵਜੇ ਉੱਠਣਾ ਹੈਗਾ 5 ਵਜ ਪੰਦੇ ਨਾ ਟਾਈਮਡ ਹੋ ਗਿਆ ਏਵਰੀਥਿੰਗ ਟਾਈਮਡ ਹੈਗੀ ਹੈ ਠੀਕ ਹੈ ਨਾ ਤੇ ਮਹਾਪੁਰਸ਼ਾਂ ਨੇ ਹੁਣ ਜਿਹੜੀ ਆ ਕੇ ਗੱਲ ਕਹੀ ਹੈ ਵਿਚਾਲੇ ਆਪਾਂ ਉਧਰ ਵੀ ਥੋੜਾ ਨਾਲ ਦੀ ਨਾਲ ਚੱਲਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਚੀਜ਼ਾਂ ਤਾਂ ਸਾਰੀਆਂ ਤੇਰੇ ਕੋਲ ਹਨ ਹੈ ਅਵੇਰਨੈਸ ਮਾੜੀ ਨਹੀਂ ਹੈ ਅੱਜ ਦੇ ਯੁੱਗ ਦੇ ਵਿੱਚ ਜਿੰਨੀ ਹੁਣ ਪਬਲਿਕ ਵੱਧ ਗਈ ਹੈ ਕੀ ਹੈ ਰਸਤੇ ਕੰਜੈਸਟਡ ਹੋ ਗਏ ਨੇ ਅਗਰ ਅੱਜ ਅਸੀਂ ਕਿਸੇ ਨੂੰ ਜਾ ਕੇ ਪੁਰਾਣੇ ਸਮੇਂ 'ਚ ਅਗਰ ਦਿੱਲੀ ਤੱਕ ਜਾਣਾ ਸੀ ਤਾਂ ਕਿੰਨਾ ਟਾਈਮ ਲੱਗਦਾ ਸੀ ਸਨੇਹਾ ਵੀ ਜਾ ਕੇ ਦੇਣਾ ਪੈਣਾ ਸੀਗਾ ਕੋਈ ਫੋਨ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਬੰਦਾ ਜਾਏਗਾ ਸਨੇਹਾ ਦੇ ਕੇਗਾ ਅਗਰ ਕਿਸ ਨੂੰ ਵਿਆਹ ਸ਼ਾਦੀ ਤੇ ਵੀ ਸੱਦਣਾ ਹੈ ਨਾ ਤੇ ਡਿਊਟੀਆਂ ਲੱਗ ਜਾਂਦੇ ਨੇ ਇਸ ਤੋਂ ਮਾਮੇ ਦੇ ਜਾਂ ਤੂੰ ਚਾਚੇ ਦੇ ਜਾਂ ਤੂੰ ਭੂਆ ਦੇ ਜਾਂ ਤੂੰ ਕਾਡ ਉੱਥੇ ਦੇ ਕੇ ਆ ਤੂੰ ਕਾਡ ਉੱਥੇ ਦੇ ਕੇ ਆ ਪਹਿਲਾਂ ਹੀ ਮਹੀਨਾ ਮਿੰਨ ਦੋ ਦੋ ਮਹੀਨੇ ਪਹਿਲਾਂ ਸੱਦੇ ਚ ਪਹੁੰਚ ਜਾਂਦੇ ਸੀ ਕਿਉਂ ਉਹਨਾਂ ਨੂੰ ਪਤਾ ਸੀ ਹੋਰ ਕੋਈ ਸਾਧਨ ਹੈ ਹੀ ਨਹੀਂਗਾ ਅੱਜ ਕੀ ਹੈ ਅੱਜ ਅਸੀਂ ਜੀ WhatsApp ਇਨਵੀਟੇਸ਼ਨ <laughs> WhatsApp ਦੇ ਉੱਤੇ ਇਨਵੀਟੇਸ਼ਨ ਜਾ ਰਹੀ ਹੈ ਆ ਪ੍ਰੋਗਰਾਮ ਹੈ ਜੀ ਥੱਲੇ ਨਾਲ ਹੱਥ ਜੋੜ ਦੇਣੇ ਨੇ ਆਣਾ ਜ਼ਰੂਰ ਹੈ ਜੀ ਬਈ ਜਿਵੇਂ ਅਸੀਂ ਸੁਣਦੇ ਆਏ ਹਾਂ ਕਿ ਕਰਮਾ ਦਾ ਕਾਨੂੰਨ ਜਿਹੜਾ ਟਲ ਜੋ ਕਰੂंगे ਭਰੂंगे ਜਾਂ ਜੋ ਤੁਹਾਡੇ ਕਰਮ ਨੇ ਉਹ ਤੁਸੀਂ ਅੱਜ ਭੁਗਤ ਰਹੇ ਹੋ ਇਸ ਚੀਜ਼ ਨੂੰ ਗਲਤ ਵੀ ਕੋਈ ਚੀਜ਼ ਲੈ ਲੈਂਦੇ ਆ ਲੋਕ ਫੋਰ ਐਗਜ਼ਾਮਪਲ ਜਿਵੇਂ ਇੱਕ ਨੂਤਸ਼ਦਤ ਕਰ ਰਹੀ ਆਪਣੀ ਸੱਸ ਤੇ ਹਾਂਜੀ ਤੇ ਉਹ ਨਾਲ ਨਾਲ ਇਹ ਵੀ ਕਹਿ ਰਹੀ ਹੈ ਕਿ ਸੱਸ ਆਪਣੇ ਕਰਮ ਭੁਗਤ ਰਹੀ ਹੈ ਮੈਂ ਥੋੜੀ ਗਲਤ ਕਰ ਰਹੀ ਹਾਂ ਸੱਸ ਨੇ ਆਪਣੀ ਅੱਗੇ ਸੱਸ ਨਾਲ ਐ ਕੀਤਾ ਹੋਵੇਗਾ ਕਦੀ ਪਿਛਲੇ ਜਨਮ ਪਿਛਲੇ ਇੱਥੇ ਇੱਕ ਬਹੁਤ ਟਿਪੀਕਲ ਪੁਆਇੰਟ ਹੈਗਾ ਪਲੀਜ਼ ਸਮਝਾਓ ਤਾਂ ਇਹੀ ਟਿਪੀਕਲ ਪੁਆਇੰਟ ਹੈ ਹੁਣ ਕਰਮ ਤਾਂ ਹੈਗਾ ਬਈ ਸੱਸ ਨੂੰ ਨੌ ਤੰਗ ਕਰ ਰਹੀ ਹੈਗੀ ਹੈ ਹੁਣ ਇੱਥੇ ਮਹਾਂਪੁਰਸ਼ ਕੀ ਕਹਿੰਦੇ ਨੇ ਵੀ ਉਹਦਾ ਕਰਮ ਤੇ ਲਿਖਿਆ ਸੀ ਜਿਵੇਂ ਸਦਨਾ ਕਸਾਈ ਦਾ ਵਾਕਿਆ ਬੜਾ ਮਸ਼ਹੂਰ ਹੈਗਾ ਜਦੋਂ ਬੱਕਰੇ ਨੂੰ ਰਾਜਾ ਨੂੰ ਮੀਟ ਚਾਹੀਦਾ ਸੀਗਾ ਸਦਨੇ ਕਸਾਈ ਕੋਲੇ ਜਾਂਦਾ ਬੰਦਾ ਸ਼ਾਮ ਦਾ ਵਕਤ ਹੈ ਉਹਨੇ ਕਹਤਾ ਵੀ ਹੁਣ ਤਾਂ ਹੱਟੀ ਬੰਦ ਹੈ ਯਾਰ ਹੁਣ ਤਾਂ ਸਵੇਰੇ ਹੈ ਕਹਦਾ ਨਹੀਂ ਦੇਖ ਲੈ ਰਾਜੇ ਨੇ ਮਗਾਇਆ ਦੇ ਦੇ ਸਮਾਨ ਨਹੀਂ ਤਾਂ ਫਿਰ ਤੂੰ ਸਮਝ ਲੈ ਤੈਨੂੰ ਸਜ਼ਾ ਕੀ ਮਿਲਣੀ ਹੈ ਹੁਣ ਸਦਨਾ ਸੋਚਦਾ ਵੀ ਮੈਂ ਬੱਕਰਾ ਮਾਰਾਂ ਹੁਣ ਰਾਤ ਦੇ ਵੇਲੇ ਕਿ ਆਪਮਰ ਉੱਥੇ ਫਿਰ ਉਹ ਛੁਰਾ ਲੈ ਕੇ ਜਦੋਂ ਜਾਂਦਾ ਉਹਦੇ ਕੋਲ ਨੂੰ ਤੇ ਬੱਕਰਾ ਹੱਸਦਾ ਪਹਿਲਾਂ ਰੋਂਦਾ ਵੀ ਹੁਣ ਮੈਨੂੰ ਤਕਲੀਫ ਹੈ ਫਿਰ ਹੱਸਦਾ ਬੱਕਰਾ ਬੋਲ ਪੈਂਦਾ ਜੋ ਇਤਿਹਾਸ ਕਹਿ ਰਿਹਾ ਸਾਡਾ ਬੱਕਰਾ ਬੋਲ ਕੇ ਕਹਿੰਦਾ ਵੀ ਅੱਜ ਤੂੰ ਨਵੀਂ ਭਾਜੀ ਪਾਉਣ ਲੱਗਾ ਹੁਣ ਇਹ ਕਿੱਥੇ ਭੁਗਤੇਗਾ ਜਦੋਂ ਇੰਨੀ ਗੱਲ ਸਦਨੇ ਇਹਨੇ ਸੁਣੀ ਸਮਝ ਗਏ ਕਹਿੰਦੇ ਇਹ ਤੇਰਾ ਮੇਰਾ ਕਰਮ ਤਾਂ ਬੜੀ ਧੀਰ ਦਾ ਚੱਲ ਰਿਹਾ ਤੂੰ ਮੈਨੂੰ ਮਾਰ ਰਿਹਾ ਮੈਂ ਤੈਨੂੰ ਮਾਰ ਰਿਹਾ ਸੀਗਾ ਪਰ ਅੱਜ ਜਿਹੜਾ ਹੁਣ ਤੂੰ ਮੈਨੂੰ ਥੋੜਾ ਜਿਹਾ ਮਾਸ ਮੇਰਾ ਲੈ ਕੇ ਮੈਨੂੰ ਸਾਰੀ ਰਾਤ ਅੜਫਾਏਗਾ ਹੁਣ ਇਹ ਤੂੰ ਨਵਾਂ ਕਰਮ ਕਰਨ ਲੱਗਿਆ ਹੈ ਇਹ ਨਵੀਂ ਬਾਜੀ ਪਾਉਣ ਲੱਗਾ ਇਹ ਕਿੱਥੇ ਭੁਗਤੇਗਾ ਸਦਨੇ ਕਸਾਈ ਦੇ ਹੱਥੋਂ ਨਿਕਲ ਗਿਆ ਕਰਮ ਤਾਂ ਹੈ ਜੇ ਮੈਂ ਮਾੜਾ ਕੀਤਾ ਮੈਂ ਮਾੜਾ ਭੁਗਤਾਂਗਾ ਤੁਸੀਂ ਮਾੜਾ ਕੀਤਾ ਤੁਸੀਂ ਮਾੜਾ ਭੁਗਤੋਗੇ ਜੇ ਸੱਸ ਨੇ ਮਾੜਾ ਕੀਤਾ ਸੀ ਉਹਦਾ ਭੁਗਤਾਨ ਖੜਾ ਹੈ ਹੁਣ ਜੇ ਉਹਦੀ ਨਵਾਂ ਮਾੜੀ ਹੋ ਕੇ ਪੇਸ਼ ਹੋਣੀ ਹੈ ਹੁਣ ਜੇ ਉਹ ਗਿਆਨ ਵਾਲੇ ਪਾਸੇ ਨੂੰ ਆ ਜਾਂਦੀ ਹੈ ਤਾਂ ਮਾਫੀ ਤਾਂ ਕਰ ਸਕਦੀ ਹੈ ਤਾਂ ਮਾਹਪੁਰਸ਼ਾਂ ਨੇ ਤਾਂ ਮਾਫੀ ਤੂੰ ਕਹਿਣਾ ਕਿ ਕਹਿੰਦੇ ਮਾਫ ਕਰਨਾ ਵੀ ਤਾਂ ਸਿੱਖੋ ਨਾ ਹੂੰ ਹੁਣ ਜੇ ਕੋ ਦਾ ਕਰਮ ਹੈਗਾ ਵੀ ਮੈਂ ਸੱਸ ਨੂੰ ਤੰਗ ਕਰਨਾ ਠੀਕ ਹੈ ਕਰਮਾਂ ਚ ਹੈਗਾ ਪਰ ਜੇ ਉਹ ਗਿਆਨ ਵਾਲੇ ਪਾਸੇ ਨੂੰ ਤੁਰ ਜਾਂਦੀ ਹੈ ਜੇ ਕਿਸੇ ਨੇ ਕਰਜ਼ਾ ਲਿਆ ਹੈ ਤੁਸੀਂ ਮੰਨ ਲਓ ਮੇਰੇ ਕੋਲੋਂ 10000 ਰੁਪਏ ਇੱਕ ਮਿਸਾਲ ਦੇ ਤੌਰ ਤੇ ਲਿਆ ਹੋਇਆ ਹੈ ਠੀਕ ਹੈ ਤਾਂ ਮੈਂ ਤੁਹਾਡੇ ਤੋਂ ਲੈਣਾ ਹੀ ਹੈ ਨਾ ਬਿਲਕੁਲ ਪਰ ਜੇ ਮੇਰਾ ਦਿਲ ਕਰਦਾ ਹੈ ਛੱਡਿਆ ਰਹਿੰਦੇ ਮਾਫ ਕੀਤਾ ਕਰਮ ਬਰਾਬਰ ਹੋ ਗਿਆ ਮਾਫੀ ਦੇ ਵਿੱਚ ਕਰਮ ਬਰਾਬਰ ਹੋ ਜਾਂਦਾ ਹੈ ਜਦੋਂ ਮਾਫ ਕਰਤਾ ਵੀ ਮੈਂ ਨਹੀਂ ਇਸ ਕਰਮ ਨੂੰ ਤੇਰੇ ਤੇ ਦੁਬਾਰਾ ਕਰਨਾ ਚਾਹੁੰਦਾ ਪਰ ਜਿਹੜੇ ਸੱਸ ਨੇ ਮਾੜੇ ਕਰਮ ਕੀਤੇ ਹੋਣਗੇ ਫਿਰ ਉਹ ਵੀ ਮਾਫ ਹੋ ਜਾਣਗੇ ਹਾਂਜੀ ਜਿਹੜੇ ਸੱਸ ਨੇ ਮਾੜੇ ਕਰਮ ਕੀਤੇ ਹੋਣਗੇ ਨਹੀਂ ਉਹ ਤਾਂ ਜਦ ਗੱਲ ਸੁਣਨਾ ਤੁਸੀਂ ਐਗਜ਼ਾਮਪਲ ਜਿਹੜੀ ਬੜੀ ਕਲੀਅਰ ਘਟ ਹੈ ਨਹੀਂ ਨਹੀਂ ਨੂਨੇ ਮਾਫ ਕਰਤਾ ਹਾਂਜੀ ਤੁਸੀਂ ਐਗਜ਼ਾਮਪਲ ਨੂਨੇ ਮਾਫ ਕਰਤਾ ਤੇ ਸੱਸ ਦੇ ਜਿਹੜੇ ਮਾੜੇ ਚਲੋ ਨੂਨੇ ਚੰਗੇ ਲੈਣ ਵਾਲਾ ਲੈਣਾ ਨਹੀਂ ਚਾਹਦਾ ਯਾ ਤੇ ਮੈਂ ਪੈਸਾ ਦਿੱਤਾ ਮੈਂ ਲੈਣਾ ਹੀ ਨਹੀਂ ਚਾਹਦਾ ਮੈਂ ਮਾਫ ਕਰਤਾ ਤਾਂ ਨੇਚਰਲੀ ਉਹ ਤੁਹਾਡੀ ਜੇਬ ਚ ਹੀ ਹੈ ਹੁਣ ਤੁਹਾਡੇ ਕੋਲ ਹੀ ਹੈ ਤੁਸੀਂ ਖਾਓ ਖਰਚੋ ਆਪਣਾ ਰਾਮ ਕਰੋ ਤਾਂ ਉਹ ਕਰਮ ਹੈ ਜਿਹੜਾ ਜਦੋਂ ਮਾਫੀ ਐਸੇ ਕਰਕੇ ਮਹਾਪੁਰਸ਼ਾਨ ਨੇ ਇਸ ਨੂੰ ਇੱਕ ਗਹਿਣਾ ਕਿਹਾ ਕਹਿੰਦੇ ਸਾਨੂੰ ਕਿਸੇ ਨੂੰ ਮਾਫ ਕਰਨਾ ਵੀ ਆਉਣਾ ਚਾਹੀਦਾ ਪਰ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਕਰਮਾਂ ਦਾ ਭੁਗਤਾਨ ਤਾਂ ਹੋ ਕੇ ਰਹੇਗਾ ਕਈ ਵਾਰ ਮਾਂ ਨਹੀਂ ਕਰਮਾਂ ਦਾ ਭੁਗਤਾਨ ਹੋ ਕੇ ਰਹੇਗਾ ਸਾਡੇ ਕੋਲ ਇੱਕ ਵਾਰੀ ਜਿੱਦਾਂ ਕੇਸ ਆਂਦੇ ਨੇ ਐਨ ਜੀਓ ਦੇ ਵਿੱਚ ਕਿ ਇੱਕ ਮੁੰਡਾ ਨਸ਼ਾ ਕਰਕੇ ਆਪਣੀ ਮਾਂ ਨੂੰ ਕੁੱਟਦਾ ਸੜਕੋਲ ਬੜੇ ਕੇਸ ਆਂਦੇ ਨੇ ਤੇ ਅਸੀਂ ਮਾਂ ਨੂੰ ਹਾਸੇ ਚ ਕਹਿ ਦਿੱਤਾ ਕਿ ਚਲ ਤੇਰਾ ਮੁੰਡਾ ਚਕਾ ਦਈਏ ਫਿਰ ਉਹਨਾਂ ਥਾਣੇ ਉਹਦੇ ਪੱਤੇ ਮਰਵਾਈਏ ਕਹਿੰਦੀ ਨਹੀਂ ਮੇਰੇ ਮੁੰਡੇ ਨੂੰ ਹੱਥ ਨਹੀਂ ਲਾਣਾ ਪਰ ਉਹ ਕਿਤੇ ਨਾ ਕਿਤੇ ਜਿਹੜੇ ਮੁੰਡੇ ਨੇ ਮਾੜੇ ਕਰਮ ਕੀਤੇ ਮਾਂ ਪ੍ਰਤੀ ਉਹਦਾ ਤਾਂ ਭੁਗਤਾਨ ਹੋਏਗਾ ਕਿ ਨਹੀਂ ਨਹੀਂ ਭੁਗਤਾਨ ਤਾਂ اٹਲ ਹੈ ਕਰਮ ਦਾ ਭੁਗਤਾਨ اٹਲ ਹੈ ਖੋਣਾ ਹੀ ਹੋਣਾ ਹੈ ਗੱਲ ਇਹ ਹੈ ਕਿ ਜੇ ਕਿਸੇ ਨੂੰ ਗਲਪਾ ਉਹ ਕਰ ਰਹੀ ਸੀ ਜੇ ਕਿਸੇ ਨੂੰ ਸੋਝੀ ਆ ਗਈ ਉਹ ਮਾਫੀ ਕਰ ਸਕਦਾ ਹੈਗਾ ਜੇ ਨਹੀਂ ਮਾਫੀ ਵਾਲਾ ਰਸਤਾ ਅਡਾਪਟ ਹੋਇਆ ਕਿਸੇ ਕੋਲੋਂ ਫਿਰ ਉਹ ਭੁਗਤਾਨ ਖੜਾ ਫੇਰ ਉਹ ਭਗਤਾਨ ਖੜਾ ਹੋਏਗਾ ਹੀ ਹੋਏਗਾ ਕਈ ਵਾਰੀ ਅਸੀਂ ਕੀ ਦੇਖਦੇ ਆ ਕਿ ਅ ਰਿਸ਼ੀ मुनि ਸੰਤ ਵੀ ਕਈ ਸੰਸਾਰ ਚ ਆਏ ਨੇ ਜਿਨ੍ਹਾਂ ਦਾ ਪਿਛੋਕੜ ਪਹਿਲਾਂ ਕੁਝ ਹੋਰ ਸੀ ਬਿਲਕੁਲ ਠੀਕ ਹੈ ਜਦੋਂ ਸੋਚੀ ਆਈ ਉਹਨੂੰ ਜਦੋਂ ਸੋਝੀ ਆਈ ਤਾਂ ਉੱਚ ਕੋਟੀ ਦੇ ਉਹ ਪ੍ਰਮਾਤਮਾ ਦੇ ਪੈਰੋਕਾਰ ਬਣ ਗਏ ਉਹ ਇੰਨਾ ਉਹਨਾਂ ਕੋਲ ਰਤਬਾ ਆ ਗਿਆ ਪ੍ਰਮਾਤਮਾ ਦੇ ਨਾਲ ਇਕਮਿਕ ਹੋ ਗਏ ਉਹ ਤਾਂ ਕਰਮ ਬਦਲਦਾ ਹੈ ਬਦਲਦਾ ਕਿਵੇਂ ਜੇ ਬਦਲਾਓ ਲਿਖਿਆ ਉਹਦੇ ਵਿੱਚ ਦੀਨੀ ਉਮਰ ਚ ਆਪ ਮਿਲਣਾ ਹੀ ਮਿਲਣਾ ਇਸ ਤੋਂ ਬਾਅਦ ਠੀਕ ਵੀ ਹੋ ਜਾਣਾ ਤਾਂ ਉਹ ਕਰਮਾਂ ਦਾ ਵਿਧਾਨ اٹਲ ਹੈ ਕਿਉਂਕਿ ਇਹ ਜਿੰਨੀ ਦੁਨੀਆ ਚੱਲ ਰਹੀ ਹੈ ਇਹ ਕਰਮ ਦੇ ਵਿਧਾਨ ਦੇ ਉੱਤੇ ਚੱਲ ਰਹੀ ਹੈ ਸੰਤ ਕ੍ਰਿਪਾਲ ਸਿੰਘ ਮਹਾਰਾਜ ਜੀ ਇਸ ਗੱਲ ਨੂੰ ਕਿਹਾ ਕਰਦੇ ਸੀ ਭਾਈ ਉਹ ਜ਼ਿਆਦਾ ਹਿੰਦੀ ਬੋਲਦੇ ਸੀ ਕਹਦੇ ਭਾਈ ਅਗਰ ਸਰੀਰ ਛੋੜਨੇ ਸੇ ਪਹਿਲੇ ਇੱਕ ਵੀ ਕਰਮ ਬਕਾਇਆ ਬਚ ਗਿਆ ਤਾਂ ਹੋ ਸਕਦਾ ਹੈ ਆਪਕੋ ਦੁਬਾਰਾ ਇਸ ਸੰਸਾਰ ਮੇ ਆਨਾ ਪੜ ਜਾਏ ਇੱਕ ਵੀ ਕਰਮ ਇਹ ਜਿੰਨੀ ਸ੍ਰਿਸ਼ਟੀ ਚੱਲ ਰਹੀ ਹੈ ਚੱਲ ਤੱਕ ਕਰਮ ਦੇ ਵਿਧਾਨ ਤੇ ਰਹੀ ਹੈ ਲੇਕਿਨ ਉਹਦੇ ਵਿੱਚ ਕੀ ਹੈ ਇਹ ਮਾਫੀ ਦਾ ਨਿਯਮ ਵੀ ਨਾਲ ਚੱਲਦਾ ਹੈ ਜੇ ਕਿਸੇ ਨੂੰ ਸੋਝੀ ਆ ਗਈ ਉਹ ਮਾਫ ਕਰ ਦਿੰਦਾ ਤਾਂ ਕਰਮ ਟਲ ਗਿਆ ਨਾ ਉਹਦਾ ਉਹ ਭੁਗਤਾਨ ਤੋਂ ਬਚ ਗਿਆ ਉਹ ਸੋਝੀ ਆਣ ਦੇ ਨਾਲ ਨਾਲ ਭਾਜੀ ਕੀ ਦਿਖਣ ਚ ਮਿਲਦਾ ਇਨਸਾਨ ਚ ਆਪਾਂ ਕਿਵੇਂ ਜੱਜ ਕਰੀਏ ਕਿ ਇਸ ਇਨਸਾਨ ਨੇ ਜਿੱਦਾਂ ਦੀਆਂ ਗੱਲਾਂ ਕਰ ਰਿਹਾ ਕਿਉਂਕਿ ਮੈਂ ਅਕਸਰ ਲੋਕ ਦੇਖੇ ਨੇ ਮੱਥਾ ਵੀ ਟੇਕਦੇ ਨੇ ਗੁਰਦੁਆਰੇ ਜਾ ਕੇ ਮੰਦਰ ਵੀ ਜਾਂਦੇ ਨੇ ਬੜੇ ਲੋਕਾਂ ਨੂੰ ਆਪਾਂ ਸੁਣ ਲਈ ਜਾਣਦਾ ਵੀ ਹਾਂ ਗਿਆਨ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਪਰ ਜਦੋਂ ਗੱਲ ਕਰਮ ਦੀ ਆਉਂਦੀ ਹੈ ਇਹ ਆਪਾਂ ਅਕਸਰ ਕਹਿੰਦੇ ਹੁੰਦੇ ਆ ਕਿ ਗੁਰੂ ਦੀ ਮੰਨਣ ਦੇ ਨਾਲ ਗੁਰੂ ਨੂੰ ਮੰਨਣ ਦੇ ਨਾਲ ਨਾ ਗੁਰੂ ਦੀ ਵੀ ਮੰਨੋ ਦੀ ਮੰਨਣੀ ਔਖੀ ਹੈ ਬਸ ਇਹੀ ਇਹੀ ਚੀਜ਼ ਹੈ ਬਹੁਤ ਵਧੀਆ ਤੁਹਾਡਾ ਇਹ ਸਵਾਲ ਹੈਗਾ ਦੀ ਮੰਨਣ ਵਾਲਾ ਕੰਮ ਹੈ ਇੱਕ ਸਾਡੀ ਪੂਜਾ ਹੈਗੀ ਹੈ ਬਾਹਰੀ ਬਾਹਰੀ ਸਾਧਨਾ ਦੇ ਨਾਲ ਲੇਕਿਨ ਪੂਰਨ ਸੰਤਾਂ ਨੇ ਬਾਹਰੀ ਪੂਜਾ ਨੂੰ ਪੂਜਾ ਨਹੀਂ ਮੰਨਿਆ ਹੈਗਾ ਹੂੰ ਠੀਕ ਹੈ ਉਹਨਾਂ ਨੇ ਕਿਹਾ ਜਦ ਤੱਕ ਅੰਤਰਮੁਖ ਗਿਆਨ ਨਹੀਂ ਆਉਂਦਾ ਨਾ ਉਦੋਂ ਤੱਕ ਬੰਦੇ ਦਾ ਰਸਤਾ ਪਰਵਰਤਤ ਨਹੀਂ ਹੁੰਦਾ ਹੈਗਾ ਨਹੀਂ ਬਦਲਦਾ ਬਦਲ ਨਹੀਂ ਸਕਦਾ ਹੁਣ ਜੇ ਮੈਂ ਅੰਦਰ ਆਪਣੇ ਦੇਖਿਆ ਕੁਛ ਨਹੀਂ ਮੈਂ ਵੀ ਇਹ ਕਹੂੰਗਾ ਕਿ ਪਰਮਾਤਮਾ ਹੈ ਹੀ ਨਹੀਂਗਾ ਪਰ ਜੇ ਮੈਂ ਉਸ ਪਰਮਾਤਮਾ ਦੀ ਉਸ ਲਾਈਟ ਨੂੰ ਉਸ ਅੰਦਰ ਜਿਹੜਾ ਸਾਡੇ ਅਨਹਦ ਸ਼ਬਦ ਦੀ ਧੁਨਕਾਰ ਚੱਲ ਰਹੀ ਹੈ ਸਾਰੇ ਮਹਾਂਪੁਰਸ਼ਾਂ ਨੇ ਕਿਹਾ ਵੀ ਤੇਰੇ ਅੰਦਰ ਢੋਲ ਨਗਾਰੇ ਵੀ ਵੱਜ ਰਹੇ ਨੇ ਔਰ ਬੜੀ ਇੱਕ ਵਧੀਆ ਚੀਜ਼ ਹੈ ਅਸੀਂ ਸਿੰਬੋਲਿਕ ਚੀਜ਼ਾਂ ਵਿੱਚ ਆ ਗਏ ਹੂੰ ਸਿੰਬੋਲਿਕ ਕੀ ਹੈ ਆਪਾਂ ਇੱਕ ਅਸਲ ਚੀਜ਼ ਦੀ ਨਕਲ ਉਤਾਰ ਲੈਨੇ ਆਪਾਂ ਆ ਚੀਜ਼ ਰੂਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਨਗਾਰਾ ਵੀ ਵਜਾਉਂਦੇ ਆ ਅੰਦਰ ਆਪਾਂ ਜੋਤ ਵੀ ਹੁੰਦੀ ਹੈਗੀ ਹੈ ਦੀਵਾ ਜੋਤ ਜੀ ਜਗਾਉਂਦੇ ਆ ਆ ਕਿਸੇ ਆਪਾਂ ਮੰਦਿਰ ਵਿੱਚ ਚਲੇ ਜਾਂਦੇ ਆ ਉੱਥੇ ਵੀ ਆਪਾਂ ਟਾਲੀਆਂ ਟੱਲੀ ਵੱਜਦੀ ਹੈਗੀ ਹੈ ਅੰਦਰ ਫਿਰ ਜੋਤ ਹੋ ਰਹੀ ਹੈਗੀ ਹੈ ਠੀਕ ਹੈ ਅਗਰ ਇੱਕ ਮੁਸਲਮਾਨ ਉਹਨਾਂ ਦੀ ਦਰਗਾਹ ਤੇ ਆਪਾਂ ਜਾਂਦੇ ਆ ਤਾਂ ਉਹ ਕਹਿੰਦੇ ਮੁੱਲਾ ਜੀ ਬਾਗਦੇ ਰਿਹਾ ਤੇ ਅੰਦਰ ਚਰਾਗ ਉਹਨਾਂ ਦੇ ਵੀ ਚੱਲ ਰਿਹਾ ਹੈਗਾ ਹੁਣ ਅਗਰ ਚਰਚ ਵਿੱਚ ਜਾਂਦੇ ਆ ਉੱਪਰ ਘੰਟਾ ਲੱਗਿਆ ਹੋਇਆ ਅੰਦਰ ਮੋਮਬੱਤੀ ਜਗ ਰਹੀ ਹੈਗੀ ਹੈ ਜੋ ਹਾਈ ਥਾਂਵਾਂ ਦੇ ਉੱਤੇ ਇੱਕ ਕਾਮਨ ਚੀਜ਼ ਸੀਗੀ ਕਿਹੜੀ ਸੀਗੀ ਲਾਈਟ ਐਂਡ ਸਾਊਂਡ ਸਾਊਂਡ ਪ੍ਰਕਾਸ਼ ਤੇ ਆਵਾਜ਼ ਇਹਨਾਂ ਦੋਨਾਂ ਚੀਜ਼ਾਂ ਦਾ ਮਿਕਸਚਰ ਹੀ ਪ੍ਰਮਾਤਮਾ ਦੀ ਸਚਾਈ ਹੈ ਉਹੀ ਪ੍ਰਮਾਤਮਾ ਦਾ ਰੂਪ ਹੈ ਹਰ ਇੱਕ ਦੇ ਅੰਦਰ ਉਹ ਜੋਤ ਹੈ ਹਰ ਇੱਕ ਦੇ ਅੰਦਰ ਉਹ ਸ਼ਬਦ ਗੂੰਜ ਰਿਹਾ ਜਦੋਂ ਜੀਵ ਆਪਣੇ ਅੰਦਰੋਂ ਉਸ ਚੀਜ਼ ਦੇ ਨਾਲ ਜੁੜਦਾ ਤਾਂ ਸਚਾਈ ਦਾ ਪਤਾ ਲੱਗਦਾ ਹੈ ਜੀਵਨ ਉਦੋਂ ਬਦਲਦਾ ਹੈ ਭਈ ਅੱਜ ਦੇ ਟਾਈਮ ਦੇ ਵਿੱਚ ਗੁਰੂ ਦੀ ਪਛਾਣ ਕਿਵੇਂ ਕੀਤੀ ਜਾਵੇ ਗੁਰੂ ਕਿਵੇਂ ਧਾਰਿਆ ਜਾਵੇ ਕਿ ਇਹ ਪਰਫੈਕਟ ਗੁਰੂ ਆ ਮੇਰੀ ਜ਼ਿੰਦਗੀ ਦੇ ਧਾਰਨ ਲਈ ਕਿਉਂਕਿ ਅਸੀਂ ਅਕਸਰ ਦੇਖਦੇ ਆਂ ਨਿਊਜ਼ ਵੀ ਸੁਣਦੇ ਆਂ ਗੁਰਬਾਣੀ ਦੇ ਵਿੱਚ ਫਰਮਾਨ ਆਇਆ ਆਪਾਂ ਮਹਾਂਪੁਰਸ਼ਾਂ ਦੀ ਪਾਵਨ ਬਾਣੀ ਦੇ ਆਧਾਰ ਦੇ ਉੱਤੇ ਗੱਲ ਕਰਮੇ ਕਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਪੰਜ ਸ਼ਬਦ ਤੁਣਕਾਰ ਤੁਣ ਤਹ ਬਾਜੇ ਸ਼ਬਦ ਨਿਸ਼ਾਨ ਕਹਿੰਦੇ ਆਂ ਆਹ ਤਾਂ ਨਿਸ਼ਾਨੀ ਹੈ ਠੀਕ ਸਤਗੁਰ ਪੂਰਾ ਭੇਟਿਏ ਪੂਰੀ ਹੋਵੇ ਜੁਗਤ ਹਸੰਦਿਆਂ ਖਲੰਦਿਆਂ ਖਾਵੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ ਕਦੇ ਤੈਨੂੰ ਜ਼ਿੰਦਗੀ ਜੀਣ ਦਾ ਸਲੀਕਾ ਆ ਜਾਏਗਾ ਮੈਂ ਜ਼ਿੰਦਗੀ ਜੀਣੀ ਕਿਵੇਂ ਆ ਜ਼ਿੰਦਗੀ ਤੇ ਜੀ ਆਪਾਂ ਵੀ ਜੀ ਰਹੇ ਆ ਇੱਕ ਸਲੀਕਾ ਆ ਜਾਂਦਾ ਉਸ ਨੂੰ ਉਹਦੀ ਜ਼ਿੰਦਗੀ ਇੱਕ ਅੱਛੇ ਪੈਟਰਨ ਦੇ ਉੱਤੇ ਚੱਲ ਪੈਂਦੀ ਇੱਕ ਅੱਛੇ ਰਸਤੇ ਉੱਤੇ ਚੱਲ ਪੈਂਦੀ ਹੈਗੀ ਆ ਉਹਨੂੰ ਸੋਝੀ ਆ ਗਈ ਨਾ ਇੱਕ ਦੀ ਅਨਪਲਾਨਡ ਜ਼ਿੰਦਗੀ ਆ ਉੱਠ ਕੇ ਉੱਠ ਕੇ ਸਵੇਰੇ ਨਹੀਂ ਉੱਠੇ ਨਾ ਕੇ ਕੰਮ ਦੇ ਗਏ ਨਹੀਂ ਗਏ ਉਹਦੀ ਜ਼ਿੰਦਗੀ ਉਸ ਟਾਵਨ ਨਹੀਂ ਪੈਸੇ ਕਮਾਏ ਫਿਰ ਚੋਰੀ ਕਰੇਗਾ ਕੁਝ ਹੋਰ ਕਰੇਗਾ ਨੇਚਰਲੀ ਪੇਟ ਤਾਂ ਪਾਲਣਾ ਆਪਣੇ ਪਾਲਣੇ ਜੁਆਕਾਂ ਦਾ ਵੀ ਪਾਲੇਗਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹਥਕੰਡੇ ਨਾਲ ਪੈਸੇ ਨੂੰ ਲੈਣ ਦੀ ਕੋਸ਼ਿਸ਼ ਕਰੇਗਾ ਉਹ ਠੀਕ ਹੈ ਤਾਂ ਜੇ ਨੂੰ ਜ਼ਿੰਦਗੀ ਜੀਣ ਦਾ ਸਲੀਕਾ ਆ ਗਿਆ ਤੇ ਮਹਾਪੁਰਸ਼ਾਂ ਨੇ ਇਹੀ ਸਿਖਾਇਆ ਸੀਗਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਵੀ ਇਸੇ ਚੀਜ਼ ਦਾ ਡੰਕਾ ਬਜਾਇਆ ਸੀਗਾ ਉਹਨਾਂ ਨੂੰ ਹੀਰੇ ਪਸੰਦ ਨਹੀਂ ਸੀ ਆਏ ਕਹਿੰਦੇ ਮੈਂ ਜੁੱਤੀਆਂ ਗੰਢ ਕੇ ਜਿਹੜਾ ਪੇਸ਼ਾ ਕਰ ਰਿਹਾ ਨਾ ਮੈਂ ਇਹਦੇ ਚ ਕੰਟੈਂਟਡ ਆ ਮੈਂ ਪੂਰਾ ਸ਼ਾਂਤ ਆ ਇਹਦੇ ਵਿੱਚ ਬਿਲਕੁਲ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਔਰ ਮੈਨੂੰ ਜੋ ਦੌਲਤਾਂ ਅੰਦਰੋਂ ਮਿਲਦੀਆਂ ਨੇ ਮੈਂ ਉਹਦੇ ਨਾਲ ਆਨੰਦਿਤਾਂ ਪੂਰੇ ਦਾ ਪੂਰਾ ਪਰ ਅੱਜਕੱਲ ਮੈਨੂੰ ਲੱਗਦਾ ਕੋਈ ਸਮਾਜ ਦੇ ਵਿੱਚ ਕਿ ਐਗਜ਼ਾਮਪਲ ਹੋਏਗੀ ਕਿ ਸਹੀਰਾ ਰੱਖ ਜਾਵੇ ਕੋਈ ਤੇ ਮਹਿਲ ਨਾ ਬਣਿਆ ਹੋਵੇ ਇਥੇ ਹਰ ਬੰਦਾ ਮਨ ਲਗਾਦਾ ਹੀਰੇ ਮੰਗ ਮੰਗ ਮਹਿਲ ਬਣਾਉਣ ਨੂੰ ਫਿਰਦਾ ਬਿਲਕੁਲ ਜੀ ਹੀਰੇ ਮੰਗ ਕੇ ਨਹੀਂ ਹੀਰੇ ਖੋ ਕੇ ਓਕੇ ਅੱਜ ਕੱਲ ਇਹ ਹੀ ਦੇਖ ਰਹੇ ਸੀ ਕਿ ਗਲੀ ਗਲੀ ਚ ਮੁਹੱਲੇ ਮੁਹੱਲੇ ਚ ਸ਼ਹਿਰ ਸ਼ਹਿਰ ਚ ਹਰ ਬੰਦਾ ਕਹਿੰਦਾ ਕਿ ਮੈਨੂੰ ਗਿਆਨ ਬਹੁਤ ਹੈ ਤੇ ਲੋਕ ਪਰੇਸ਼ਾਨ ਨੇ ਵੈਸੇ ਹੀ ਕਿਉਂਕਿ ਐਡਵਾਂਸ ਜਮਾਨਾ ਹੈ ਅੱਜ ਹਰ ਬੰਦਾ ਸਵਾਲ ਪੁੱਛਦਾ ਹਾਂ ਯੂਥ ਸਵਾਲ ਪੁੱਛਦੀ ਹੈ ਕਿ ਸਾਨੂੰ ਇਸ ਚੀਜ਼ ਦਾ ਤਰਕ ਦਿਓ ਠੀਕ ਹੈ ਤੁਸੀਂ ਸਮਝਾਤਾ ਸਾਨੂੰ ਪਰਮਾਤਮਾ ਹੈ ਲੋਕ ਤਾਂ ਰੱਬ ਹੋਣ ਦਾ ਵੀ ਕਈ ਵਾਰ ਫਰਮਾਨ ਮੰਨ ਲੈਂਦੇ ਬਿਲਕੁਲ ਪਰਮਾਨ ਉਹਦਾ ਇਹੀ ਹੈ ਕਿ ਇੱਕ ਵਕਤ ਦੇ ਜਦੋਂ ਕਿਸੇ ਮਹਾਨ ਸੰਤ ਦੇ ਕੋਲ ਆਪਾਂ ਜਾ ਕੇ ਗਿਆਨ ਦੀ ਪ੍ਰਾਪਤੀ ਕਰਨਾ ਚਾਹੁੰਦੇ ਆ ਤਾਂ ਰਾਜਾ ਜਨਕ ਦੀ ਕਹਾਣੀ ਯਾਦ ਥੋੜੀ ਜੀ ਕਰ ਲਈਏ ਆਪਾਂ ਸੁਣਾਓ ਪਲੀਜ਼ ਅਸੀਂ ਸੁਣ ਰਹੇ ਆਂ ਐਦਾਂ ਦੇ ਪੋਡਕਾਸਟ ਵੈਸੇ ਵੀ ਘੱਟ ਹੁੰਦੇ ਨੇ ਲੋਕ ਮਸਾਲੇ ਸੁਣ ਕੇ ਰਾਜ਼ੀ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਚਲੋ ਸਾਡੀ ਆਡੀਅנס ਘੱਟ ਹੋਏਗੀ ਭਾਜੀ ਜ਼ਰੂਰ ਹਾਂ ਪਰ ਮੈਂ ਪਰਸਨਲੀ ਜਦੋਂ ਵੀ ਕੋਈ ਪੋਡਕਾਸਟ ਕਰਦਾ ਨਾ ਸਭ ਤੋਂ ਪਹਿਲਾਂ ਮੈਂ ਦੇਖ ਰਿਹਾ ਮੈਨੂੰ ਮਜ਼ਾ ਆ ਰਿਹਾ ਮੈਨੂੰ ਆਨੰਦ ਆ ਰਿਹਾ ਮੈਂ ਕੁਝ ਸਿੱਖ ਰਿਹਾ ਰਾਜਾ ਜਨਕ ਜੀ ਬਾਦਸ਼ਾਹ ਸੀ ਉਹ ਵੀ ਇਨੇ ਵੀ ਕੱਲੇ ਗਰੀਬਾਂ ਨੂੰ ਇਹ ਉੱਠਿਆ ਵੀ ਰੱਬ ਨੂੰ ਪਾ ਲਈਏ ਬਾਦਸ਼ਾਹਾਂ ਨੂੰ ਵੀ ਹੋਇਆ ਰਾਜਾ ਜਨਕ ਠੀਕ ਹੈ ਜੀ ਉਹਦੇ ਵੀ ਅੰਦਰ ਗਿਆਨ ਦੀ ਲਲਕੁੱਠੀ ਢੰਡੋਰਾ ਪਟਵਾਇਆ ਮਨ ਨੂੰ ਕੋ ਗਿਆਨ ਦਿਓ ਆ ਕੇ ਅੰਦਰ ਮਹਿਲ ਦੇ ਅੰਦਰ ਹੀ ਪੂਰੀ ਸਭਾ ਲੱਗ ਗਈ ਢੰਡੋਰਾ ਪਟਵਾਇਆ ਤੇ ਜਦੋਂ ਆਗੇ ਜੀ ਵન્સ ਵਨ ਨੇ ਕਈ ਯੋਗੀ ਇਹ ਉਹ ਬੜੇ ઋષਿ ਯਾਗਵਲਕ ਵੀ ਸੀ ਉਹਨਾਂ ਚੋਂ ਇੱਕ ਉਹਨਾਂ ਨੇ ਮੰਤਰਾਂ ਦਾ ਉਚਾਰਨ ਦਿੱਤਾ ਉਹਨਾਂ ਨੂੰ ਵੀ ਬਾਦਸ਼ਾਹ ਇਹਨਾਂ ਦਾ ਉਚਾਰਨ ਕਰ ਤੇਰੇ ਮਨ ਨੂੰ ਸ਼ਾਂਤੀ ਆ ਜਾਏਗੀ ਕੀਤਾ ਉਹਨਾਂ ਨੇ ਥੋੜੀ ਜਿਹਾ ਲੇਕਿਨ ਮਨ ਸ਼ਾਂਤ ਨਹੀਂ ਹੋਇਆ ਕੀ ਸੋਚਿਆ ਵੀ ਜਿਹੜਾ ਗਿਆਨ ਮੈਂ ਸੁਣਿਆ ਜਿਸ ਗਿਆਨ ਨੂੰ ਅਸੀਂ ਪ੍ਰਗਟ ਕਰ ਸਕਦੇ ਆ ਮੇਰੇ ਉਹ ਨਹੀਂ ਹੋਇਆ ਮੈਨੂੰ ਤਾਂ ਉਹ ਚਾਹੀਦਾ ਢੰਡੋਰਾ ਫੇਰ ਪਟਵਾਤਾ ਕਿ ਮੈਨੂੰ ਉਹ ਕੋਈ ਆਵੇ ਜਿਹੜਾ ਮੈਨੂੰ ਉਹ ਗਿਆਨ ਦੇ ਸਕੇ ਫਿਰ ਦੁਬਾਰਾ ਜਦੋਂ ਢੰਡੋਰੇ ਤੋਂ ਬਾਅਦ ਫੇਰ ਸਭਾ ਲੱਗੀ ਹੁਣ ਜਦੋਂ ਸਭਾ ਲੱਗੀ ਤਾਂ ਸੰਤ ਮਹਾਂਪੁਰਸ਼ ਤਾਂ ਉਸ ਵਕਤ ਵੀ ਬਥੇਰੇ ਆਏ ਉਹਨਾਂ ਵਿੱਚ ਇੱਕ ਰਿਸ਼ੀ ਅਸ਼ਟਾਵਕਰ ਆਇਆ ਜਿਹਨਾਂ ਦਾ ਸਰੀਰ ਬਿ cụcੜਾ ਸੀਗਾ ਸ਼ਕਲ ਸੂਰਤ ਤੋਂ ਵੀ ਨਹੀਂ ਸੀ ਜਦੋਂ ਉਹ ਆਏ ਅੰਦਰ ਤਾਂ ਜਿਹੜੇ ਬਾਕੀ ਕੋਈ ਇਕੱਠ ਕੱਠ ਲੱਗਿਆ ਹੋਇਆ ਸੀ ਤਾਂ ਉਹਨਾਂ ਨੇ ਤਾੜੀ ਵਜਾਈ ਮਜ਼ਾਕ ਕੀਤਾ ਵੀ ਆ ਵੀ ਗਿਆਨ ਦੇਣਾ ਹੈ ਉਹ ਤੇ ਮਜ਼ਾਕ ਕੀਤਾ ਉਸ ਵਕਤ ਉਹਨਾਂ ਨੇ ਇੱਕ ਗੱਲ ਕਹੀ ਸੀ ਰਵਿਦਾਸ ਜੀ ਮਹਾਰਾਜ ਜੀ ਨੇ ਜਿਹੜੀ ਗੱਲ ਕਹੀ ਉਹਨਾਂ ਨੇ ਆਪਣੇ ਆਪ ਨੂੰ ਬਾਣੀ ਚ ਖੁਦ ਕਿਹਾ ਕਹੇ ਰਵਿਦਾਸ ਚਮਾਰਾ ਉਹਨੇ ਆਪਣੇ ਆਪ ਨੂੰ ਕਿਹਾ ਜੀ ਕਿਉਂਕਿ ਮਹਾਪੁਰਸ਼ ਜਾਤ ਪਾਚ ਬੰਨੇ ਨਹੀਂ ਹੁੰਦੇ ਉਹ ਮੇਰਾ ਪੇਸ਼ਾ ਕਹਿੰਦੇ ਬਿਲਕੁਲ ਪੇਸ਼ਾ ਇਹ ਜਾਤ ਨਹੀਂ ਹੈ ਅਸੀਂ ਸਾਰੇ ਇੱਕ ਪਰਮਾਤਮਾ ਦੇ ਬੱਚੇ ਆ ਠੀਕ ਹੈ ਜਦੋਂ ਤਾੜੀ ਮਾਰ ਕੇ ਹੱਸੇ ਤੇ ਉਸ ਵਕਤ ਰਿਸ਼ੀ ਅਸ਼ਟਾਵਕਰ ਜੀ ਉਹਨੂੰ ਕਹਿੰਦੇ ਆ ਕਹਿੰਦੇ ਬਾਦਸ਼ਾਹ ਕਹਿੰਦੇ ਤੂੰ ਸੱਚਾ ਗਿਆਨ ਚਾਹੁੰਦਾ ਤੇ ਫਿਰ ਤੂੰ ਆ ਸਭਾ ਕਿਹਨਾਂ ਦੀ ਸੱਦੀ ਹੈ ਕਹਿੰਦੇ ਜਿਹੜੇ ਮੇਰੇ ਚਮੜੇ ਦੀ ਪਛਾਣ ਕਰ ਰਹੇ ਨੇ ਹ ਇਹਨਾਂ ਨੂੰ ਮੇਰੇ ਉਸ ਗਿਆਨ ਦਾ ਨਹੀਂ ਪਤਾ ਏਵੀ ਕਿਆ ਮੈਂ ਸ਼ਾਇਦ ਨਾ ਆਉਂਦਾ ਪਰ ਸਚਾਈ ਲੁਕੀ ਨਾ ਰਹਿ ਜਾਵੇ ਅੱਜ ਮੈਂ ਤਾਂ ਆ ਗਿਆ ਸਚਾਈ ਨਾ ਲੁਕੀ ਰਹੇ ਮੈਂ ਆ ਗਿਆ ਤਾਂ ਰਿਸ਼ੀ ਅਸ਼ਟਾਵਕਰ ਨੇ ਜਦੋਂ ਕਿਹਾ ਵੀ ਰਾਜਾ ਤੈਨੂੰ ਗਿਆਨ ਚਾਹੀਦਾ ਫਿਰ ਇੱਕ ਕੰਮ ਕਰ ਅਗਰ ਦੀ ਤਹਲੇ ਆ ਜਾ ਹੂੰ ਚੂਲੀ ਤੇ ਚਲੋ ਉਸ ਵਕਤ ਦੇ ਮੁਤਾਬਕ ਜੋ ਇਤਿਹਾਸ ਕਹਿੰਦਾ ਵੀ ਗੰਗਾ ਜਲ ਰੱਖਿਆ ਗਿਆ ਤੇ ਰੱਖ ਕੇ ਸੌਂਖ ਖੋਈ ਉਸ ਵਕਤ ਤਾਂ ਕੁਝ ਵੀ ਹੋ ਸਕਦਾ ਹੈ ਇਤਿਹਾਸਕ ਤੱਥ ਜਿਸ ਤਰੀਕੇ ਨਾਲ ਵੀ ਸੋਗਨ ਚੁਕਾਈ ਇਹ ਸ਼ਰਤਾਂ ਮਨ ਮੇਰੀਆਂ ਤਨ ਮਨ ਤਨ ਸਭ ਮੈਨੂੰ ਦੇ ਦੇ ਬਾਦਸ਼ਾਹ ਨੇ ਸਾਰਾ ਪੂਲ ਕਰ ਲੈ ਰਾਜਾ ਜਨਕ ਨੇ ਫੇਰ ਹੀ ਸ਼ੇਸ਼ਟਾ ਵਕਰਨੇ ਕਿਹਾ ਬਾਦਸ਼ਾਹ ਹੁਣ ਪਹਿਲਾਂ ਤੇ ਕੰਮ ਕਰ ਔਰ ਜਿੱਥੇ ਜੁੱਤੀਆਂ ਪਈਆਂ ਨੇ ਨਾ ਬਾਹਰ ਜੋੜੇ ਲੱਥੇ ਨੇ ਉੱਥੇ ਚੱਲ ਕੇ ਬੈਠ ਹੁਣ ਹੋਵੇ ਬਾਦਸ਼ਾਹ ਤੇ ਜਾ ਕੇ ਬੈਠਣਾ ਪਵੇ ਉਹਨੂੰ ਜੋੜਿਆਂ ਵਿੱਚ ਉਹ ਵੀ ਆਪਣੇ ਦਰਬਾਰੀਆਂ ਦੀ ਆਂ ਬੰਦਿਆਂ ਦੀ ਮੁਸ਼ਕਿਲ ਬੜਾ ਮੁਸ਼ਕਿਲ ਹੈ ਅੱਜ ਕੱਲ੍ਹ ਕਹਿ ਕੇ ਦੇਖੋ ਜੁੱਤੀਆਂ ਜਾ ਕੇ ਵੇਚ ਆਗਲਾ ਕਹਿੰਦਾ ਜੁੱਤੀ ਮੈਂ ਚੱਕਦਾ ਪਹਿਲਾਂ ਜੀ ਫੇ ਸਿਰਚ ਮਾਰਨ ਵਾਸਤੇ ਠੀਕ ਹੈ ਬਾਦਸ਼ਾਹ ਸੀ ਗਿਆਨ ਚਾਹੀਦਾ ਸੀ ਲਲਕ ਸੀ ਗਿਆਨ ਦੀ ਬੈਠ ਗਿਆ ਹੁਣ ਉੱਥੇ ਬੈਠੇ ਨੂੰ ਕੀ ਰਿਸ਼ੀ ਅਸ਼ਟਾਵ ਕਰ ਕਹਿੰਦੇ ਰਿਸ਼ੀ ਅਸ਼ਟਾਵ ਕਰ ਆ ਮੈਂ ਬਾਦਸ਼ਾਹ ਅੱਖ ਬੰਦ ਕਰ ਅੱਖ ਬੰਦ ਕੀਤੀ ਥੋੜੀ देर ਬਾਅਦ ਪੁੱਛਿਆ ਕੀ ਹਾਲਤ ਆ ਕਹਿੰਦਾ ਮੇਰਾ ਮਨ ਤੇ ਖਜ਼ਾਨੇ ਵਾਲ ਦੌੜਦਾ ਹੈ ਜੀ ਨੜਦਾ ਨਾ ਜਿਹੜੇ ਖਜ਼ਾਨੇ ਤੇ ਅੱਜ ਤੱਕ ਬੈਠੇ ਸੀ ਉਧਰ ਮਨ ਭੱਜਿਆ ਫਿਰਦਾ ਇਹ ਤਾਂ ਤੂੰ ਮੈਨੂੰ ਦੇ ਚੁੱਕਿਆ ਤਾਂ ਤੇਰਾ ਹੈ ਹੀ ਨਹੀਂ ਹੁਣ ਤੂੰ ਕਿਉਂ ਉਧਰ ਜਾ ਰਿਹਾ ਅੱਖ ਬੰਦ ਕਰ ਅੱਖ ਫਿਰ ਬੰਦ ਕਰਵਾਈ ਫੇਰ ਹਾਲਤ ਪੁੱਛੀ ਹੁਣ ਦੱਸ ਬਾਦਸ਼ਾਹ ਕੀ ਹਾਲ ਹੈ ਹੁਣ ਰਾਣੀਆਂ ਵੀ ਯਾਦ ਆ ਰਹੀਆਂ ਸੀ ਠੀਕ ਹੈ ਨਾ ਹੁਣ ਉਹ ਵੀ ਯਾਦ ਆ ਰਹੀਆਂ ਨੇ ਮਨ ਉਧਰ ਨੂੰ ਵੀ ਦੌੜਦਾ ਪਿਆ ਤੂੰ ਦੁਨੀਆ ਚੋਂ ਨਿਕਲ ਚੁੱਕਿਆ ਹੈ ਇਹ ਖਿਆਲ ਸਾਰੇ ਖਤਮ ਕਰ ਚੁੱਕੇ ਆ ਤੂੰ ਵਾਪਸ ਆ ਤੀਸਰੀ ਵਾਰੀ ਜਦੋਂ ਫੇਰ ਅੱਖ ਬੰਦ ਕਰਾਈ ਫੇਰ ਉਹਨੂੰ ਪੁੱਛਿਆ ਬਾਦਸ਼ਾਹ ਹੁਣ ਕੀ ਹਾਲ ਹੈ ਤੇਰਾ ਕਹਿੰਦਾ ਮੇਰੀ ਹਾਲਤ ਹੁਣ ਉਸ ਪਰਿੰਦੇ ਵਰਗੀ ਬਣ ਗਈ ਹੈ ਜਿਹੜਾ ਬਹੁਤ ਵੱਡੇ ਮਹਾਸਾਗਰ ਦੇ ਵਿੱਚ ਇੱਕ ਸ਼ਿਪ ਖੜਾ ਹੈ ਉੱਤੇ ਪਰਿੰਦਾ ਬੈਠਾ ਹੈ ਪਰ ਹੁਣ ਉੱਡ ਕੇ ਜਾਣ ਨੂੰ ਥਾਂ ਨਹੀਂ ਹੈ ਕਿਤੇ ਵੀ ਹੁਣ ਨਹੀਂ ਬਚਾ ਸਕਦਾ ਮਹਾਪੁਰਸ਼ ਇਸੇ ਵਕਤ ਦੀ ਇੰਤਜ਼ਾਰ ਕਰਦੇ ਨੇ ਕਿ ਜਦੋਂ ਸਾਡਾ ਮਨ ਸਟਿਲ ਹੋ ਗਿਆ ਦੌੜ ਭੱਜ ਬੰਦ ਹੋ ਗਈ ਭਗਵਾਨ ਕ੍ਰਿਸ਼ਨ ਜੀ ਨੇ ਵੀ ਇਹ ਕਿਹਾ ਸੀਗਾ ਕਿ ਜਦੋਂ ਮਨ ਸਥਿਰ ਹੋ ਗਿਆ ਸਾਡਾ ਭੱਜ ਦੌੜ ਬੰਦ ਹੋ ਗਈ ਇਹਦੀ ਉਦੋਂ ਪਰਮਾਤਮਾ ਦਾ ਪ੍ਰਤਾਪ ਮਿਲਦਾ ਸਾਨੂੰ ਫਿਰ ਉਹ ਵਕਤ ਜਦੋਂ ਆਇਆ ਫਿਰ ਰਿਸ਼ੀ ਵਸ਼ਟਾ ਰਿਸ਼ੀ ਅਸ਼ਟਾ ਵਕਰ ਨੇ ਆਪਣੀ ਤਵਜੋ ਦਿੱਤੀ ਖੀंचे ਸੁਰਤ ਗੁਰੂ ਬਲਵਾਨ ਜਿਹੜਾ ਸਮਰਥਕ ਪੁਰਸ਼ ਹੁੰਦਾ ਹੈ ਨਾ ਉਹ ਸਾਡੀ ਸੁਰਤ ਨੂੰ ਖਿੱਚ ਕੇ ਇੱਥੇ ਲਿਆ ਕੇ ਮੱਥੇ ਤੇ ਆ ਜਿੱਥੇ ਬਿੰਦੀ ਲਗਾਉਂਦੀ ਹੈ ਨਾ ਪੈਣ ਬੀਬੀਆਂ ਇਹ ਆ ਟਿਕਾਣਾ ਸਾਡੀ ਰੂਹ ਤੇ ਮਨ ਦਾ ਟਿਕਾਣਾ ਆ ਪਿੱਛੇ ਇੱਥੇ ਲਿਆ ਕੇ ਜਦੋਂ ਉਹਦੀ ਸੁਰਤ ਨੂੰ ਟਿਕਾਇਆ ਅੰਦਰ ਝਾਤੀ ਵੱਜੀ ਪ੍ਰਕਾਸ਼ ਅੰਦਰੋਂ ਆ ਗਿਆ ਅੰਦਰਲੀ ਦੁਨੀਆ ਵੱਲ ਝਾਤੀ ਵੱਜੀ ਤੇ ਉਹਦੀ ਅੱਖ ਖੁਲਵਾਈ ਬਾਦਸ਼ਾਹ ਬੋਲ ਜਿਹੜਾ ਗਿਆਨ ਤੈਨੂੰ ਚਾਹੀਦਾ ਸੀ ਮਿਲ ਗਿਆ ਹੁਣ ਗੌਰ ਕਰਨਾ ਜਦੋਂ ਲੈਣ ਵਾਲਾ ਕਵੇ ਨਾ ਕਿ ਮੈਨੂੰ ਮਿਲ ਗਿਆ ਇਹ ਗਿਆਨ ਹੈ ਇਹ ਨਹੀਂ ਦੇਣ ਵਾਲੇ ਤਾਂ ਸਾਰੇ ਕਹਣਗੇ ਦੇਤਾ ਮੈਂ ਲੇਕਿਨ ਜਦੋਂ ਲੈਣ ਵਾਲਾ ਕਹਿੰਦਾ ਕਿ ਮੇਰੀ ਝੋਲੀ 'ਚ ਸਮਾਨ ਆ ਗਿਆ ਨਾ ਫੇਰ ਗੱਲ ਹੈ ਤੁਹਾਡੀ ਸਵਾਲ ਦਾ ਇਹ ਜਵਾਬ ਸੀ ਕਿ ਮੈਂ ਕਿਵੇਂ ਮੰਨਾਂ ਕਿ ਮੈਨੂੰ ਕੁਝ ਮਿਲ ਗਿਆ ਰਾਜਾ ਜਨਕ ਨੇ ਵੀ ਉਦੋਂ ਮੰਨਿਆ ਸੀ ਜਦੋਂ ਉਹਦੀ ਝੋਲੀ 'ਚ ਸਮਾਨ ਪੈ ਗਿਆ ਸੀ ਤਾਂ ਇਹ ਹੈ ਬਿਨ ਦੇਖੇ ਉਪਜੇ ਨਹੀਂ ਆਸਾ ਜਦ ਤੱਕ ਅਸੀਂ ਦੇਖਣ ਵਾਲੇ ਨਹੀਂ ਬਣ ਜਾਂਦੇ ਸਾਨੂੰ ਕੋਈ ਦਿਖਾਉਣ ਵਾਲਾ ਨਹੀਂ ਮਿਲ ਜਾਂਦਾ ਠੀਕ ਹੈ ਕਿਉਂਕਿ ਜਦ ਤੱਕ ਉਸ ਗਿਆਨ ਦੇ ਰਸਤੇ ਉੱਤੇ ਚੜ੍ਹਿਆ ਨਹੀਂ ਜਾਂਦਾ ਅਸੀਂ ਆਪਣੀ ਹਕੀਕਤ ਨੂੰ ਨਹੀਂ ਪਾ ਸਕਦੇ ਹੈਗੇ ਕੋਈ ਸਾਡੀ ਬਾਹ ਪਕੜ ਕੇ ਪਹਿਲਾਂ ਉਸ ਉਹ 에어ਪੋਰਟ ਤੇ ਲੈ ਕੇ ਤਾਂ ਜਾਵੇ ਇਥੋਂ ਕਾਕਾ ਤੇਰੀ ਉਡਾਨ ਹੋਣੀ ਹੈ ਠੀਕ ਹੈ ਨਾ ਫਿਰ ਸਾਡੀ ਰੂਹ ਉੱਡਦੀ ਹੈ ਫਿਰ ਆਪਣੇ ਮੰਡਲਾਂ ਵੱਲ ਨੂੰ ਜਾਂਦੀ ਜਿੱਥੋਂ ਦੀ ਰਹਿਣ ਵਾਲੀ ਹੈ ਇਹ ਅੱਜ ਕੱਲ 에어ਪੋਰਟ ਤੇ ਲਿਜਾਣ ਵਾਲਾ ਕੋਈ ਸਹੀ ਬੰਦਾ ਹੈਗਾ ਕਿ ਆਪ ਹੀ ਚੱਲ ਜੀਏ ਤੁਹਾਡੇ ਅੰਦਰ ਤਮੰਨਾ ਜਾਗਣੀ ਚਾਹੀਦੀ ਹੈ ਜੀ ਤਮੰਨਾ ਜਾਗਣੀ ਚਾਹੀਦੀ ਹੈ ਜਾਂ ਤੁਹਾਡੀ ਖਵਾਹਿਸ਼ ਹੁੰਦੀ ਹੈ ਨਾ ਸੰਤ ਕ੍ਰਿਪਾਲ ਸਿੰਘ ਮਹਾਰਾਜ ਜੀ ਇਹ ਗੱਲ ਕਿਹਾ ਕਰਦੇ ਸੀ ਪ੍ਰੇਅਰ ਵਿੱਚ ਕਹਿੰਦੇ ਕਿੰਨੀ ਤਾਕਤ ਹੈ ਕਹਿੰਦੇ ਜਿਹੜੀ ਪ੍ਰੇਅਰ ਦਿਲ ਦੀਆਂ ਗਹਿਰਾਈਆਂ ਤੋਂ ਉੱਠਦੀ ਹੈ ਔਰ ਦਿਲ ਦੀ ਜ਼ੁਬਾਨ ਬੋਲਦੀ ਹੈ ਆ ਜ਼ੁਬਾਨ ਦੀ ਲੋੜ ਨਹੀਂ ਹੈ ਦਿਲ ਦੀ ਜ਼ੁਬਾਨ ਬੋਲਦੀ ਹੈ ਔਰ ਮਾਈਂਡ ਉਸ ਨੂੰ ਤਸਦੀਕ ਕਰਦਾ ਵੈਰੀਫਾਈ ਕਰਦਾ ਮਤਲਬ ਮਾਈਂਡ ਤੁਹਾਡਾ ਹੋਰ ਨਹੀਂ ਕਿਤੇ ਗਿਆ ਉਹ ਸਟਿਲ ਹੈਗਾ ਉਸ ਵਕਤ ਦੇਖ ਰਿਹਾ ਹਾਂ ਕਹਿੰਦੇ ਉਸ ਵਕਤ ਦੀ ਕੀਤੀ ਅਰਦਾਸ ਕਦੀ ਖਾਲੀ ਨਹੀਂ ਜਾਂਦੀ ਅਗਰ ਇਸ ਵਿੱਚ ਆ ਕੇ ਇੱਕ ਜੀਵ ਅਰਦਾਸ ਕਰਦਾ ਕਿ ਪ੍ਰਮਾਤਮਾ ਮੈਂ ਤੇਨੂੰ ਮਿਲਣਾ ਚਾਹੁੰਦਾ ਤਾਂ ਉਹ ਵੀ ਖਾਲੀ ਨਹੀਂ ਜਾ ਸਕਦੀ ਤਾਂ ਮਹਾਪੁਰਸ਼ਾਂ ਦੀ ਇਹੀ ਕਸੌਟੀ ਹੈ ਜਿਵੇਂ ਰਿਸ਼ੀ ਅਸ਼ਟਾਵਕਰ ਦੀ ਕਸੌਟੀ ਰਾਜਾ ਜਨਕ ਨੂੰ ਖਰੀ ਉਤਰ ਗਈ ਦੇਖ ਲਿਆ ਅੰਦਰ ਗੁਰੂਤਾਰਨ ਕਰ ਲਿਆ ਔਰ ਫਿਰ ਉਹੀ ਰਾਜਾ ਜਨਕ ਨੇ ਕਮਾਈ ਕਰਕੇ ਕੀ ਤਨ ਤਨ ਰਾਜਾ ਜਨਕ ਹੈ ਜਿਸ ਸਿਮਰਨ ਕੀ ਉਹ ਵਿਵੇਕ ਇੱਕ ਘੜੀ ਕੇ ਸਿਮਰਤੇ ਪਾਪੀ ਤਰੇ ਅਨੇਕ ਬਈ ਤੁਸੀਂ ਸਾਰੀਆਂ ਹਿਸਟਰੀ ਦੀਆਂ ਗੱਲਾਂ ਕੀਤੀਆਂ ਮੈਨੂੰ ਬੜਾ ਵਧੀਆ ਲੱਗ ਰਿਹਾ ਪਰ ਮੈਨੂੰ ਇਹ ਦੱਸੋ ਕਿ ਅੱਜ ਦੇ ਜ਼ਮਾਨੇ 'ਚ ਜਿੱਥੇ ਇੰਨੀ ਭੱਜ ਦੌੜ ਬੜੀ ਜ਼ਿੰਦਗੀ ਹੈ ਯੂਥ ਦੀ ਜੇ ਕੋਈ ਪੋਡਕਾਸਟ ਸੁਣ ਵੀ ਰਿਹਾ ਇਹਨੂੰ ਪ੍ਰਾਪਤੀ ਕਿਵੇਂ ਹੋਵੇ ਘਰ ਤੇ ਬੋਝ ਹੈ ਲੋਨ ਹੈ ਮਾਪੇ ਬਾਬੂ ਕਾਮਯਾਬ ਹੋ ਕੇ ਦਿਖਾਏ ਦੇਖੋ ਅੱਜ ਕੱਲ ਦੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਆਪਾਂ ਇੱਧਰ ਵੀ ਜ਼ਰੂਰ ਚਾਤੀ ਮਾਰਾਂਗੇ ਅੱਜ ਕੱਲ ਦੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹਨਾਂ ਜ਼ਰੂਰਤਾਂ ਦੀ ਪੂਰਤੀ ਦੇ ਖਾਤਰ ਇੱਕ ਹੰਦਾ ਦੇਖਾ ਦੇਖੀ ਵੀ ਆਪਾਂ ਲੱਗੇ ਹੋਏ ਆ ਜੇ ਪੜੋਸੀ ਦੇ ਦੋ ਮੰਜ਼ਲੇ ਬਣ ਗਏ ਅਸੀਂ ਵੀ ਦੌੜ। ਔਰ ਇਹਨੂੰ ਮਹਾਪੁਰਸ਼ਾਂ ਨੇ ਕੀ ਕਿਹਾ? ਕਹਿੰਦੇ ਇਹ ਤੇਰੀਆਂ ਇੱਛਾਵਾਂ ਦੀ ਦੌੜ ਕਦੀ ਖਤਮ ਹੋਈ ਨਹੀਂ ਸਕਦੀ ਹੈਗੀ। ਇਹ ਨਹੀਂ ਖਤਮ ਹੋਣੀ ਹੈਗੀ। ਇਹ ਤੇਰੇ ਮਰਨ ਤੱਕ ਵੀ ਨਹੀਂ ਹੋਣੀ ਹੈਗੀ। ਇਹਨਾਂ ਦੀ ਲਿਮਿਟੇਸ਼ਨ ਹੈਗੀ ਹੈ। ਜਿੱਥੇ ਤਰ੍ਹਾਂ ਨਿਰਵਾਹ ਹੁੰਦਾ ਹੁਣ ਆਪਾਂ ਇੱਕ ਅਜ ਕੋਠੀ ਤਿਆਰ ਕਰਦੇ ਆਂ। ਇੱਕ ਸਾਡੇ ਕੋਲ 550 ਗਾਇ ਦੀ ਕੋਠੀ ਬਣਾ ਲਈ ਆਪਾਂ ਨੇ। ਉਹਦੇ ਅਸੀਂ ਬੈੱਡਰੂਮ ਕਿੰਨੇ ਬਣਾਉਣੇ ਆ? ਦੋ ਜਾਂ ਤਿੰਨ ਫੈਮਿਲੀਜ਼ ਦੇ ਮੁਤਾਬਕ ਬਣਾ ਲੈਣੇ ਕਦਾ ਫालतू ਬਣਾ ਲਾਂਗੇ। ਬਾਕੀ ਡ੍ਰਾਇੰਗ ਰੂਮ ਬੜਾ ਵੱਡਾ ਬਣਾਉਣੇ ਆ। ਲਿਵਿੰਗ ਰੂਮ ਬੜਾ ਵੱਡਾ ਬਣਾਉਨੇ ਆ ਕਿਚਨ ਬੜੀ ਵੱਡੀ ਬਣਾਉਨੇ ਆ ਇੱਧਰ ਰੱਖ ਉੱਥੇ ਰੱਖ ਸਾਡੇ ਆਪਣੇ ਯੂਜ਼ ਵਾਸਤੇ ਉਹੀ ਤਿੰਨ ਕਮਰੇ ਸੀਗੇ ਬੈੱਡਰੂਮ ਲੇਕਿਨ ਬਾਕੀ ਅਸੀਂ ਕਿਨਾਂ ਵਾਸਤੇ ਬਣਾਇਆ ਸਾਡੇ ਆਇਆ ਗਿਆ ਵਾਸਤੇ ਕਰੋਕਰੀ ਵੀ ਸਾਹਮਣੇ ਉਹਨਾਂ ਹੀ ਰੱਖਦੇ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਕਿੰਨਾ ਹੋਇਆ ਉਹ ਠੀਕ ਹੈ ਨਾ ਯਾਨੀ ਇਹ ਸਤਾਮ ਝਾਮ ਨੂੰ ਪੂਰਾ ਕਰਨ ਦੀ ਖਾਤਰ ਜੀਵ ਜੀ ਤੋੜ ਕੇ ਲੱਗਿਆ ਪਿਆ ਇਸ ਕੰਮ ਦੇ ਖਾਤਰ ਇਹ ਭੁੱਲ ਗਿਆ ਬਾਦਸ਼ਾਹ ਸਿਕੰਦਰ ਵਾਂਗੂ ਕਿ ਮੈਂ ਇੱਕ ਦਿਨ ਜਾਣਾ ਤਾਂ ਮਹਾਂਪੁਰਸ਼ਾਂ ਨੇ ਸਾਨੂੰ ਇਹ ਗੱਲ ਤੇ ਕਿਹਾ ਕਹਿੰਦੇ ਜ਼ਿੰਦਗੀ ਜੀ ਕੋਈ ਗੁਨਾਹ ਨਹੀਂ ਜ਼ਿੰਦਗੀ ਜੀਣਾ ਕਾਰੋਬਾਰ ਕਰ ਜੋ ਪਹਿਲਾਂ ਵੀ ਆਪਾਂ ਗੱਲ ਇਹ ਹੀ ਕੀਤੀ ਕਾਰੋਬਾਰ ਕਰ ਆਪਣਾ ਪੂਰਾ ਕਰ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਠੀਕ ਹੈ ਪਰ ਇੰਨੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਿ ਉਹ ਤੂੰ ਵੀ ਸੱਤ ਜਨਮ ਬੈਠ ਕੇ ਖਾਣ ਹੂੰ ਜਿੰਨਾ ਜ਼ਰੂਰਤ ਹੈ ਉਹਨੀ ਕਮਾਈ ਕਰ ਪਰ ਪ੍ਰਮਾਤਮਾ ਦੇ ਸਿਮਰਨ ਦੇ ਟਾਈਮ ਤੋਂ ਅਲੱਗ ਤੂੰ ਜਿੰਨੀ ਮਿਹਨਤ ਕਰ ਸਕਦਾ ਹੈ ਕਰ ਕੋਈ ਗੁਨਾਹ ਨਹੀਂ ਹੈ ਕਰਨਾ ਦਸਵਾਂ ਦਸੌਂਦ ਕੱਢਦੇ ਸਮੇਂ ਦਾ ਬਾਕੀ ਜਿੰਨੀ ਮਰਜ਼ੀ ਮਿਹਨਤ ਕਰਕੇ ਪੈਸਾ ਕਮਾ ਕੋਈ ਮਨਾਹੀ ਨਹੀਂ ਹੈਗੀ ਲਾ ਕੁਝ ਦੀਨ ਕਮਾ ਕੁਝ ਦੁਨੀਆ ਕਮਾ ਠੀਕ ਹੈ ਬ ਤਾਂ ਉਧਰ ਨੂੰ ਚੱਲਣਾ ਸੀ ਅੱਜ ਤਾਂ ਯੂਥ ਹੈ ਜਿਹੜਾ ਆਪਾਂ ਇਹ ਵੀ ਦੇਖਦੇ ਆ ਕਿ ਬੜਾ ਕਨਫਿਊਜ਼ਡ ਹੈ ਜਦੋਂ ਕਨਫਿਊਜ਼ਡ ਹੁੰਦਾ ਤਾਂ ਆਪਾਂ ਇਹ ਵੀ ਦੇਖਦੇ ਆ ਆਪਣੇ ਆਪ ਨੂੰ ਸ਼ਾਂਤ ਕਰਨ ਵਾਸਤੇ ਹੋ ਸਕਦਾ ਕਿਤੇ ਡਰੱਗਸ ਵੀ ਲੈਂਦਾ ਫਿਰ ਬਿਲਕੁਲ ਬਿਲਕੁਲ ਉਹਨਾਂ ਨੂੰ ਉਹਦੇ ਚ سکੋਨ ਮਿਲਦਾ ਉਹਦੇ سکੋਨ ਮਿਲਦਾ ਹੈ ਲੇਕਿਨ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ ਬਾਬਰ ਨੂੰ ਜਦੋਂ ਬਾਬਰ ਨੇ ਪਿਆਲਾ ਪੇਸ਼ ਕੀਤਾ ਸੀ ਭੰਗ ਦਾ ਤੇ ਨਾਨਕ ਗੁਰਨਾਨਦ ਸਾਹਿਬ ਨੇ ਪੁੱਛਿਆ ਸੀ ਬਈ ਇਹ ਕੀ ਕਹਿੰਦੇ ਸੀ ਪੀਓ ਤੇ ਫਿਰ ਆਨੰਦ ਹੀ ਆਨੰਦ ਹੁਣ ਉਹ ਤੇ ਜਾਣਦੇ ਸੀਗੇ ਕਹਿੰਦੇ ਬਾਬਰ ਇੱਕ ਪਿਆਲਾ ਮੇਰੇ ਕੋਲ ਵੀ ਹੈਗਾ ਜੇ ਤੂੰ ਉਸ ਪਿਆਲੇ ਦੀ ਇੱਕ ਬੂੰਦ ਪੀ ਲਵੇ ਨਾ ਤਾਂ ਤਤਾ ਜ਼ਿੰਦਗੀ ਨਸ਼ਾ ਨਹੀਂ ਉਤਰੇਗਾ ਇਹ ਨਾ ਸਕੂਨ ਮਿਲ ਜਾਏਗਾ ਤੈਨੂੰ ਹੁਣ ਉਹ ਤੇ ਮਹਾਪੁਰਸ਼ਾਂ ਦੇ ਕੋਲ ਹੈ ਨਾ ਉਹ ਪਿਆਲਾ ਤਾਂ ਮਤਲਬ ਇਹ ਕਿ ਅੱਜ ਦਾ ਜਿਹੜਾ ਯੂਥ ਹੈਗਾ ਪਟਕ ਕੇ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਗਲਤ ਰਸਤੇ ਵੀ ਤੁਰਿਆ ਹੋਇਆ ਹੈ ਲੋੜਾਂ ਪੂਰੀਆਂ ਕਰਨੀਆਂ ਨੇ ਕੋਈ ਖੋ ਖਵਾਈ ਚੱਲਦੀ ਪਈ ਹੈ ਕੋਈ ਕਿਹੜੇ ਤਰੀਕੇ ਨੇ ਕਿ ਇੱਕ ਆਪਾਂ ਆਮ ਤੌਰ ਤੇ ਸਮਾਜ ਵਿੱਚ ਗੱਲਾਂ ਕਰਦੇ ਆ ਉਹ ਸੁਣਦੇ ਆ ਕਿ ਇੱਕ 5-10 ਰੁਪਏ ਦੀ ਪੂਰਤੀ ਦੀ ਖਾਤਰ ਵੀ ਬੰਦਾ ਮਾਰ ਦਿੰਦੇ ਨੇ ਹੂੰ ਹੋਰ ਹੈ ਨਾ ਬਿਲਕੁਲ ਹੋ ਰਿਹਾ ਹੈ ਨਾ ਕਿਉਂ ਰਿਹਾ ਹੈ ਕਿ ਕੋਈ ਪੂਰਤੀ ਕਰਨੀ ਚਾਹੁੰਦਾ ਕਿਨ ਕਿਸ ਤਰੀਕੇ ਨਾਲ ਆਪਣੀ ਪਹਿਲਾਂ ਭਟਕ ਗਿਆ ਪਹਿਲਾਂ ਪਤਾ ਨਹੀਂ ਕੀ ਇਕਾਂਖਸ਼ਾ ਮਾਂ ਹੋ ਗਈਆਂ ਨਹੀਂ ਪੂਰੀਆਂ ਹੋਈਆਂ ਹੋਰ ਪਾਸੇ ਲੱਗ ਗਿਆ ਫਿਰ ਛੋਟੀ ਪੂਰਤੀ ਤੇ ਆ ਗਿਆ ਫਿਰ ਨਸ਼ਿਆਂ ਤੇ ਲੱਗ ਗਿਆ ਫਿਰ ਉੱਥੇ ਤੱਕ ਹੀ ਰਹਿ ਗਿਆ 5-10 ਰੁਪਏ ਪਿੱਛੇ ਵੀ ਉਹ ਕੁਝ ਕਾਂਡ ਕਰਨ ਲੱਗ ਪਿਆ ਗਲਤ ਪਾਸੇ ਚਲੇ ਗਿਆ ਉਹ ਇਹ ਦੇਖਾ ਦੇਖੀ ਹੈ ਸੰਸਾਰ ਦੇ ਮੁਤਾਬਕ ਅਸੀਂ ਅਸੀਂ ਉਸ ਨੂੰ ਜ਼ਰੂਰ ਕਹਿੰਦੇ ਆ ਕਿ ਅਸੀਂ ਬਹੁਤ ਤਰੱਕੀ ਕਰ ਰਹੇ ਹਾਂ ਲੇਕਿਨ ਤਰੱਕੀ ਦੇ ਨਾਲ ਸਾਡੇ ਗ੍ਰਾਵਟ ਵੀ ਨਾਲ ਦੀ ਨਾਲ ਇਹ ਆ ਰਹੀ ਹੈ ਖਿਆਲਾਂ ਦੀ ਗ੍ਰਾਵਟ ਚਲੀ ਆ ਰਹੀ ਹੈਗੀ ਉਸ ਨੂੰ ਪੂਰਤੀ ਕਰਨ ਦੀ ਖਾਤਰ ਅਸੀਂ ਉਧਰ ਨੂੰ ਦੌੜ ਜਿਆਦਾ ਲੱਗੀ ਹੈ ਔਰ ਕਨਫਿਊਜ਼ਡ ਹੈਗੇ ਆ ਬੈਲੈਂਸ ਆਫ ਮਾਈਂਡ ਹੈ ਜਿਹੜਾ ਇਹ ਵੀ ਗੋਆ ਬੈਠੇ ਆ ਲੇਕਿਨ ਇੱਕ ਗੱਲ ਮੈਂ ਇੱਥੇ ਜ਼ਰੂਰ ਐਡ ਕਰੂੰਗਾ ਕਿ ਜੇ ਸਾਡਾ ਅੱਜ ਦਾ ਯੂਥ ਹੈ ਜਿਹੜਾ ਅੱਜ ਆਪਾਂ ਇਸ ਗੱਲ ਨੂੰ ਵੀ ਪਾਸੇ ਰੱਖ ਦਈਏ ਵੀ ਗੁਰੂ ਧਾਰਨ ਵਾਲੇ ਪਾਸੇ ਨੂੰ ਨਹੀਂ ਓਕੇ ਅਜੇ ਰਹਿਣ ਦੀ ਆਪਾਂ ਉਹ ਚੈਪਟਰ ਬੰਦ ਰੱਖ ਕੇ ਵੀ ਕੱਲ ਗੱਲ ਕਰੀਏ ਆਪਾਂ ਇੰਨਾ ਕੀ ਕਰ ਲਈਏ ਕਿ ਅਸੀਂ ਕਿਸੇ ਵਕਤ ਵੀ ਆਪਣਾ ਇੱਕ ਸੈਟ ਕਰਕੇ 15 ਮਿੰਟ ਵਾਸਤੇ 20 ਮਿੰਟ ਵਾਸਤੇ ਅੱਧੇ ਘੰਟੇ ਵਾਸਤੇ ਅੱਖ ਬੰਦ ਕਰਕੇ ਬਿਲਕੁਲ ਆਪਣੇ ਧਿਆਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰ ਲਈਏ ਉਹਦੇ ਨਾਲ ਇਨਸਾਨ ਨੂੰ ਬਹੁਤ ਕੁਝ ਮਿਲ ਜਾਂਦਾ ਹੈ ਹੂੰ ਕਿਉਂਕਿ ਹੁਣ ਨਸ਼ੇ ਦੀ ਗੱਲ ਦੇ ਉੱਤੇ ਆਪਾਂ ਕਰਦੇ ਆ ਜਦੋਂ ਜੀਵ ਕਨਸੈਂਟ੍ਰੇਸ਼ਨ ਦੇ ਵਿੱਚ ਜਾਂਦਾ ਹੈ ਨਾ ਉਸ ਵਕਤ ਸਾਡੇ ਜਿਹੜਾ ਹੈਗਾ ਪ੍ਰੀਫਰੰਟਲ ਕਾਰਟੈਕਸ ਜਿਹੜੀ ਆ ਚੀਜ਼ ਹੈਗੀ ਹੈ ਇੱਥੇ ਇੱਕ ਕੈਮੀਕਲ ਰਿਐਕਸ਼ਨ ਵੀ ਹੁੰਦਾ ਹੈਗਾ ਸਾਡੇ ਅੰਦਰ ਇੱਕ ਨੈਚੁਰਲ 세ਰੋਟੋਨਿਨ ਨਾਂ ਦਾ ਹਾਰਮੋਨ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਮੈਡੀਕਲ ਸਾਇੰਸ ਦੇ ਵਿੱਚ ਉਹਨੂੰ ਤਿਆਰ ਕੀਤਾ ਜਾਂਦਾ ਹੈ ਅਲੱਗ ਤੌਰ ਤੇ ਲੇਕਿਨ ਪ੍ਰਮਾਤਮਾ ਨੇ ਸਾਡੇ ਅੰਦਰ ਇੱਕ ਐਸੀ ਚੀਜ਼ ਤਿਆਰ ਕੀਤੀ ਹੋਈ ਹੈ ਕਿ ਜਦੋਂ ਅਸੀਂ ਉਹ ਕਨਸੈਂਟ੍ਰੇਸ਼ਨ ਤੇ ਬੈਠਦੇ ਹਾਂ ਜਿਹੜੀਆਂ ਸਾਡੀਆਂ ਬੋਡੀ ਵੇਵਜ਼ ਨੇ ਜਿਹੜੀਆਂ ਬੋਡੀ ਵੇਵਜ਼ ਨੇ ਡਾਊਨ ਚੱਲ ਜਾਂਦੀਆਂ ਨੇ ਬਹੁਤ ਡਾਊਨ ਚ ਆ ਜਾਂਦੀਆਂ ਨੇ ਮੈਡੀਟੇਸ਼ਨ ਦੇ ਦੌਰਾਨ ਉਸ ਵਕਤ ਉਹ 세ਰੋਟੋਨਿਨ ਹਾਰਮੋਨ ਹੈ ਜਿਹੜਾ ਉਹਨੂੰ ਫੀਲ ਗੁੱਡ ਹਾਰਮੋਨ ਵੀ ਕਹਿੰਦੇ ਆਪਾਂ ਠੀਕ ਹੈ ਉਹ ਸਾਡੇ ਅੰਦਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਉਹ 75% ਬਿਮਾਰੀਆਂ ਨੂੰ ਨੇੜੇ ਹੀ ਨਹੀਂ ਆਉਣ ਦਿੰਦਾ। ਹੂੰ। ਜੀ ਤਾਂ ਹੀ ਮਾਪੁਰਸ਼ ਨੇ ਕਿਹਾ ਨਾ ਕਿ ਇਹ ਜਿਹੜਾ ਨਾਮ ਹੈ, ਨਾਮ ਦਾ ਸਿਮਰਨ ਹੈ, ਇਹ ਤਾਂ ਤੇਰੇ ਦੁੱਖ ਹੀ ਭੰਨ ਦਿੰਦਾ। ਬਿਲਕੁਲ। ਦੁੱਖ ਭੰਜਨ ਤੇਰਾ ਨਾਮ ਜਿਉ ਉਹ ਇਸੇ ਕਰਕੇ ਹੀ ਹੈ ਕਿ ਸਾਡੇ ਅੰਦਰ ਹੀ ਉਹ ਚੀਜ਼ਾਂ ਦੀ ਮੈਂ ਜਦ ਇੱਕ ਬਾਹਰੋਂ ਮੈਡੀਕਲ ਸਾਇੰਸ ਤੋਂ ਆਪਾਂ ਹੈਲਪ ਲੈਂਦੇ ਆ ਕਦੇ ਤੇਰੇ ਅੰਦਰ ਵੀ ਸਭ ਕੁਝ ਹੈਗਾ। ਤੂੰ ਉਹ ਕਿਉਂ ਨਹੀਂ ਵਰਤਦਾ ਭਈ? ਤਾਂ ਇਹ ਜਾਣਕਾਰੀ ਨਾ ਹੋਣ ਕਰਕੇ ਅੱਜ ਅਸੀਂ ਡਾਕਟਰਾਂ ਦੇ ਜਾ ਕੇ ਵੀ ਲਾਈਨਾਂ ਲਾ ਕੇ ਬੈਠਦੇ ਆ ਪਰ ਜੇ ਅਸੀਂ ਇੱਕ ਸਲੀਕੇ ਨਾਲ ਆਪਣੀ ਜ਼ਿੰਦਗੀ ਨੂੰ ਬਣਾ ਲਈਏ ਧਾਰਨ ਕਰ ਲਈਏ ਉਹਦੇ ਮੁਤਾਬਕ ਆਪਾਂ ਚੱਲੀਏ ਤਾਂ ਅਸੀਂ ਸਾਰਾ ਕੁਝ ਹੀ ਲੈ ਸਕਦੇ ਆ ਸਰੀਰ ਦੇ ਅੰਦਰ ਬਹੁਤ ਕੁਝ ਹੈ ਬਹੁਤ ਕੁਝ ਹੈ ਸਾਡੇ ਅੰਦਰ ਸਾਨੂੰ ਆਪ ਨੂੰ ਨਹੀਂ ਪਤਾ ਅਸੀਂ ਸਰੀਰ ਦੇ ਮਾਲਕ ਤਾਂ ਬਣੇ ਬੈਠੇ ਆ ਪਰ ਮਾਲਕ ਹੋਣ ਦੇ ਨਾਤੇ ਸਰੀਰ ਦੇ ਅੰਦਰ ਕੀ ਹੈ ਕੀ ਕੁਝ ਪਿਆ ਉਹਦੇ ਬਾਰੇ ਅਨਅਵੇਅਰ ਬੈਠੇ ਆ ਜਾਣਕਾਰੀ ਨਹੀਂ ਸਾਨੂੰ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਭਾਜੀ ਕਿ ਜਿਵੇਂ ਅਸੀਂ ਅੱਜ ਦਾ ਯੁੱਗ ਆ ਅਸੀਂ ਅੱਜ ਦੀ ਯੂਥ ਆ ਹੋ ਸਕਦਾ ਹੈ ਕਿਈ ਜਗ੍ਹਾ ਤੇ ਅਸੀਂ ਗਲਤ ਵੀ ਹੋਈਏ ਪਰ ਮੰਨਨ ਕਰਦਾ ਸਵਾਲ ਰੱਖਣਾ ਦਾ ਪਤਾ ਨਹੀਂ ਮੈਨੂੰ ਇਹ ਸਵਾਲ ਮੈਂ ਕਿਵੇਂ ਪੁੱਛਾਂ ਤੁਹਾਨੂੰ ਪਰ ਮੈਂ ਫਿਰ ਵੀ ਪੁੱਛਣਾ ਚਾਹੁੰਦਾ ਕਿ ਉਤਾਰ ਚੜਾਵ ਉਹ ਮਹਾਪੁਰਖਾਂ ਦੀ ਜ਼ਿੰਦਗੀ ਚ ਵੀ ਆਇਆ ਜਿਵੇਂ ਅਸੀਂ ਸੁਣਦੇ ਆ ਇਤਿਹਾਸ ਸੁਣਦੇ ਆ ਹਿਸਟਰੀ ਸੁਣਦੇ ਆ ਕਿ ਜਿਹੜਾ ਉਤਾਰ ਚੜਾਵ ਉਹ ਹਰ ਇਨਸਾਨ ਦੀ ਜ਼ਿੰਦਗੀ ਚ ਆਣਾ ਹੀ ਆਣਾ ਕੋਈ ਇਸ ਤੋਂ ਵਾਂਝਾ ਨਹੀਂ ਰਿਹਾ ਹੋਇਆ ਪਰ ਅੱਜ ਦੇ ਸਮਾਜ ਚ ਕਿਸੇ ਤੇ ਵੀ ਮਾੜੀ ਜਿਹੀ ਦੁੱਖ ਤਕਲੀਫ ਆਂਦੀ ਹੈ ਉਹ ਕਿਸੇ ਨਾ ਕਿਸੇ ਡੇਰੇ ਤੇ ਕਿਸੇ ਨਾ ਕਿਸੇ ਬੰਦੇ ਕੋਲ ਮੱਥਾ ਟੇਕਣ ਚਲ ਜਾਂਦਾ ਹੈ ਹਾਂਜੀ ਔਰ ਉੱਥੇ ਉਸ ਉਹਦੇ ਡਰ ਨੂੰ ਕੈਸ ਕੀਤਾ ਜਾਂਦਾ ਹੈ ਹਾਂਜੀ ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਤੋਂ ਕਿਵੇਂ ਬਚਿਆ ਜਾਵੇ ਕਿਉਂਕਿ ਜੇ ਅੱਜ ਮੈਂ ਕੋਈ ਮਾੜਾ ਕਰਮ ਕੀਤਾ ਸੋਬੋ ਅੱਜ ਮੇਰੇ ਘਰੇ ਕੋਈ ਬਿਮਾਰੀ ਆ ਗਈ ਮੈਂ ਉਹਦਾ ਟ੍ਰੀਟਮੈਂਟ ਕਰਾਉਣ ਦੀ ਬਜਾਏ ਮੱਥੇ ਟਿਕਾਣਾ ਫਿਰਦਾ ਕਿਸੇ ਬੰਦੇ ਕੋਲ ਚੱਲਾ ਗਿਆ ਉਹਨੇ ਕਹਦਾ ਤੂੰ ਆ ਟੋਟਕਾ ਕਰ ਲੈ ਤੂੰ ਆ ਟੋਟਕਾ ਕਰ ਲੈ ਔਰ ਕਈਆਂ ਦੇ ਤੁਕੇ ਲੱਗੀ ਵੀ ਜਾਂਦੇ ਨੇ ਬਹੁਤੀ ਜਗ੍ਹਾ ਪੰਜਾਬ 'ਚ ਇਹ ਜੀ ਚੱਲ ਪਈ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਹਮ ਅ ਮੇਰੇ ਕੋਲੇ ਮੰਨ ਲਓ ਤੁਸੀਂ 50 ਕ ਪੱਥਰ ਪਕੜਾ ਦਿੱਤੇ ਛੋਟੇ ਛੋਟੇ ਠੀਕ ਹੈ ਤੇ ਸਾਹਮਣੇ ਮੈਨੂੰ ਇੱਕ ਟਾਰਗੇਟ ਦੇ ਦਿੱਤਾ ਵੀ ਅੱਖਾਂ ਬੰਦ ਕਰਕੇ ਨਾ ਆ ਟਾਰਗੇਟ ਹਿੱਟ ਕਰਨਾ ਮੈਂ ਮੈਂ 50 ਦੇ 50 ਮਾਰਦਾ ਉਹ ਚੱਖਾਂ ਬੰਦ ਕਰਕੇ ਹੋ ਸਕਦਾ ਹੈ ਵੀ ਉਹ 50 ਵਿੱਚੋਂ 2-4 ਵੱਜ ਵੀ ਜਾਣ ਕਿਉਂਕਿ ਅੰਦਾਜ਼ਾ ਤਾਂ ਹੈ ਹੀ ਹੈ ਨਾ ਪਰੋਬੈਬਿਲਿਟੀ ਜ਼ਿਆਦਾ ਵੱਜਣਗੇ ਵੱਜਣਗੇ ਨਾ ਇਹੀ ਕੁਸ਼ ਹੈ ਬਾਹਰ ਜਿਹੜਾ ਤੁਸੀਂ ਬਾਹਰਲੇ ਟੋਟਕੇ ਕਹਿ ਰਹੇ ਹੋ ਨਾ ਵੈਸੇ ਹੀ ਬੰਦੇ ਦਾ ਕਰਮ ਖਤਮ ਹੋ ਗਿਆ ਹੁੰਦਾ ਉਹ ਬਿਮਾਰੀ ਦਾ ਟਾਈਮ ਆ ਚੁੱਕਾ ਹੁੰਦਾ ਉਹਨੇ ਹੀਲ ਹੋ ਹੀ ਜਾਣਾ ਸੀਗਾ ਲੇਕਿਨ ਕਿਉਂਕਿ ਉਹ ਟੋਟਕੇ ਨਾਲ ਜੁੜ ਗਿਆ ਤਸਾੜੀ ਆਸਥਾ ਬਣ ਗਈ ਜੀ ਮੈਂ ਫਲਾਣੇ ਕੋਲ ਗਿਆ ਸੀਗਾ ਜੀ ਬਾਜੀ ਮੇਰਾ ਤਾਂ ਕੰਮ ਬਣ ਗਿਆ ਤੇ ਜਿਹੜਾ ਬੰਦਾ ਭਾਜੀ ਇਹ ਟੋਟ ਕੇ ਰੱਖ ਰਿਹਾ ਹਾਂਜੀ ਕਈ ਵਾਰ ਅਸੀਂ ਵੀ ਇੱਕ ਸੰਸਥਾ ਚਲਾਉਂਦੇ ਹਾਂ ਨਾ ਤਾਂ ਉੱਥੇ ਵੀ ਕਈ ਵਾਰ ਲੋਕ ਆਂਦੇ ਨੇ ਤਾਂ ਮੈਨੂੰ ਕਹਿ ਦਿੰਦੇ ਨੇ ਕਿ ਜੀ ਅਸੀਂ 6 ਮਹੀਨਿਆਂ ਤੋਂ ਇਲਾਜ ਕਰਾ ਰਹੇ ਸੀਗੇ ਤੇ ਉਹੀ ਦਵਾਈ ਅਸੀਂ ਖਾ ਰਹੇ ਹਾਂ ਸਾਨੂੰ ਫਰਕ ਨਹੀਂ ਪਿਆ ਇੱਕ ਮਹੀਨਾ ਤੁਸੀਂ ਦਵਾਈ ਲੈ ਕੇ ਦੇਤੀ ਉਹੀ ਦਵਾਈ ਤੇ ਸਾਨੂੰ ਫਰਕ ਪੈ ਗਿਆ ਹੂੰ ਤੇ ਇਸ ਚੀਜ਼ ਨੂੰ ਕੁਝ ਲੋਕ ਜਿਹੜੇ ਕੈਸ਼ ਕਰਦੇ ਨੇ ਜਿਵੇਂ ਤੁਸੀਂ ਬੱਟੇ ਵਾਲੀ ਗੱਲ ਕੀਤੀ ਮੈਨੂੰ ਤਾਂ ਅੰਦਰੋਂ ਪਤਾ ਹੈ ਨਾ ਕਿ ਮੈਂ ਕੁਝ ਨਹੀਂ ਕੀਤਾ ਇਹ ਤਾਂ ਰੱਬ ਵੱਲੋਂ ਹੋਇਆ ਜਾਂ ਉਹਨੂੰ ਮੈਂ ਦੋ ਗੱਲਾਂ ਕਹਿ ਸਕਦਾ ਜਾਂ ਉਹਨੂੰ ਮੇਰਾ ਟੀਮ ਮੈਂਬਰ ਕਹੇਗਾ ਕਿ ਇਹ ਅਨਮੋਲ ਦੀਦੀ ਕਿਰਪਾ ਹੋ ਗਈ ਇਹਨ ਦੀ ਸਿੱਧੀ ਜੁੜੀ ਹੋਈ ਜਾਂ ਮੈਂ ਸੱਚ ਕਹਦਾਂਗਾ ਕਿ ਵਾਹਿਗੁਰੂ ਪ੍ਰਭੂ ਰਾਮ ਪਰਮਾਤਮਾ ਦੀ ਕਿਰਪਾ ਹੋਈ ਹੈ ਜਿਹੜਾ ਇਹ ਕਰਮ ਬੀਜ ਰਿਹਾ ਜੋ ਸਮਾਜ ਵਿੱਚ ਜਿਹਨੂੰ ਸੱਚ ਪਤਾ ਹੈ ਕਿ ਰੱਬ ਕੀ ਹੈ ਉਹ ਉਹ ਵੀ ਕਿਤੇ ਨਾ ਕਿਤੇ ਮਾੜੇ ਕਰਮ ਬੀਜ ਰਾਂ ਨੂੰ ਡਰ ਨਹੀਂ ਲੱਗ ਰਿਹਾ ਰੱਬ ਤੋਂ ਕਿ ਮੈਂ ਲੋਕਾਂ ਦਾ ਮੂਰਖ ਬਣਾ ਰਿਹਾ ਐ ਇਦਾਂ ਹੈ ਜੀ ਉਹਦੇ ਵਾਸਤੇ ਉਹ ਦੇ ਜਦਾਂ ਵੀ ਮੰਨ ਲਓ ਮੈਂ ਤੁਹਾਡੇ ਸਾਹਮਣੇ 10 ਮਿਰਚਾਂ ਰੱਖ ਦਿੰਨਾ 10 ਮੈਂ ਮਿਸ਼ਰੀਆਂ ਰੱਖ ਦਿੰਨਾ ਛੋਟੀਆਂ ਛੋਟੀਆਂ ਜਿਵੇਂ ਸਵੀਟਸ ਰੱਖ ਦਿੰਨਾ ਮੈਂ ਉਹਨਾਂ ਨੂੰ ਇੱਕ ਸੀਕੁਐਂਸ ਬਣਾ ਦਿੰਨਾ ਇੱਕ ਮਿਰਚ ਇੱਕ ਉਹ ਇੱਕ ਮਿਰਚ ਇੱਕ ਉਹ ਇੱਕ ਮਿਰਚ ਇੱਕ ਉਹ ਸੀਕੁਐਂਸ ਬਣਾਤਾ ਬਈ ਅਨਮੋਲ ਜੀ ਤੁਸੀਂ ਆ ਇੱਕ ਮਿਰਚ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਆ ਖਾ ਲੈਣੀ ਹੈਗੀ ਹੈ ਠੀਕ ਹੈ ਮੰਨ ਲਓ ਤੁਸੀਂ ਮੇਰੇ ਕੋਲੇ ਆਉਨੇ ਹੋ ਯਾਰ ਮੇਰਾ ਮੁੱਦਾ ਹੱਲ ਕਰ ਬਈ ਆ ਨਾ ਮੈਨੂੰ ਮਿਰਚਾਂ ਜੜੀਆਂ ਨੇ ਮੈਨੂੰ ਬੜੀਆਂ ਕੌੜੀਆਂ ਲੱਗਦੀਆਂ ਨੇ ਪਰ ਮੈਨੂੰ ਖಾಣੀਆਂ ਪੈਂਦੀਆਂ ਨੇ ਇਹਦਾ ਕੋਈ ਹੱਲ ਹੀ ਕਰ ਦਿਓ ਮੈਂ ਕੀ ਕਰੂੰਗਾ ਅ ਮਿਸ਼ਰੀ ਦੀਆਂ ਡਲੀਆਂ ਅੱਗੇ ਕਰ ਦਿੱਤੀਆਂ ਮਿਰਚਾਂ ਪਿੱਛੇ ਕਰ ਦਿੱਤੀਆਂ ਖಾಣੀਆਂ ਪਹਿਣੀਆਂ ਨੇ ਕਿਉਂਕਿ ਕਰਮ ਦਾ ਵਿਧਾਨ ਖਤਮ ਨਹੀਂ ਹੋਣਾ ਭੁਗਤਣਾ ਹੀ ਪੈਣਾ ਉਸ ਨੂੰ ਅੱਗੇ ਪਿੱਛੇ ਤਾੰਤ੍ਰਿਕ ਵਿਧਿਆ ਦੇ ਨਾਲ ਕਈ ਕਰਨ ਦੀ ਕੋਸ਼ਿਸ਼ ਕਰਦੇ ਐ ਇਹ ਕੁਦਰਤ ਦੇ ਨਾਲ ਛੇੜਛਾੜ ਹੈ ਇਹ ਵੈਸੇ ਹੁੰਦੀ ਹੈ ਇਹ ਕੁਦਰਤ ਦੇ ਨਾਲ ਛੇੜਛਾੜ ਹੈ ਠੀਕ ਹੈ ਕਰਮ ਦਾ ਵਿਧਾਨ ਟਾਲਿਆ ਕਰਮ ਟਾਲਿਆ ਨਹੀਂ ਜਾਂਦਾ ਹੁਣ ਜੇ ਤੁਸੀਂ ਪਹਿਲਾਂ 10 ਉਹ ਮਿਸ਼ਰੀਆਂ ਜੜੀਆਂ ਨੇ ਖਾ ਲੀਆਂ ਬਾਕੀ ਕੀ ਬਚ ਗਿਆ ਮਿਰਚਾ ਫਿਰ ਮਿਰਚਾ ਹੀ ਮਿਲਣੀ ਹੈ ਖਾਣੀਆਂ ਪੈਣੀਆਂ ਕਰਮ ਗਿਆ ਨਹੀਂ ਹੈ ਕਰਮ ਅੱਗੇ ਪਿੱਛੇ ਹੋ ਗਿਆ ਤੁਹਾਡਾ ਪਰ ਜਿਹੜਾ ਇਹ ਖਿਲਵਾੜ ਕਰ ਰਿਹਾ ਉਹ ਵੀ ਕਿਤੇ ਨਾ ਕਿਤੇ ਮਾੜੇ ਕਰਮ ਦੀ ਹਾਂ ਬਿਲਕੁਲ ਉਹ ਤਾਂ ਉਹ ਤਾਂ ਉਲਝਦਾ ਹੀ ਉਲਝਦਾ ਇਸ ਕੰਮ ਦੇ ਪਰ ਉਹਨਾਂ ਦੀ ਚੜ੍ਹਾਈ ਬਹੁਤ ਹੈ ਸਮਾਜ 'ਚ ਨਹੀਂ ਉਸ ਮੈਂ ਇੱਕ ਯੂਥ ਹੋਣ ਦੇ ਨਾਤੇ ਜਦੋਂ ਐਦਾਂ ਦਾ ਮੇਰਾ ਐਕਸਪੀਰੀਅੰਸ ਹੁੰਦਾ ਨਾ ਮੈਨੂੰ ਬਹੁਤ ਦੁੱਖ ਲੱਗਦਾ ਹੈ ਮੇਰਾ ਤਜਰਬਾ ਇਸ ਚੀਜ਼ ਨੂੰ ਲੈ ਕੇ ਬਹੁਤ ਮਾੜਾ ਰਿਹਾ ਮੈਂ ਹੁਣ ਐਗਜ਼ਾਮਪਲ ਲੈ ਕੇ ਜੇ ਸ਼ੇਅਰ ਕਰੂੰਗਾ ਨਾ ਤਾਂ ਲੋਕਾਂ ਨੂੰ ਪਤਾ ਲੱਗੇਗਾ ਨਾ ਇੱਕ ਬੜੀ ਵੱਡੀ ਜਗ੍ਹਾ ਤੇ ਮੈਂ ਬੈਠਾ ਸੀਗਾ ਔਰ ਕੁਝ ਹੋ ਰਿਹਾ ਸੀ ਉੱਥੇ ਤੇ ਉਹਨਾਂ ਕੋਲੋਂ ਅਲੱਗ-ਅਲੱਗ ਸੰਗਤ ਆ ਕੇ ਮਹਾਰਾਜ ਜੀ ਕੋਲ ਪੈ ਰਹੀ ਸੀ ਪੈਰਾਂ 'ਚ ਤੇ ਉਹਨਾਂ ਨੂੰ ਦੱਸ ਰਹੀ ਸੀ ਕੋਈ ਕਹਿੰਦਾ ਸੀ ਮੈਨੂੰ ਆ ਬਿਮਾਰੀ ਹੈ ਉਹ ਪੇਟ ਤੇ ਹੱਥ ਲਾਂਦੇ ਸੀ ਜਾਓ ਕਿਰਪਾ ਹੋਗੀ ਕੋਈ ਕਹਿੰਦੇ ਮੇਰੇ ਘਰੇ ਆ ਦਿੱਕਤ ਹੈ ਲੋਕ ਲਿਟਰਲੀ ਆ ਕੇ ਉਸ ਸ਼ਖਸ ਦੇ ਪੈਰਾਂ ਨੂੰ ਚੱਟ ਰਹੇ ਸੀਗੇ ਲਿਟਰਲੀ ਜਿਨੂੰ ਆਪਾਂ ਚੱਟਣਾ ਕਹਿੰਦੇ ਨੇ ਜੀਵ ਨਾਲ ਹਾਂ ਹਾਂ ਤੇ ਮੈਨੂੰ ਦੁੱਖ ਲੱਗਿਆ ਉਹਨਾਂ ਲੋਕਾਂ ਦੇ ਜਿਹੜੇ ਮਾਨਸਿਕ ਰੋਗੇ ਤੇ ਜਿਵੇਂ ਆਪਾਂ ਹੁੰਦੇ ਨੇ ਕਿ ਹਾਥੀ ਨੂੰ ਰੋਜ਼ ਪੇੜਨਾ ਬੰਦੇ ਸੀ ਤੇ ਉਹਨੇ 10 ਵਾਰੀ ਖਿੱਚਣ ਦੀ ਟਰਾਈ ਕੀਤੀ ਉਹ ਖਿੱਚਿਆ ਨਹੀਂ ਇੱਕ ਵਾਰੀ ਉਹਨੂੰ ਕੁਰਸੀ ਨਾਲ ਬੰਨ੍ਹ ਤੱਕ ਲਈ ਉਹਨੇ ਟਰਾਈ ਹੀ ਨਹੀਂ ਕੀਤੀ ਉਹ ਕਹਿੰਦਾ ਨਹੀਂ ਮੈਨੂੰ ਪੇੜਨ ਵਾਲੇ ਬੰਨਿਆ ਹੋਇਆ ਤਾਂ ਮਾਨਸਿਕ ਰੋਗ ਕੀ ਉਹ ਮਾੜਾ ਜੇ ਅੱਜ ਮੇਰੇ ਨਾਲ ਕੁਝ ਬੁਰਾ ਵੀ ਹੋ ਰਿਹਾ ਫੋਰ ਐਗਜ਼ਾਮਪਲ ਅੱਜ ਮੇਰੇ ਨਾਲ ਕੁਝ ਮਾੜਾ ਹੋ ਜਵੇ ਮੈਂ ਭੱਜਿਆ ਫਿਰੂੰਗਾ ਕਿ ਮੈਂ ਕਿੱਥੇ ਜਾਵਾਂ ਮੇਰੇ ਕੋਲ ਕੀ ਹੋ ਗਿਆ ਬੱਬਾ ਜੀ ਇਨਐਕਚੁਲੀ ਕੋਈ ਤਕਲੀਫ ਵਿੱਚ ਹੈ ਹਲਤ ਲੱਭਣ ਦੀ ਕੋਸ਼ਿਸ਼ ਕਰਦਾ ਹੈ ਦੌੜ ਭੱਜਿਆ ਇਹ ਦੌੜ ਭੱਜ ਹੈਗੀ ਹੈ ਨੋ ਡਾਊਟ ਹਰ ਇੱਕ ਬੰਦਾ ਸੁਖੀ ਹੋਣਾ ਚਾਹੁੰਦਾ ਹੈ ਹਮ ਔਰ ਆਪਣੇ ਸੁਖ ਦੀ ਖਾਤਰ ਜਿੱਥੇ ਵੀ ਉਹ ਹੱਥ ਮੈਂ ਹੱਥ ਪੈਰ ਮਾਰਦਾ ਮਾਰਦਾ ਅਸਲ ਵਿੱਚ ਕੀ ਹੈ ਸਾਡਾ ਜਿਹੜਾ ਆਪਣਾ ਹੀ ਅੰਦਰਲਾ ਵਿਸ਼ਵਾਸ ਬਣ ਜਾਂਦਾ ਹੈ ਨਾ ਕਿ ਮੇਰਾ ਇੱਥੇ ਕੰਮ ਬਣ ਜਾਣਾ ਹੈਗਾ ਅਸਲ ਵਿੱਚ ਤੁਹਾਡੀ ਆਪਣੀ ਆਤਮਾ ਹੀ ਉਸ ਵੇਲੇ ਸਟਰੋਂਗ ਸਟਰੈਂਥ ਲੈ ਜਾਂਦੀ ਹੈ ਤੁਸੀਂ ਆਪਣੇ ਆਪ ਅੰਦਰੋਂ ਹੀਲ ਹੋਣਾ ਸ਼ੁਰੂ ਹੋ ਚੁੱਕੇ ਹੁੰਦੇ ਹੋ ਪਰ ਕ੍ਰੈਡਿਟ ਉਹ ਜਗ੍ਹਾ ਨੂੰ ਚਲ ਜਾਂਦਾ ਕ੍ਰੈਡਿਟ ਉਸ ਜਗ੍ਹਾ ਨੂੰ ਚਲ ਜਾਂਦਾ ਹੈ ਇਹ ਸਹੀ ਤੁਹਾਡੇ ਸਾਬ ਨਾਲ ਕਿ ਗਲਤ ਬਿਲਕੁਲ ਸਹੀ ਹੈ ਜਦੋਂ ਤੁਹਾਡਾ ਇੱਕ ਵਿਸ਼ਵਾਸ ਬਣ ਗਿਆ ਨਾ ਹੁਣ ਪ੍ਰਮਾਤਮਾ ਨੂੰ ਪਾਉਣਾ ਕੀ ਹੈ ਵਿਸ਼ਵਾਸ ਹੈ ਮਹਾਂਪੁਰਸ਼ ਕੀ ਕਹਿੰਦੇ ਨੇ ਸਭ ਤੋਂ ਪਹਿਲਾਂ ਕੰਮ ਤੇਰੇ ਵਿਸ਼ਵਾਸ ਨੇ ਕਰਨਾ ਹੈਗਾ ਕਿ ਤੈਨੂੰ ਵਿਸ਼ਵਾਸ ਵੀ ਹੈ ਠੀਕ ਹੈ ਨਾ ਵਿਸ਼ਵਾਸ ਪ੍ਰੇਮ ਇਹ ਚੀਜ਼ਾਂ ਜਿਹੜੀਆਂ ਕਹਿੰਦੇ ਪ੍ਰਮਾਤਮਾ ਦੀ ਪ੍ਰਾਪਤੀ ਦੇ ਰਾਹ ਤੇ ਨੇ ਜਦੋਂ ਇੱਕ ਜੀਵ ਨੂੰ ਅੰਦਰੋਂ ਇੱਕ ਚੀਜ਼ ਦੀ ਪੂਰੀ ਤਸਲੀ ਹੋ ਜਾਂਦੀ ਆ ਆਪਾਂ ਚਾਰ ਬੰਦਿਆਂ ਕੋਲ ਸੁਣ ਲੈਨੇ ਬਿਨਾਂ ਵੀ ਆ ਬੰਦਾ ਠੀਕ ਆ ਪਰ ਡਾਕਟਰ ਦੇ ਬਾਰੇ ਸੁਣ ਲੈਨੇ ਆ ਅਗਰ ਇੱਕ ਡਾਕਟਰ ਤੁਹਾਡੇ ਕੋਲੋਂ ਚਾਰ ਗੱਲਾਂ ਬਹੁਤ ਵਧੀਆ ਸੁਣ ਲੈਂਦਾ ਨਾ ਤੇ ਮੇਰਾ ਖਿਆਲ ਹੈ ਕਿ ਉਹ ਘਾਰਾ ਕੇ ਬੰਦੇ ਨੂੰ ਦਵਾਈ ਖਾਣ ਦੀ ਘੱਟ ਲੋੜ ਪੈਂਦੀ ਆ ਉਹਦੀਆਂ ਗੱਲਾਂ ਨਾਲ ਹੀ ਅੱਧਾ ਹੀਲ ਹੋ ਕੇ ਆ ਜਾਂਦਾ ਜੇ ਡਾਕਟਰ ਉਹਨੂੰ ਪ੍ਰੋਪਰਲੀ ਐਂਟਰਟੇਨ ਕਰ ਲੈਂਦਾ ਉਹਦੀ ਸੁਣ ਲੈਂਦਾ ਪੂਰੀ ਔਰ ਜੇ ਉਹਦੀਆਂ ਦੋ ਗੱਲਾਂ ਸੁਣੀਆਂ ਦਵਾਈ ਲਿਖਤੀ ਉਹ ਕਹਿੰਦਾ ਯਾਰ ਮੇਰੇ ਤਾਂ ਕੀਤਾ ਹੀ ਕੱਖ ਨਹੀਂ ਹੈਗਾ ਇਹ ਤਾਂ ਸਾਇੰਸ ਵੀ ਕਹਿੰਦੀ ਹੈ ਜੀ ਕਿ ਲੋਕ ਮਾਨਸਿਕ ਰੋਗੀ ਪਹਿਲਾਂ ਹੁੰਦੇ ਨੇ ਸਰੀਰਕ ਰੋਗ ਸਾਡੀ ਮਾਨਸਿਕਤਾ ਨਾਲ ਹੀ ਸਭ ਕੁਝ ਜੁੜਿਆ ਹੈ ਸਾਡੀਆਂ ਬਿਮਾਰੀਆਂ ਵੀ ਸਾਡੀ ਮਾਨਸਿਕਤਾ ਨਾਲ ਹੀ ਜੁੜੀਆਂ ਹੋਈਆਂ ਨੇ ਸਾਡੀ ਮਾਨਸਿਕਤਾ ਉੱਭਰ ਗਈ ਅਸੀਂ ਉਹਨਾਂ ਨੂੰ ਹੁਣ ਲੋਕੀ ਕਈ ਕੈਂਸਰ ਦੇ ਮਰੀਜ਼ ਨੇ ਉਹ ਵਿਲ ਪਾਵਰ ਇੰਨੀ ਸਟਰੋਂਗ ਕਰ ਲੈਂਦੇ ਨੇ ਆਪਣੀ ਕਿ ਉਹਨਾਂ ਨੇ ਕੈਂਸਰ ਨੂੰ ਹਰਾਤਾ ਸੱਚ ਬੜੀਆਂ ਐਗਜ਼ਾਮਪਲਸ ਨੇ ਕਿਉਂ ਹੈ ਇਹ ਤਾਂ ਹੀ ਹੈ ਕਿਉਂਕਿ ਵਿਲ ਪਾਵਰ ਸਟਰੋਂਗ ਕੀਤੀ ਗਈ ਹੈ ਠੀਕ ਹੈ ਕਰਮਾਂ ਦਾ ਵਿਧਾਨ ਵੀ ਚੱਲ ਰਿਹਾ ਹੈ ਵਿਲ ਪਾਵਰ ਆਪਣੀ ਜਗ੍ਹਾ ਤੇ ਹੈ ਪਰਮਾਤਮਾ ਆਪਣੀ ਜਗ੍ਹਾ ਤੇ ਉਹਦਾ ਯੂਨੀਵਰਸ ਦਾ ਸਿਧਾਂਤ ਹੈ ਜਿਹੜਾ ਉਹ ਆਪਣਾ ਚੱਲ ਰਿਹਾ ਹੈ ਇਹ ਦੁਨੀਆ ਵੀ ਇਵੇਂ ਹੀ ਚੱਲਦੀ ਰਹਿਣੀ ਹੈ ਠੀਕ ਹੈ ਕਿਉਂਕਿ ਜਿੰਨਾ ਜਿੰਨਾ ਅੱਗੇ-ਅੱਗੇ ਕਿਸੇ ਕੋਈ ਕਰਮ ਲੈ ਕੇ ਆਇਆ ਉਹਨੇ ਆਪਣਾ ਭੁਗਤਾਨ ਵੀ ਕਰਨਾ ਹੈ ਲੈਣਾ ਦੇਣਾ ਵੀ ਕਰਨਾ ਹੈ ਜਿਸ ਦਿਨ ਜੀਵ ਦਾ ਲੈਣਾ ਦੇਣਾ ਖਤਮ ਹੋ ਜਾਂਦਾ ਚੱਲਦਾ ਬਣਦਾ ਉਹ ਭਾਈ ਕਿਸੇ ਕਿਸੇ ਬੰਦੇ ਨਾਲ ਬਿਨਾਂ ਜੁੜੇ ਕਿਸੇ ਡੇਰੇ ਨਾਲ ਬਿਨਾਂ ਜੁੜੇ ਇਸ ਮਨੁੱਖੀ ਜੀਵਨ ਦਾ ਪਰਮਾਤਮਾ ਨਾਲ ਮੇਲ ਹੋ ਸਕਦਾ ਇੱਕ ਉਦੇ ਵਾਸਤੇ ਵੀ ਇੱਕ ਉਦਾਹਰਨ ਆ ਗਈ ਇੱਕ ਮਿਸ਼ਨ ਤੋਂ ਕੁਝ ਬੰਦੇ ਉਹਨਾਂ ਚ ਇੱਕ ਟੀਚਰ ਸੀ ਉਹ ਇੱਕ ਸਕੂਲ ਦੇ ਵਿੱਚ ਉਹ ਜਾਂਦੇ ਜਾਂਦੇ ਨੇ ਰਸਤੇ ਸਕੂਲ ਆ ਗਿਆ ਤੇ ਉਹ ਟੀਚਰ ਕਹਿੰਦਾ ਵੀ ਉਹ ਬਾਕੀ ਸਾਥੀਆਂ ਨੂੰ ਕਹਿੰਦੇ ਆਓ ਯਾਰ ਮੈਂ ਆਪਣੇ ਹੈਡਮਾਸਟਰ ਨਾਲ ਹੀ ਮਲਾਦਮਾ ਤੁਹਾਨੂੰ ਉਹ ਤਾਂ ਬੜਾ ਖੁਸ਼ੀ ਖੁਸ਼ੀ ਲੈ ਕੇ ਚਲਾ ਗਿਆ ਜਦੋਂ ਗਏ ਤਾਂ ਮਿਲਾਇਆ ਇੰਟਰੋਡਿਊਸ ਕਰਾਇਆ ਉਹ ਪ੍ਰਿੰਸੀਪਲ ਸਾਹਿਬ ਨੇ ਹੈਡਮਾਸਟਰ ਨੇ ਇੱਕ ਗੱਲ ਕਹਿਤੀ ਉਹਨਾਂ ਸਾਰੇ ਸਾਥੀਆਂ ਨੂੰ ਹੀ ਕਹਿੰਦੇ ਯਾਰ ਇਹਨਾਂ ਕੁਝ ਕਿਤਾਬਾਂ ਚ ਲਿਖਿਆ ਪਿਆ ਗ੍ਰੰਥ ਭਰੇ ਪਏ ਨੇ ਹੈ ਤੇ ਤੁਸੀਂ ਕੀ ਐਵੇਂ ਗਲੀ ਗਲੀ ਤੁਰੇ ਫਿਰਦੇ ਹੋ ਉਹ ਪ੍ਰਿੰਸੀਪਲ ਸਾਹਿਬ ਦੀ ਵਰਡਿੰਗ ਸੀ ਚਲੋ ਠੀਕ ਉਹਨਾਂ ਦਾ ਆਪਣਾ ਖਿਆਲ ਹੈ ਨਾ ਬੁਰਾ ਨਹੀਂ ਖਿਆਲ ਪੇਸ਼ ਕਰਤਾ ਉਹਨਾਂ ਨੇ ਆਪਣੇ ਨੋ ਡਾਊਟ ਓਕੇ ਹੈ ਹੁਣ ਜਿਹੜੇ ਉਹ ਸਾਥੀ ਸੀਗੇ ਬਾਕੀ ਦੇ ਉਹਨਾਂ ਵਿੱਚੋਂ ਫਿਰ ਇੱਕ ਸੱਜਣ ਨੇ ਉਹਨਾਂ ਨੂੰ ਕੁਐਸਚਨ ਕੀਤਾ ਐਕਸਕਿਊਜ਼ ਮੀ ਵੀ ਆ ਦੋ ਚਾਰ ਸਵਾਲ ਨੇ ਸਾਡੇ ਵੀ ਤੁਸੀਂ ਇਹਨਾਂ ਦਾ ਜਵਾਬ ਜਰਾ ਦਿਓ ਸਾਨੂੰ ਕਹਿੰਦੇ ਜੀ ਇੱਕ ਗੱਲ ਦੱਸੋ ਜਦੋਂ ਤੁਹਾਡੇ ਕੋਲੇ ਬੱਚਾ ਆਉਂਦਾ ਕਿੰਨੀ ਕੁ ਉਮਰ ਦਾ ਹੁੰਦਾ ਕਹਿੰਦੇ ਵੀ ਨੇਚਰਲੀ 3 ਸਾਲ ਦੀ ਏਜ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਸਾਡੇ ਕੋਲ 2.5 3 ਸਾਲ ਦੀ 3.5 ਸਾਲ ਦੀ ਏਜ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਕਹਿੰਦੇ ਫਿਰ ਤੁਸੀਂ ਉਹਨੂੰ ਕੀ ਸਿਖਾਉਨੇ ਹੋ ਕਹਿੰਦੇ ਅਸੀਂ ਉਸ ਨੂੰ ਅਲੱਗ-ਅਲੱਗ ਐਂਗਲ ਤੋਂ ਸਮਝਾਉਨੇ ਆ ਅਸੀਂ ਉਹਨੂੰ ABC ਜਾਂ ਕਾ ਖਾ ਗਾ ਉਹਦੀ ਪਛਾਣ ਕਰਾਉਣੀ ਸ਼ੁਰੂ ਕਰਾਉਨੇ ਆ ਉਹਦੀ ਪਛਾਣ ਕਰਾਉਣੀ ਸ਼ੁਰੂ ਕਰਾਉਨੇ ਆ ਐਪਲ ਬਣਿਆ ਹੋਇਆ ਉਹਦੇ ਨਾਲ A ਲਿਖੀ ਹੈ ਠੀਕ ਹੈ ਜੀ ਤੇ ਉਹਦੇ ਨਾਲ ਸੇਬ ਹੈ S ਬਾਅਦ ਸ ਸੈ ਪੈ ਗਿਆ ਸੇਵ ਬਣ ਗਿਆ ਉਹ ਉਹਦੀ ਪਹਿਚਾਨ ਕਰਨੇ ਆਸੀਂ ਅੱਛਾ ਜੀ ਠੀਕ ਹੈ ਅ ਜਦੋਂ 2-3 ਸਾਲ ਦਾ ਬੱਚਾ ਆਉਂਦਾ ਹੈ ਉਹ ਰੋਟੀ ਪਾਣੀ ਖਾ ਰਿਆ ਹੁੰਦਾ ਹੈ ਮਾਂ ਬਾਪ ਕਹਿ ਰਿਆ ਹੁੰਦਾ ਆਪਣੀ ਮੰਮੀ ਨੂੰ ਮੰਮੀ ਕਹਿੰਦਾ ਬਾਪ ਨੂੰ ਬਾਪ ਕਹਿੰਦਾ ਕਹਿੰਦੇ ਕਹਿੰਦਾ ਓਕੇ ਕਹਿੰਦੇ ਫਿਰ ਤੁਸੀਂ ਉਹਨੂੰ ਕੀ ਸਿਖਾਉਨੇ ਹੋ ਬਾਪ ਦਾ ਵੀ ਉਹਨੂੰ ਪਤਾ ਹੈ ਠੀਕ ਹੈ ਜਦੋਂ ਸਾਰੀਆਂ ਗੱਲਾਂ ਹੋਈਆਂ ਤਦੋਂ ਜਦੋਂ ਸਾਰਿਆਂ ਨਾਲ ਕਿ ਤੁਸੀਂ ਇਹ ਜਿਹੜਾ ਅੱਗੇ ਤੋਂ ਅੱਗੇ ਪੈਟਰਨ ਤੁਹਾਡਾ ਕਿਵੇਂ ਕਿਵੇਂ ਚੱਲਦਾ ਹੈਗਾ ਅਸੀਂ ਜੀ ਬੱਚਾ ਹੈਗਾ ਉਹਨੂੰ ਸਾਰਾ ਕੁਝ ABC ਸਿਖਾਉਨੇ ਆ ਉਹਦੇ ਨਾਲ ਜੋੜਦੇ ਉਹਦੀ ਪਛਾਣ ਕਰਾਉਨੇ ਆ ਬੱਚਾ ਪ੍ਰਾਇਮਰੀ ਕਰਦਾ ਹੈ میٹرਿਕ ਕਰਦਾ ਹੈਗਾ ਕਾਲਜ ਜਾਂਦਾ ਹੈਗਾ ਕੋਈ IT ਕਰਦਾ ਹੈਗਾ ਕੋਈ ਡਾਕਟਰ ਬਣਦਾ ਹੈਗਾ ਕੋਈ ਕਿਵੇਂ ਬਣਦਾ ਹੈਗਾ ਲੇਕਿਨ ਜਿਹੜੀ ਮੋਢਲੀ ਪਛਾਣ ਹੈ ਉਹ ਕਿਨੇ ਕਰਾਈ ਟੀਚਰ ਨੇ ਕਰਾਈ ਹੈ ਕਿਤਾਬਾਂ ਤਾਂ ਬਾਜ਼ਾਰ ਭਰਿਆ ਪਿਆ ਬੁੱਕਸ ਮਾਰਕੀਟ ਭਰਿਆ ਪਿਆ ਨਾ ਕਿਤਾਬਾਂ ਹੀ ਕਿਤਾਬਾਂ ਪਈਆਂ ਨੇ ਕੋਈ ਆਪਣੇ ਆਪ ਪੜ੍ਹ ਕੇ ਇੰਜੀਨੀਅਰ ਨਹੀਂ ਬਣਦਾ ਇੱਕ ਲੈਬਾਰਟਰੀ ਹੈ ਜਿੱਥੇ ਜਾ ਕੇ ਉਹ ਪ੍ਰਯੋਗ ਕਰਦਾ ਹੈ ਇੱਕ ਡਾਕਟਰ ਬਣਦਾ ਜਦੋਂ ਉਹ ਵੀ ਹਸਪੀਟਲ ਜਾ ਕੇ ਪ੍ਰੈਕਟੀਕਲ ਟ੍ਰੇਨਿੰਗ ਕਰਾਈ ਜਾਂਦੀ ਹੈ ਉਸ ਨੂੰ ਰੋਗ ਲੱਭਣ ਦੀ ਕਰਾਈ ਜਾਂਦੀ ਹੈ ਤਾਂ ਕਿਤੇ ਜਾ ਕੇ ਉਹ ਡਾਕਟਰ ਬਣਦਾ ਉਦੋਂ ਦੇ ਨਾਲ ਕੌਣ ਹੁੰਦਾ ਉਹਨਾਂ ਦਾ ਸੀਨੀਅਰ ਡਾਕਟਰ ਨਾਲ ਹੁੰਦਾ ਸੀਨੀਅਰ ਡਾਕਟਰ ਨਾਲ ਹੁੰਦਾ ਉਹਨਾਂ ਦਾ ਇੰਜੀਨੀਅਰ ਹੈ ਉਹ ਕਰਾ ਰਿਹਾ ਤਾਂ ਉਹਨਾਂ ਦਾ ਇੰਜੀਨੀਅਰ ਨਾਲ ਹੁੰਦਾ ਉਹਨੂੰ ਟ੍ਰੇਨਿੰਗ ਦਿੰਦਾ ਬਕਾਇਦਾ ਯਾਨੀ ਸ਼ੁਰੂ ਤੋਂ ਲੈ ਕੇ ਅਪਰ ਲੈਵਲ ਤੱਕ ਜਿੰਨੀ ਵੀ ਐਜੂਕੇਸ਼ਨ ਬੱਚੇ ਨੇ ਪ੍ਰਾਪਤ ਕੀਤੀ ਹੈ ਉਹਦੀ ਖਾਤਰ ਉਹਨੂੰ ਕੋਈ ਨਾ ਕੋਈ ਟੀਚਰ ਦੀ ਲੋੜ ਪਈ ਹੈ ਅਸੀਂ ਜਦੋਂ ਇੱਕ ਸੰਤ ਨੂੰ ਸੰਤ ਜਾਂ ਗੁਰੂ ਦਾ ਰੂਪ ਦੇ ਐਂਗਲ ਤੋਂ ਦੇਖਣਾ ਸ਼ੁਰੂ ਕਰਦੇ ਹਾਂ ਤੇ ਗਲਤੀ ਖਾ ਲੈਂਦੇ ਆ ਇਨਫੈਕਟ ਜਿਵੇਂ ਦੁਨਿਆਵੀ ਟੀਚਰ ਸਾਨੂੰ ਦੁਨਿਆਵੀ ਗਿਆਨ ਕਰਾਉਂਦਾ ਹੈ ਇਸੇ ਤਰੀਕੇ ਨਾਲ ਜਿਹੜਾ ਉਹ ਸਪਿਰਚੁਅਲਟੀ ਦਾ ਟੀਚਰ ਹੈਗਾ ਉਹ ਸਾਨੂੰ ਅੰਤਰਮੁਖ ਗਿਆਨ ਦਾ ਪ੍ਰੈਕਟੀਕਲ ਕਰਾਉਂਦਾ ਹੈ ਤਾਂ ਗੁਰੂ ਦੀ ਧਾਰਨਾ ਸਭ ਤੋਂ ਪਹਿਲਾਂ ਤਾਂ ਮਾਪੇ ਹੀ ਆ ਗੁਰੂ ਘਰ ਵਿੱਚ ਸਭ ਤੋਂ ਪਹਿਲਾਂ ਗੁਰੂ ਤਾਂ ਮਾਪੇ ਹੀ ਆ ਕਰਦੇ ਅੰਦਰ ਉਹ ਬੱਚੇ ਨੂੰ ਪਕੜ ਕੇ ਚੱਲਣਾ ਵੀ ਸਿਖਾਉਂਦੇ ਨੇ ਬੋਲਣਾ ਵੀ ਸਿਖਾਉਂਦੇ ਨੇ ਹੋਰ-ਹੋਰ ਪਹਿਚਾਨ ਵੀ ਕਰਾਉਂਦੇ ਨੇ ਫਿਰ ਅੱਗੇ ਜਾ ਕੇ ਸਕੂਲ ਵਿੱਚ ਕਾਲਜ ਵਿੱਚ ਜਾ ਕੇ ਹੋਰ ਪ੍ਰੋਫੈਸ਼ਨਲ ਕਾਲਜਾਂ ਵਿੱਚ ਜਾ ਕੇ ਉਹ ਆ ਕੇ ਬਾਕੀ ਦੀ ਜਾਣਕਾਰੀ ਲੈਂਦਾ ਹੈ ਤਾਂ ਇਹ ਅੱਗੇ ਤੋਂ ਅੱਗੇ ਹੈ ਯਾਨੀ ਸਾਨੂੰ ਕੋਈ ਵੀ ਚੀਜ਼ ਨੂੰ ਪ੍ਰੋਪਰ ਸਿੱਖਣ ਵਾਸਤੇ ਪ੍ਰੋਪਰ ਸਿੱਖਣ ਵਾਸਤੇ ਕਾਪਾ ਗੱਲ ਕਰਦੇ ਪਰਫੈਕਟ ਨੌਲੇਜ ਵਾਸਤੇ ਸਾਨੂੰ ਗੁਰੂ ਧਾਰਨ ਦੀ ਜ਼ਰੂਰਤ ਹੈ ਹੀ ਹੈ ਚਾਈਲਡ ਦੁਨੀਆਵੀ ਫੀਲਡ ਹੈ ਚਾਹੇ ਰੋਹਾਨੀ ਫੀਲਡ ਹੈ ਏ ਵੀ ਮੈਨੂੰ ਲੱਗਦਾ ਕਿ ਭਾਜੀ ਤੁਹਾਡੇ ਚੰਗੇ ਕਰਮ ਹੋਣੇ ਚਾਹੀਦੇ ਕਿ ਤੁਹਾਨੂੰ ਇੱਕ ਵਧੀਆ ਗੁਰੂ ਨਾਲ ਮੇਲ ਹੋ ਜਵੇ ਨਹੀਂ ਤਾਂ ਲੋਕ ਆਪਸ ਸੁਣਦੇ ਆਂ ਆ ਖਬਰਾਂ ਚ ਕਿ ਕੁਝ ਪੰਜਾਬ ਚ ਆ ਪੰਜਾਬ ਤੋਂ ਬਾਹਰ ਐਗਜ਼ੈਂਪਲ ਐ ਇਦਾਂ ਦੀ ਆ ਜਾਂਦੀਆਂ ਨੇ ਜਿੱਥੋਂ ਮਨ ਖੱਟਾ ਹੋ ਜਾਂਦਾ ਫਿਰ ਬੰਦਾ ਇਹੀ ਸੋਚਦਾ ਅੱਜ ਦੇ ਜਮਾਨੇ ਚ ਚੰਗਾ ਯਾਰ ਨਹੀਂ ਮਿਲਦਾ ਚੰਗਾ ਗੁਰੂ ਲੱਭਣਾ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਗੁਰੂ ਮੈਨੂੰ ਲੱਗਦਾ ਕਿ ਜਿਨ੍ਹਾਂ ਦੀ ਤੁਸੀਂ ਸੁਣ ਕੇ ਉਸ ਰਸਤੇ ਤੇ ਚੱਲਣਾ ਤੇ ਅੱਜ ਕੱਲ ਤਾਂ ਕੋਈ ਨਾਲ ਦਾ ਯਾਰ ਨਹੀਂ ਸਾਨੂੰ ਪੂਰਾ ਲਾਇਲ ਤੇ ਓਨੈਸਟ ਲੱਭਦਾ ਤੇ ਅੱਜ ਦੇ ਜਮਾਨੇ ਚ ਗੁਰੂ ਕਿਵੇਂ ਲੱਭਿਆ ਜਾਵੇ ਸਹੀ ਲੇਕਿਨ ਉਹ ਕਹਿੰਦੇ ਠੀਕ ਹੈ ਨਾ ਬੂਟੇ ਨੂੰ ਉੱਗਣ ਨੂੰ ਟਾਈਮ ਲੱਗਦਾ ਹੈ ਔਰ ਬੂਟੇ ਨੂੰ ਲਗਾਉਣ ਤੋਂ ਪਹਿਲਾਂ ਸਾਨੂੰ ਇੱਕ ਪਲੇਟਫਾਰਮ ਵੀ ਮਤਲਬ ਇੱਕ ਖੇਤ ਵਧੀਆ ਤਿਆਰ ਵੀ ਕਰਨਾ ਪੈਂਦਾ ਹੈ ਜੋਤਣਾ ਪੈਂਦਾ ਹੈ ਖੇਤੀ ਅਗਰ ਅੱਛੀ ਲੈਣੀ ਹੈ ਉਹਦੇ ਵਾਸਤੇ ਬਹੁਤ ਮਿਹਨਤ ਪਾਉ ਨੂੰ ਪਹਿਲਾਂ ਕਰਨੀ ਪੈਂਦੀ ਹੈ ਤਾਂ ਇਹੀ ਸਾਡਾ ਜਿਹੜਾ ਹਿਊਮਨ ਇਹ ਜਿਹੜਾ ਚੱਕਰ ਹੈਗਾ ਸ੍ਰਿਸ਼ਟੀ ਚੱਲ ਰਹੀ ਹੈ ਜਿਹੜੀ ਇਹ ਕਰਮ ਦੇ ਹਿਸਾਬ ਨਾਲ ਤਾਂ ਚੱਲ ਹੀ ਰਹੀ ਹੈ ਆਪਣੀ ਠੀਕ ਹੈ ਨਾ ਲੇਕਿਨ ਜਿਨ੍ਹਾਂ ਦਾ ਪ੍ਰਿਸ਼ਟ ਭੂਮੀ ਤਿਆਰ ਹੋ ਗਈ ਜ਼ਮੀਨ ਤਿਆਰ ਹੋ ਗਈ ਜ਼ਰੂਰੀ ਨਹੀਂ ਕਿ ਇਸ ਜਨਮ ਦੇ ਵਿੱਚ ਉਸ ਨੂੰ ਗੁਰੂ ਪ੍ਰਾਪਤੀ ਹੋ ਜਾਵੇ ਉਹਦੀ ਤਿਆਰ ਹੋ ਗਈ ਉਹਦਾ ਜਿਹੜਾ ਨੈਕਸਟ ਬਰਥ ਹੈਗੇ ਉਹਨੂੰ ਇੱਕ অনুকূল ਜਗ੍ਹਾ ਦੇ ਉੱਤੇ ਉਹ ਬਰਥ ਮਿਲ ਜਾਂਦੀ ਹੈ ਜਿੱਥੇ ਉਸ ਨੂੰ ਫਿਰ ਅੱਗੇ ਗੁਰੂ ਮਿਲਣ ਦੀ ਸੁਭਾਵਨਾ ਮਿਲ ਜਾਂਦੀ ਜਿਹਨੂੰ ਗੁਰਬਾਣੀ ਜਿਗ ਤੁਰ ਕਰਮ ਪਾਇਆ ਤੁਦ ਜਿੰਨ ਕੋ ਸੇ ਨਾਮ ਹਰ ਕੇ ਲੱਗੇ ਤੁਰ ਕਰਮ ਹੁਣ ਤੁਰ ਕਰਮ ਦੀ ਗੱਲ ਕਰ ਲਈਏ ਵੀ ਤੁਰ ਕਰਮ ਕਿਵੇਂ ਬਣਿਆ ਅਨਮੋਲ ਜੀ ਜਦੋਂ ਤੁਸੀਂ ਮਕਾਨ ਬਣਾਇਆ ਬਿਜਲੀ ਵਿਭਾਗ ਦੇ ਵਾਲਿਆਂ ਨੂੰ ਸੁਪਨਾ ਤਾਂ ਆਇਆ ਨਹੀਂ ਵੀ ਤੁਹਾਡੇ ਘਰ ਲਾ ਮੀਟਰ ਲਾ ਦਈਏ ਜਾ ਕੇ ਬਿਲਕੁਲ ਐਪਲੀਕੇਸ਼ਨ ਦੇਣੀ ਪਈ ਆ ਗਿਆ ਜਵਾਬ ਨੂੰ ਜੀ ਐਪਲੀਕੇਸ਼ਨ ਦੇਣੀ ਪੈਂਦੀ ਜਿਹਨੂੰ ਕਹਿੰਦੇ ਚਾਹਤ ਪਰਮਾਤਮਾ ਨੂੰ ਮਿਲਣ ਦੀ ਠੀਕ ਹੈ ਤਾਂ ਇਹ ਇਹਨੂੰ ਕਹਿੰਦੇ ਆ ਪਹਿਲਾਂ ਜ਼ਮੀਨ ਦਾ ਤਿਆਰ ਹੋਣਾ ਜ਼ਮੀਨ ਤਿਆਰ ਹੋ ਗਈ ਲਾਈਫ ਸਾਡੀ ਦਾ ਜਿਹੜਾ ਹੈਗਾ ਇਹ ਤਾਂ ਇੱਕ ਟਾਈਮ ਬਾਉਂਡ ਹੈਗਾ ਨਹੀਂ ਵੀ ਹੈ ਪਰ ਇਹ ਚਲਾਏ ਮਾਨ ਅਗਲੇ ਅੱਗੇ ਤੋਂ ਅੱਗੇ ਚੱਲ ਰਿਹਾ ਹੈਗਾ ਖਤਮ ਨਹੀਂ ਹੋਇਆ ਰੂਹ ਦਾ ਸਫ਼ਰ ਖਤਮ ਨਹੀਂ ਹੋਇਆ ਜਿਸਮ ਦਾ ਸਫ਼ਰ ਖਤਮ ਹੋ ਜਾਂਦਾ ਹੈ ਰੂ ਦਾ ਸਫਰ ਖਤਮ ਨਹੀਂ ਹੁੰਦਾ ਉਹ ਜਿੱਥੋਂ ਇੱਕ ਆਪਾਂ ਜੋ ਰਿਕਾਰਡਿੰਗ ਕਿਸੇ ਸੀਡੀ ਵਿੱਚ ਆਪਾਂ ਕਰ ਲਈ ਉਹ ਡਿਵਾਈਸ ਖਤਮ ਹੋ ਗਈ ਮੰਨ ਲਓ ਡੈਮੇਜ ਹੋ ਗਈ ਸਾਡੀ ਆਪਾਂ ਕੀ ਕਰਦੇ ਆ ਫਿਰ ਉਹ ਉਹਨੂੰ ਕੱਢ ਕੇ ਇੱਕ ਨਵੀਂ ਡਿਵਾਈਸ ਵਿੱਚ ਪਾ ਦਿੰਦੇ ਆ ਪਾ ਦਿੰਦੇ ਆ ਸੱਚ ਠੀਕ ਹੈ ਨਾ ਤਾਂ ਸਾਡੇ ਕਰਮ ਜਿਹੜੇ ਨੇ ਜਿਹੜੇ ਰਿਕਾਰਡਡ ਨੇ ਉਹ ਡਿਵਾਈਸ ਸਾਡੀ ਖਤਮ ਹੋ ਗਈ ਸ਼੍ਰੀ ਖਤਮ ਹੋ ਗਿਆ ਹੁਣ ਉਹ ਕਰਮ ਅੱਗੇ ਚੱਲਣਗੇ ਜਾ ਕੇ ਅੱਗੇ ਮੁਤਾਬਕ ਉਹਦੇ ਸਾਨੂੰ ਕੀ ਮਿਲਣਾ ਹੈਗਾ ਉਹ ਤੈ ਹੁੰਦਾ ਇਹ ਉਹ ਪ੍ਰਮਾਤਮਾ ਦੇ ਹੱਥ ਹੈ ਆਪਾਂ ਤਾਂ ਨਹੀਂ ਜਾਣ ਸਕਦੇ ਨਾ ਉਹ ਪ੍ਰਮਾਤਮਾ ਦੇ ਹੱਥ ਹੈ ਤਾ ਤਾਹੀਂ ਕਿਹਾ ਜਾਂਦਾ ਕਿ ਬੰਦੇ ਆਪਣਾ ਕਰਮ ਜੜਾ ਉਸ ਨੂੰ ਪਹਿਲਾਂ ਸਹੀ ਕਰ ਆਪਣਾ ਤਾਂ ਜਿਹਦੀ ਜਿਹਦੀ ਜ਼ਮੀਨ ਜਿੱਤੇ ਪ੍ਰਭੂ ਦੀ ਕਿਰਪਾ ਇਹਨੂੰ ਨਾਲ ਜ਼ਰੂਰ ਕਹਾਂਗੇ ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹਨਾਂ ਦੀ ਜ਼ਮੀਨ ਵੀ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹਨਾਂ ਦੇ ਉੱਤੇ ਇੱਕ ਦਿਨ ਇਹ ਨਾਮ ਦਾ ਬੂਟਾ ਵੀ ਲੱਗਦਾ ਹੈ ਉਹ ਫਿਰ ਉਸ ਦੀ ਪ੍ਰਾਪਤੀ ਵੀ ਕਰ ਲੈਂਦੇ ਆ ਕਿਨੇ ਤਾਂ ਕਿ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਫਿਰ ਪ੍ਰਭੂ ਦੀ ਪ੍ਰਾਪਤੀ ਪ੍ਰਭੂ ਦੀ ਕਿਰਪਾ ਕਿਵੇਂ ਹੁੰਦੀ ਹੈ ਸਪੈਸ਼ਲ ਬੱਚੇ ਤੁਸੀਂ ਪ੍ਰਭੂ ਦੇ ਕਿਵੇਂ ਬਣਦੇ ਹੋ ਕਿਵੇਂ ਪਤਾ ਲੱਗਦਾ ਹੈ ਕਿ ਤੁਸੀਂ ਪ੍ਰਭੂ ਦੇ ਸਪੈਸ਼ਲ ਬੱਚੇ ਹੋ ਜਾਂ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋਗੀ ਜੇ ਤੁਹਾਡੇ ਤੇ ਰੋਸ਼ਨੀ ਪੈ ਗਈ ਅ ਕਹਿੰਦੇ ਨੇ ਕਈ ਵਾਰੀ ਸਾਨੂੰ ਇੱਕ ਗਲਤਫਹਿਮੀ ਹੁੰਦੀ ਮੈਂ ਸੇਵਾ ਕਰ ਰਿਹਾ ਮੈਂ ਸੇਵਾ ਕਰ ਰਿਹਾ ਮਿਸਾਲ ਦੇ ਤੌਰ ਤੇ ਮੈਂ ਗੱਲ ਕਰਾਂ ਹਾਂ ਹਾਂਜੀ 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 ਇੱਕ ਪਿਤਾ ਹੈ ਉਹ ਕਹਿੰਦਾ ਬੇਟਾ ਪਿਆਸ ਬੜੀ ਲੱਗੀ ਪਾਣੀ ਲੈ ਕੇ ਆ ਹੁਣ ਪੁੱਤਰ ਲੱਤਾਂ ਘੁੱਟਦਾ ਪਿਆ ਬੈਠਾ ਬਾ ਫਿਰ ਕਹਿੰਦਾ ਪੁੱਤਰ ਮੈਂ ਤਾਂ ਮਰਦਾ ਜਾਣਾ ਉਹ ਪਾਣੀ ਦਾ ਗਲਾਸ ਲੈ ਕੇ ਆ ਉਹ ਲੱਤਾਂ ਘਟੂਣ ਨਹੀਂ ਛੱਡਦਾ ਉਹ ਕਹਿੰਦਾ ਪੁੱਤਰ ਮੈਂ ਤਾਂ ਮਰੀ ਚੱਲਿਆ ਪਾਣੀ ਦਾ ਗਲਾਸ ਤਾਂ ਲਿਆ ਉਹ ਫਿਰ ਤਾਂ ਘੁੱਟੇ ਜਾਂਦਾ ਮਤਲਬ ਕੀ ਅਸੀਂ ਬਾਪ ਦੀ ਇੱਛਾ ਦੇ ਮੁਤਾਬਕ ਨਹੀਂ ਕੰਮ ਕੀਤਾ ਹੈਗਾ ਅਸੀਂ ਆਪਣੀ ਮਨਮਰਜ਼ੀ ਨਾਲ ਕਿਹਾ ਵੀ ਮੈਂ ਤਾਂ ਸੇਵਾ ਤਾਂ ਕਰਦਾ ਪਿਆ ਮੈਂ ਲੱਤ ਘੁੱਟਦਾ ਤਾਂ ਪਿਆ ਮੈਂ ਬਾਪ ਕੀ ਚਾਹਦਾ ਹੈ ਕੱਲ ਤਾਂ ਹੈ ਕਿ ਬਾਪ ਕੀ ਚਾਹਦਾ ਉਹਦੇ ਮੁਤਾਬਕ ਅਸੀਂ ਦੇਖੀਏ ਪ੍ਰਮਾਤਮਾ ਸਾਡੇ ਤੋਂ ਕੀ ਉਮੀਦ ਰੱਖਦਾ ਹੈ ਜਾਨੀ ਉਸ ਕੁੱਲ ਮਾਲਕ ਹੈ ਜਿਹਨੇ ਦੁਨੀਆ ਤਿਆਰ ਕੀਤੀ ਹੈਗੀ ਉਹ ਸਾਡੇ ਤੋਂ ਕੀ ਉਮੀਦ ਰੱਖਦੇ ਨੇ ਕਿਉਂਕਿ ਇਨਸਾਨ ਹੀ ਇੱਕ ਐਸੀ ਚੀਜ਼ ਹੈ ਕਿ ਜਿਹਨੂੰ ਪ੍ਰਮਾਤਮਾ ਨੇ ਆਪਣੀ ਤਰਜ਼ ਤੇ ਬਣਾਇਆ ਆਪਣੇ ਵਰਗਾ ਬਣਾ ਕੇ ਭੇਜਿਆ ਹੈ ਉਮੀਦ ਕੀਤੀ ਆਪਣੇ ਬੱਚੇ ਭੇਜੇ ਸੰਸਾਰ ਦੇ ਅੰਦਰ ਜਾਓ ਦੇਖ ਕੇ ਆਓ ਬੜੀ ਵਧੀਆ ਚੀਜ਼ ਤਿਆਰ ਕੀਤੀ ਦਿਓ ਤੇ ਅਸੀਂ ਦਿਲ ਲਗਾ ਲਿਆ ਇੱਥੇ ਲੱਗ ਗਏ ਇੱਥੇ ਦੀਆਂ ਚੀਜ਼ਾਂ ਵਿੱਚ ਮਨ ਨਾਲ ਲੱਗ ਗਿਆ ਸਾਡੇ ਜੁੜ ਗਿਆ ਬੜਾ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਉਮੀਦ ਕਰਦੇ ਹਾਂ ਕਿ ਤੁਹਾਡੇ ਨਾਲ ਫਿਰ ਗੱਲਬਾਤ ਹੁੰਦੀ ਰਹੇਗੀ ਕੋਸ਼ਿਸ਼ ਕਰ ਰਹਾ ਮੈਂ ਵੀ ਇੱਕ ਚੰਗਾ ਇਨਸਾਨ ਬਣਨ ਦੀ ਔਰ ਮੈਂ ਹਮੇਸ਼ਾ ਕਹਿੰਦਾ ਕਿ ਵੀਡੀਓ ਗੇਮ ਖੇਡਣ ਦਾ ਸਮਾਂ ਮਿਲਦਾ ਨਾ ਸਾਨੂੰ ਕਿ 500 ਰੁਪਏ ਚ ਅੱਧਾ ਘੰਟਾ ਖੇਡ ਲਓ ਤਾਂ ਉਹ ਅੱਧੇ ਘੰਟੇ ਦੇ ਵਿੱਚ ਤੁਸੀਂ ਸਿੱਖਣੀ ਵੀ ਹੈ ਤੇ ਖ ਤੇ ਮੈਨੂੰ ਲੱਗਦੀ ਏ ਜਿੰਦਗੀ ਹੈ ਜਿੰਨੀ ਜਲਦੀ ਖੇਡਣੀ ਸਮਝ ਜੂਗੇ ਉਨੀ ਜਿਆਦਾ ਇੰਜੋਏ ਕਰੂਗਾ ਜੇ ਸਮਝਣੀ 28 ਮਿੰਟ ਤੇ ਸੋਚੂਗੇ ਤਾਂ 2 ਮਿੰਟ ਇੰਜੋਏ ਕਰ। ਜਿਵੇਂ ਚਲੋ ਆ ਸਾਡਾ ਯੂਥ ਵੀ ਹੈ ਨਾ ਅੱਜਕੱਲ ਜਵਾਨ ਤਬਕਾ ਅਗਰ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਮੈਂ ਕਿਸੇ ਗੁਰੂ ਕੋਲ ਕਿਉਂ ਜਾਵਾਂ ਹੂੰ ਚਲੋ ਸਾਨੂੰ ਇੰਨਾ ਇਸ਼ਾਰਾ ਤਾਂ ਹੈ ਨਾ ਕਿ ਅੱਖ ਬੰਦ ਕਰਕੇ ਤਾਂ ਦੇਖ ਜਦੋਂ ਅੱਖ ਬੰਦ ਕਰਕੇ ਆਪਣੇ ਆਪ ਨੂੰ ਕਨਸੈਂਟਰੇਟ ਕਰੇਗਾ ਉਹਦੇ ਅੰਦਰ ਇੰਨੀ ਕੁ ਪਾਵਰ ਆ ਜਾਂਦੀ ਹੈ ਮੈਂਟਲ ਕਨਸੈਂਟਰੇਸ਼ਨ ਦੇ ਨਾਲ ਕਿ ਉਹਦੀ ਮੈਮਰੀ ਪਾਵਰ ਕਿੱਡੀ ਜ਼ਬਰਦਸਤ ਹੋ ਜਾਂਦੀ ਹੈ ਮੈਮਰੀ ਪਾਵਰ ਕਿੰਨੀ ਜ਼ਬਰਦਸਤ ਹੁੰਦੀ ਆ ਸੀ ਕਹਿੰਦੇ ਕਿਤਾਬ ਪੜ੍ਹੀ ਯਾਦ ਨਹੀਂ ਰਹੀ ਪਰ ਜੇ ਉਹ ਨਾਲ ਆਪਣੇ ਸਾਰੇ ਕੰਮ ਦੇ ਨਾਲ ਅੱਧਾ ਘੰਟਾ ਕਨਸੈਂਟਰੇਸ਼ਨ ਵੀ ਕਰ ਲਵੇ ਤੇ ਉਹਦੇ ਅੰਦਰ ਕਿੰਨਾ ਕੁਸ਼ ਆ ਜਾਊਗਾ ਬਿਲਕੁਲ ਮੈਮਰੀ ਪਾਵਰ ਕਿੰਨੀ ਵਧ ਜਾਏਗੀ ਹੈਲਥ ਉਹਦੀ ਓਕੇ ਹੋ ਜਾਏਗੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਆ ਜਾਏਗੀ ਵਿਲ ਪਾਵਰੀ ਤਾਂ ਹੈ ਜਿਨ੍ਹਾਂ ਨੂੰ ਕੋਰੋਨਾ ਚ ਬਚ ਗਏ ਬਿਲਕੁਲ ਦੇਖਦੇ ਆ ਨਾ ਆਪਾਂ ਬਿਲਕੁਲ ਸੱਚੇ ਜਿਹੜੇ ਸਟਰੋਂਗ ਸੀ ਵਿਲ ਪਾਵਰ ਕਦੇ ਕੋਈ ਗੱਲ ਨਹੀਂ ਹੁਕਮ ਦੇ ਫਿਰਦੇ ਆ ਔਰ ਜਦੋਂ ਇਹ ਕੋਰੋਨਾ ਆਇਆ ਹੈਡਕੁਆਰਟਰ ਦੇ ਹੁਕਮ ਦੇ ਮੁਤਾਬਕ ਸਾਵਨ ਕ੍ਰਿਪਾਲ ਰੋਹਣੀ ਮਿਸ਼ਨ ਦੇ ਹੁਕਮ ਦੇ ਮੁਤਾਬਕ ਜਿੰਨੇ ਵੀ ਸਾਡੇ ਆਲ ਓਵਰ ਇੰਡੀਆ ਸੈਂਟਰ ਸੀਗੇ ਉਹਨਾਂ ਨੂੰ ਹਦਾਇਤ ਕੀਤੀ ਗਈ ਲੰਗਰ ਦੀ ਹੂੰ ਔਰ ਲੋਕੀ ਘਰਾਂ ਚ ਦੁਬਕੇ ਬੈਠੇ ਸੀ ਲੇਕਿਨ ਉਸ ਵਕਤ ਇਨਹੀਂ ਸੜਕਾਂ ਦੇ ਉੱਤੇ ਚੱਲ ਕੇ ਲੰਗਰ ਮਹੱਲੇ ਮਹੱਲੇ ਪਹੁੰਚਾਇਆ ਜਾ ਰਿਆ ਸੀਗਾ ਵਾਹ ਲੇਕਿਨ ਉਸ ਦੇ ਉਤਰਾਂ ਵੀ ਨੌਮਰ ਨੌ ਬੈਠੇ ਆ ਜਿਹੜੇ ਘਰਾਂ ਚ ਬੈਠੇ ਸੀ ਉਹ ਲੁਟ ਗਏ ਡਰਦੇ ਹੋਏ ਕਿਉਂਕਿ ਵਿਲ ਪਾਵਰ ਨਹੀਂ ਸੀ ਜੇ ਅਸੀਂ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰ ਲਈਏ ਉਹ ਕਨਸੈਂਟਰੇਸ਼ਨ ਨਾਲ ਹੀ ਹੋਣੀ ਹੈ ਕੰਸੈਂਟਰੇਸ਼ਨ ਕਰਾਂਗੇ ਤੇ ਪ੍ਰਮਾਤਮਾ ਨੇ ਇੱਕ ਦਿਨ ਆਪਣਿਆ ਵੀ ਕਿਰਪਾ ਕਰਨੀ ਧੁਰ ਕਰਮ ਪਾਇਆ ਤਾਂ ਜਿੰਨ ਕੋ ਸੇਨਾ ਮਾਰ ਕੇ ਲੱਗ ਗਿਆ ਬਿਲਕੁਲ ਭਾਈ ਧੁਰ ਕਰਮ ਹੀ ਬਣ ਗਿਆ ਬੰਦੇ ਦਾ ਜੇ ਅਸੀਂ ਆਪਾਂ ਨੂੰ ਕੰਸੈਂਟਰੇਸ਼ਨ ਕਰ ਰਹੇ ਹਾਂ ਤਾਂ ਆਪਣੀ ਰੂਹ ਨੂੰ ਉਭਾਰ ਰਹੇ ਆ ਆਪਾਂ ਜਦੋਂ ਰੂਹ ਉੱਬਰਦੀ ਹੈ ਤਾਂ ਨੇਚਰਲੀ ਉਹ ਲੈਣ ਵਾਲਾ ਵੀ ਤਾਂ ਅੱਗੇ ਆਏਗਾ ਨਾ ਵੀ ਇਹ ਤਾਂ ਆ ਰਿਹਾ ਉੱਪਰ ਨੂੰ ਤੇ ਮੈਂ ਵੀ ਤਾਂ ਬਾਹਾਂ ਆਪਣੀਆਂ ਅੱਗੇ ਕਰਾਂ ਤੇ ਬਾਣੀ ਤਾਂ ਪੜ ਲਈ ਆਪਾਂ ਚਰਨ ਸ਼ਰਨ ਗੁਰੂ ਏਕ ਪੰਡਾ ਜਾਏ ਚੱਲ ਸਤਿਗੁਰੂ ਕੋਟ ਪੰਡਾ ਆਗੇ ਹੋਏ ਲੈਤਾ ਮੈਂ ਬੜਾ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਪ੍ਰਮਾਤਮਾ ਤੁਹਾਨੂੰ ਐਂ ਤੰਦਰੁਸਤੀ ਰੱਖਣ ਐਂ ਤੁਹਾਡੇ ਤੇ ਕਿਰਪਾ ਰੱਖਣ ਔਰ ਤੁਸੀਂ ਐਂ ਹੀ ਸਾਡੇ ਵਰਗੇ ਨੌਜਵਾਨਾਂ ਨੂੰ ਸਹੀ ਸਿਹਤ ਦਿੰਦੇ ਰਹੋ। ਏਹ ਹੈ ਜੀ ਉਸ ਮਾਲਕ ਦੇ ਚਰਣਾ ਚ ਇਹ ਬੇਨਤੀ ਹੈ ਕਿ ਕੁੱਲ ਕਾਇਨਾਤ ਦੇ ਉੱਤੇ ਆਪਣਾ ਰਹਿਮ ਕਰਨ। ਸਾਰਿਆਂ ਨੂੰ ਸੋਝੀ ਆਵੇ। ਅਸੀਂ ਸਾਰੇ ਭਰਾ ਭਰਾ ਬਣ ਕੇ ਕੋਈ ਕਿਸੇ ਤੋਂ ਜੁਦਾ ਨਹੀਂ ਹੈਗਾ। ਅਸੀਂ ਸਾਰੇ ਇੱਕ ਆ। ਜੀ। ਇੱਕ ਬਣ ਕੇ ਰਹੀਏ ਔਰ ਸਮਾਜ ਵਿੱਚ ਇਹੀ ਪੈਗਾਮ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਕੜੀ ਵਿੱਚ। ਕਿ ਗਲੇ ਲਗਾ ਲੋ ਹਰ ਇਨਸਾਨ ਕੋ ਕਿ ਆਪਣਾ ਹੈ ਚਲੋ ਤੇ ਰਹਿ ਗੁਜ਼ਾਰੋਂ ਮੇਂ ਵੰਡਤੇ ਹੋਏ ਪਿਆਰ ਵਾਹ ਜੀ ਵਾਹ ਧੰਨਵਾਦ ਜੀ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਸੋ ਮਚ